ਕਿੰਨੇ ਇਸ਼ਕ ਕਿੰਨੇ ਤੇ ਗਿਣਤੀ ਨਹੀਂ ਕਰ ਸਕਦੇ ਆਪਾਂ ਬਟ ਇੰਨੇ ਜ਼ਿਆਦਾ ਹੋਏ ਇੱਕ ਨਾਲ ਇੱਕ ਜ਼ੀਰੋ ਲਾਈਏ ਜਾਂ ਦੋ ਲਾਈਏ ਤੁਸੀਂ ਦਿਲ ਤੋੜਦੇ ਰਹੇ ਹੋ ਜਾਂ ਤੁਹਾਡਾ ਵੀ ਟੁੱਟਿਆ ਕਰ ਵੈਸੇ ਸੋਚਿਆ ਜਾਏ ਤਾਂ ਮੈਂ ਦਿਲ ਤੋੜੇ ਹੀ ਆਲਮੋਸਟ ਮੈਂ ਤੁਹਾਨੂੰ ਦੱਸਾਂ ਮੈਂ ਜਿੰਨੀਆਂ ਵੀ ਕੁੜੀਆਂ ਮੇਰੀ ਲਾਈਫ 'ਚ ਆਈਆਂ ਮੈਂ ਆਲਮੋਸਟ ਸਾਰਿਆਂ ਤੋਂ ਇੰਸਪੀਰੇਸ਼ਨ ਲਈ ਮੈਨੂੰ ਲੱਗਦਾ ਕਿ ਯਾਰ ਇਹ ਮੇਰੀ ਲਾਈਫ 'ਚ ਨਾ ਆਉਂਦੀ ਤਾਂ ਹੋ ਸਕਦਾ ਦਿਲ ਲੈ ਗਈ ਕੁੜੀ ਗੁਜਰਾਤ ਦੀ ਨਾ ਆਉਂਦੀ ਉਹ 40 ਰੁਪਈਏ ਫਿਰ ਇੱਕ ਮੇਰੀ ਦੋਸਤ ਹੁੰਦੀ ਸੀ ਕੁੜੀ ਉਹਨੇ ਆਪਣੇ ਟੋਪਸ ਜਿਹੜੇ ਵੇਚ ਕੇ ਅਤੇ ਫਿਰ ਉਹ 40 ਰੁਪਏ ਪਾਏ ਦੈਨ ਫਿਰ ਅਸੀਂ ਉਹ ਹਾਰਮੋਨੀਅਮ ਲੈ ਕੇ ਇਹ ਇੰਨਾ ਵੱਡਾ ਤਿਆਗ ਕੀ ਤੁਹਾਡੇ ਹਾਰਮੋਨੀਅਮ ਦੇ ਲਈ ਇਹ ਕਹਾਣੀ ਇਹ ਕਿੱਸਾ ਕੀ ਹੈ ਉਹ ਕੌਣ ਕੁੜੀ ਸੀ ਉਹ ਇਸ਼ਕ ਸੀ ਕਿਸੇ ਨਾਲ ਉਹ ਕੁੜੀ ਨੂੰ ਪਤਾ ਲੱਗਿਆ ਕਿ ਗਾਣਾ ਉਹਦੇ ਲਈ ਲਿਖਿਆ ਤੁਸੀਂ ਜਾਂ ਉਹ ਇਸ ਗਾਣੇ 'ਚ ਆ ਗਈ 24 ਸਾਲ ਬਾਅਦ ਮੈਂ ਮਿਲ ਕੇ ਆਇਆ ਅਸੀਂ ਕੋਸ਼ਿਸ਼ ਕਰਕੇ ਉਹਨੂੰ ਮਿਲੇ ਫਿਰ ਉਹਨੂੰ ਮੈਂ ਦੱਸਿਆ ਵੀ ਤੂੰ ਕਦੀ ਤੈਨੂੰ ਪਤਾ ਵੀ ਮੈਂ ਬਹੁਤ ਵੱਡਾ ਸਿੰਗਰ ਬਣ ਗਿਆ ਕਹਿੰਦੀ ਨਹੀਂ ਮੈਂ ਕਦੀ ਗਾਣੇ ਨਹੀਂ ਸੁਣੇ ਇਸ ਤੋਂ ਬਾਅਦ ਉਹ ਇੱਕ ਧਾਰਮਿਕ ਸੰਸਥਾ ਦੇ ਨਾਲ ਰਿਲੇਟਡ ਹੈਗੀ ਆ ਅਤੇ ਉਹਨੂੰ ਸਾਰਾ ਉਹਦੀ ਸਰਪ੍ਰਸਤੀ ਉਹ ਕਰ ਰਹੀ ਹੈ ਗੁਜਰਾਤਨ ਜਿਹੜੀ ਕੁੜੀ ਮੇਰੀ ਦੋਸਤ ਸੀਗੀ ਜਿਹਦੇ ਕਰਕੇ ਮੈਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਗਾਇਆ ਜਦੋਂ ਉਹਦੇ ਨਾਲ ਮੇਰਾ ਚੱਲਿਆ ਬਹੁਤ ਖੂਬਸੂਰਤੀ ਦੀਆਂ ਸ਼ੁਰੂ ਕਿਵੇਂ ਹੋਇਆ ਉਹ ਸ਼ੁਰੂਆਤ ਹੋਈ ਇੱਥੇ ਇੱਕ ਰਿਪਬਲਿਕ ਡੇ ਕੈਂਪ ਸੀਗਾ ਦਿੱਲੀ ਦੇ ਮੈਂ ਉਹਨੂੰ ਥੋੜ੍ਹਾ ਜਿਹਾ ਛੇੜ ਰਿਹਾ ਸੀਗਾ ਕੁਛ ਸ਼ਰਾਰਤਾਂ ਕਰ ਰਿਹਾ ਸੀਗਾ ਕਿਸੇ 'ਤੇ ਕੁਛ ਛੋਟੀਆਂ ਮੋਟੀਆਂ ਜਿੱਦਾਂ ਆਪਾਂ ਜਵਾਨੀ 'ਚ ਕਰਦੇ ਹੀ ਹਾਂ ਉਸ ਟਾਈਮ 'ਤੇ ਬੜੀਆਂ ਡੀਸੈਂਟ ਪਰ ਗੇਮ ਛੋ ਮਜ਼ਾ ਮੱਛੋ ਟਾਈਪ ਹੈ ਨਾ ਅਤੇ ਉਹਨੇ ਮੇਰੇ ਨਾ ਆਲਮੋਸਟ ਥੱਪੜ ਹੀ ਮਾਰਤਾ ਉਹਦੇ ਨਾਲ ਮੇਰੀ ਉਹਦੇ ਨਾਲ ਸ਼ੁਰੂਆਤ ਹੋਈ ਮੈਂ ਉਹਦੇ ਪਿੰਡ ਵੀ ਗਿਆ ਫਿਰ ਅਸੀਂ ਸੋਚਿਆ ਸੀ ਹੁਣ ਵਿਆਹ ਕਰਾਵਾਂਗੇ ਪਾਪਾ ਜੀ ਨਹੀਂ ਮੰਨਦੇ ਸੀ ਇਹ ਵੀ ਇੱਕ ਸਟਰਗਲ ਸੀਗੀ ਉਹ ਕਹਿੰਦੇ ਸੀ ਵੀ ਨਹੀਂ ਮੈਂ ਹਿੰਦੂ ਕੁੜੀ ਦੇ ਨਾਲ ਵਿਆਹ ਨਹੀਂ ਹੋਣ ਦੇਣਾ ਅਸੀਂ ਸਿੱਖ ਹਾਂ ਮੰਨਣਾ ਹੈ ਮੈਨੂੰ ਮੇਰੇ ਉਹ ਪੁਰਜਾ ਹੀ ਨਹੀਂ ਹੈ ਹਿੰਦੂ ਸਿੱਖ ਵਾਲਾ ਮੇਰਾ ਆਈਡੀਓਲੋਜੀ ਵਾਲਾ ਪੁਰਜਾ ਹੈਗਾ ਭਾਜੀ ਕਹਿੰਦੇ ਕਿ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਉਹਨੂੰ ਲਵ ਯੂ ਆਖਦੇ ਦਿਲ ਲੈ ਗਈ ਕੁੜੀ ਗੁਜਰਾਤ ਮੈਂ ਕਿਹਾ ਇੱਕ ਕੁੜੀ ਗੁਜਰਾਤ ਦੀ ਲਗਾ ਅਤੇ ਇੱਥੋਂ ਇਹ ਗਾਣਾ ਹੋਣ 'ਚ ਆਇਆ ਗਵਾਲੀਅਰ ਜਾਂਦੇ ਆ ਵਿਸਾਖੀ ਦੇ ਪ੍ਰੋਗਰਾਮ ਨਾਲ ਕੌਣ ਸੀ ਭਾਅ ਜੀ ਤੁਸੀਂ ਦੱਸਿਆ ਸ਼ਾਮ ਬਟੇਜਾ ਜਿਨ੍ਹਾਂ ਨੇ ਲਿਖਿਆ ਅਤੇ ਕੰਪੋਜ਼ ਵੀ ਉਹਨਾਂ ਦਾ ਕੀਤਾ ਹੋਇਆ ਸੀ ਵੀਰੇ ਭਾਅ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਵਿਆਹ ਕਰਾਇਆ ਤੇਰੇ ਬੱਚੇ ਕਿੱਦਾਂ ਹੋ ਕਹਿੰਦੀ ਬੱਚੇ ਕਹਾਂ ਸੇ ਆਏਗੇ ਵੀ ਸ਼ਾਦੀ ਨਹੀਂ ਕੀ ਮੈਨੇ ਸ਼ਾਦੀ ਕੀ ਹਾਂ ਤਾਂ ਫਿਰ ਥੋੜ੍ਹਾ ਮਾਹੌਲ ਗਮਗੀਨ ਹੋਇਆ ਜੱਸੀ ਨਾਸਤਿਕ ਹੈ ਨਾਸਤਿਕ ਤਾਂ ਨਹੀਂ ਆ ਵਿਚਾਰਧਾਰਕ ਉੱਦਾਂ ਦਾ ਆਸਤਿਕ ਵੀ ਹਾਂ ਬਟ ਆਸਤਿਕ ਵੀ ਥੋੜ੍ਹਾ ਜਿਹਾ ਲੌਜੀਕਲ ਆ ਮਤਲਬ ਐਵੇਂ ਨਹੀਂ ਮੈਂ ਅੰਧ ਵਿਸ਼ਵਾਸੀ 'ਚ ਬਿਲੀਵ ਨਹੀਂ ਕਰਦਾ ਰੱਬ ਨੂੰ ਬੰਦੇ ਨੇ ਬਣਾਇਆ ਬਿਲਕੁਲ ਬਣਾਇਆ ਬੰਦੇ ਨੇ ਬਣਾਇਆ ਬੰਦਾ ਜਿਹਦੇ ਤੋਂ ਡਰਦਾ ਸੀ ਉਹਨੂੰ ਰੱਬ ਮੰਨਣ ਲੱਗ ਗਿਆ ਬੰਦਾ ਫਿਰ ਵੀ ਤੁਸੀਂ ਆਸਤਿਕ ਹੋ ਬਿਲਕੁਲ ਆਸਤਿਕ ਹਾਂ ਕਿਉਂ ਨਹੀਂ ਮਤਲਬ ਕੁਦਰਤ ਇਹ ਰੱਬ ਦੀ ਕੋਈ ਹੋਂਦ ਨਹੀਂ ਹੈ ਫਿਰ ਆਸਤਿਕ ਹੋਣ ਦੀ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਇਹਦੇ 'ਚ ਆਸਤਿਕ ਨਾਸਤਿਕ ਨਹੀਂ ਹੈ ਮੈਂ ਨਹੀਂ ਗਾਉਂਦਾ ਉੱਥੇ ਕਬਰਾਂ 'ਤੇ ਮੈਨੂੰ ਨਹੀਂ ਡਰ ਲੱਗਦਾ ਕਬਰਾਂ 'ਤੇ ਮੈਨੂੰ ਉਹ ਬਾਬਿਆਂ ਤੋਂ ਨਹੀਂ ਡਰ ਲੱਗਦਾ ਜਿਹੜੇ ਅੱਜ ਵੀ ਬਾਬੇ ਬਣ ਰਹੇ ਅਜੇ ਕਿ ਮੈਂ ਨੁਕਸਾਨ ਕਰ ਰਿਹਾ ਆਪਣੇ ਪੈਸਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਕਹਿ ਰਹੇ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਾਂ ਉਹ ਕਿਸੇ ਸੂਫੀ ਮਤ ਤੋਂ ਛੋਟਾ ਹੈ ਨਾ ਜਦੋਂ ਕਹਿ ਰਹੇ ਕਿ ਇੰਨੀ ਕੀ ਕਿਰਪਾ ਸੇ ਸਜੇ ਹੈ ਨਾ ਸੰਤ ਰਾਮ ਉਦਾਸੀ ਵਰਗੇ ਬੰਦੇ ਪਾਸ਼ ਵਰਗੇ ਬੰਦੇ ਜਿਹੜੇ ਸਾਰੀ ਉਮਰ ਸਰਮਾਏਦਾਰੀ ਦੇ ਖਿਲਾਫ ਲਿਖਦੇ ਰਹੇ ਅਸੀਂ ਵੀ ਸਰਮਾਏਦਾਰੀ ਦੇ ਖਿਲਾਫ ਰਹੇ ਸਾਨੂੰ ਵੀ ਲੱਗਿਆ ਵੀ ਯਾਰ ਸਰਮਾਏਦਾਰ ਜਿਹੜੇ ਬੰਦੇ ਇੱਦਾਂ ਹੁੰਦੇ ਅਸੀਂ ਵੀ ਆਪਣੀ ਇੱਕ ਪਰਸੈਪਸ਼ਨ ਬਣਾ ਕੇ ਰੱਖੀ ਕੈਪਟਨ ਸਾਹਿਬ ਦੇ ਘਰ ਜਦੋਂ ਵੀ ਮੈਂ ਉਹਨਾਂ ਦੇ ਘਰ ਗਾਇਆ ਮਹਿਲ ਦੇ ਵਿੱਚ ਮੈਂ ਉਹਨਾਂ ਨੂੰ ਅੱਧਾ ਸੰਤ ਰਾਮ ਉਦਾਸੀ ਸੁਣਾਇਆ ਜਦੋਂ ਕਿ ਉਹ ਬਿਲਕੁਲ ਰਾਜ ਘਰਾਣਿਆਂ ਦੇ ਉਲਟ ਬੇਸਿਕਲੀ ਬਿਲਕੁਲ ਉਲਟ ਸੀਗਾ ਹੈ ਨਾ ਸੜਕਾਂ 'ਤੇ ਰੋਡ ਮਹਿਲਾਂ ਦੇ ਅੰਦਰ
ਕਮੀਆਂ ਨੂੰ ਲੈ ਕੇ ਗਏ, ਕਮੀਆਂ ਦੇ ਬੇੜੇ, ਹੈ ਨਾ। ਮੈਨੂੰ ਰਜਤ ਭਾਜੀ ਦੇ ਘਰ ਮਿਲੇ ਸਲਮਾਨ ਖਾਨ, ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਕੁਛ ਸੁਣਾਓ, ਅਤੇ ਮੈਂ ਹੀਰ ਸੁਣਾਈ ਜਿਹੜੀ ਬਹੁਤ ਪਾਪੂਲਰ ਹੋ ਗਈ, ਵਾਇਰਲ ਹੋਈ, ਬਹੁਤ ਵਾਇਰਲ ਹੋਈ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਚੰਡੀਗੜ੍ਹ ਕਿਹਾ, ਮੈਂ ਕਿਹਾ ਭਾਜੀ ਉਹ ਹੀਰ ਬਹੁਤ ਪਾਪੂਲਰ ਹੋ ਗਈ, ਆਪਕੋ ਪਤਾ ਹੈ। ਤਾਂ ਮੈਨੂੰ ਕਹਿੰਦੇ ਕਿ ਸ਼ਾਮ ਕੋ ਕਿਆ ਕਰ ਰਹੇ ਹੋ, ਮੈਂ ਕਿਹਾ ਮੈਂ ਫਰੀ ਹੂੰ, ਕਹਿੰਦੇ ਆ ਜਾਓ ਫਿਰ ਕੁਛ ਕਰੇਂਗੇ। ਸਲਮਾਨ ਖਾਨ ਚੰਡੀਗੜ੍ਹ ਸੀ? ਚੰਡੀਗੜ੍ਹ ਸੀ, ਉਹ CCL ਹੋ ਰਹੇ ਸੀ। ਮੈਨੂੰ ਫੋਨ ਆਇਆ ਸ਼ੇਰੇ ਦਾ, ਕਹਿੰਦਾ ਆ ਜਾ ਜਲਦੀ ਆ ਜਾ। ਮੈਂ ਉੱਪਰ ਗਿਆ, ਉਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀ, ਉੱਥੇ ਬਾਦਸ਼ਾਹ ਨੂੰ ਵੀ ਖੜਾ ਕੀਤਾ ਸੀ, ਦੇਸ਼ਮੁਖ ਨੂੰ ਵੀ ਕੀਤਾ ਸੀ। ਗ੍ਰੈਜੂਏਸ਼ਨ ਕਰ ਰਿਹਾ ਸੀ, ਹਾਂ। ਬੜਾ ਐਂ ਹੁੰਦਾ ਸੀ ਯਾਰ, ਇੱਕ ਐਡੇ ਪਾਪੂਲਰ ਗਾਇਕ ਨੇ ਜੀ, ਉਹ ਕੀ ਕਾਲਜ ਦੇ ਅੰਦਰ ਵੀ ਕਿਸੇ ਨਾਲ, ਤੁਹਾਡਾ ਕਾਲਜ ਦੇ ਦਿਨਾਂ 'ਚ ਕਿਸੇ ਯੂਨੀਅਨ ਨਾਲ, ਕਿਸੇ ਸਟੂਡੈਂਟਾਂ ਨਾਲ, ਜਾਂ PSU ਹੁੰਦੀ ਸੀ, ਜਾਂ ਕੋਈ ਹੋਰ ਕਿਸੇ ਨਾਲ ਐਂ ਵਾਹ ਵਾਸਤਾ ਸੀਗਾ, ਜਾਂ ਕਿਵੇਂ ਆਉਂਦਾ ਉਹ ਗਾਣਾ ਕਿਵੇਂ ਆਉਂਦਾ? ਕਾਲਜ ਦੇ ਵਿੱਚ ਮੈਨੂੰ ਪਹਿਲੀ ਜਿਹੜੀ ਡੱਫਰੀ ਲਿਆ ਕੇ ਦਿੱਤੀ 14 ਰੁਪਏ ਦੀ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੰਡਿਆਂ ਨੇ ਲਿਆ ਕੇ ਦਿੱਤੀ, ਜਿਹਦੇ ਵਿੱਚ ਯੁਗਰਾਜ ਹੋਣੀ ਵੀ ਸੀਗੇ, ਯੁਗਰਾਜ ਤੂਫਾਨ। ਹਾਂ ਹਾਂ, ਕਿਉਂ ਨਹੀਂ ਮਿਲਦੇ ਰਹੇ ਉਹਨਾਂ? ਹਾਂਜੀ, ਕਿਉਂ ਨਹੀਂ ਮਿਲਦੇ ਸੀ? ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਪੰਜਾਬੀ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਾਰੇ ਸੁਣਨ ਵਾਲੇ, ਦੇਖਣ ਵਾਲੇ, ਜਿੰਨੇ ਵੀ ਦਰਸ਼ਕ ਨੇ, ਸਰੋਤੇ ਨੇ, ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ, ਸਤਿ ਸ਼੍ਰੀ ਅਕਾਲ। ਪੂਰਾ ਗਾਇਕਾਂ ਵਾਲੇ ਸਟਾਈਲ ਜਿਹੜਾ ਤੁਸੀਂ ਸਟੇਜ ਤੋਂ ਕਰਦੇ ਹੋਗੇ ਉਹੀ ਸਟਾਈਲ ਹੈ, ਪਰ ਇਹ ਬਿਲਕੁਲ ਫਾਰਮਲ ਨਾ ਹੋ। ਫਾਰਮਲ ਨਹੀਂ ਹੈ, ਇਹ ਇੱਕ ਨਾ ਬੜੀ ਇੱਕ, ਇਹ ਵੀ ਇੱਕ ਸੰਘਰਸ਼ ਦਾ ਪਾਰਟ ਹੀ ਹੈ, ਜਿੱਦਾਂ ਤੁਸੀਂ ਬੋਲਿਆ ਨਾ ਕਿ ਇਹ ਜਦੋਂ ਸਟੇਜ 'ਤੇ ਜਾਈਦਾ ਨਾ, ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੁੰਦੀ ਹੈ ਨਾ, ਉਹੀ ਸੰਘਰਸ਼ਮਈ ਹੁੰਦੀ ਹੈ, ਜਿਹੜਾ ਸਟਾਰਟ ਕਰਨਾ, ਜਿਹੜੀ ਸਤਿ ਸ਼੍ਰੀ ਅਕਾਲ ਦੀ ਮਾਹੌਲ ਬਣ ਜਾਂਦਾ ਫਿਰ ਤੇ, ਹਾਂ, ਜਿਹੜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦੀ ਸੁਰ ਜਿਹੜੀ ਹੈ ਨਾ, ਉਹ ਲੱਗ ਗਈ ਨਾ, ਅਤੇ ਤੁਹਾਡੀ ਸੁਰ ਲੱਗ ਜਾਣੀ। ਹਰ ਵਾਰ ਜਦੋਂ ਸਟੇਜ 'ਤੇ ਚੜ੍ਹਦੇ ਹੋ ਇੱਕ ਝਿਜਕ ਤਾਂ ਹੁੰਦੀ ਹੈ, ਜਿਵੇਂ ਕੈਮਰੇ ਮੂਹਰੇ ਆਉਂਦੇ ਹਾਂ ਅਸੀਂ, ਬਹੁਤ ਜ਼ਿਆਦਾ ਡਰ ਹੁੰਦਾ। ਹੁਣ ਵੀ ਮੈਂ ਕੱਲ੍ਹ ਪਰਸੋਂ ਇੱਕ ਕਿਉਂਕਿ ਵੱਡੇ ਵੱਡੇ ਲੋਕ ਸਾਹਮਣੇ ਬੈਠੇ ਹੁੰਦੇ ਆ ਜੀ, ਨਹੀਂ ਕੋਈ ਵੀ ਛੋਟੇ ਵੱਡੇ ਕੋਈ ਵੀ ਲੋਕ ਜਿਹੜੇ ਹੁੰਦੇ ਆ, ਵੱਡਿਆਂ ਦਾ ਦੀ ਵੀ ਕਈ ਵਾਰੀ ਪ੍ਰਵਾਹ ਨਹੀਂ ਕਰੀਦਾ, ਪਰ ਕੀ ਹੈ ਕਿ ਤੁਹਾਨੂੰ ਕਿਉਂਕਿ ਆਪਣੇ ਆਪ ਨਾਲ ਜੁੜਨ ਵਾਸਤੇ ਜਿਹੜਾ ਇੱਕ ਸੰਘਰਸ਼ ਕਰਨਾ ਪੈਂਦਾ ਉੱਥੇ, ਉਹਦੀ ਸ਼ੁਰੂਆਤ ਬੜੀ ਮੁਸ਼ਕਲ ਹੁੰਦੀ ਹੈ। ਮੈਂ NK ਪੰਡਿਤ ਜੀ ਕੋਲ ਜਾਂਦਾ ਸੀਗਾ, ਜਿੱਦਾਂ NK ਸ਼ਰਮਾ ਕੋਲ, ਉਹ ਕਿਸਿਆਂ ਦੇ ਬਾਅਦ 'ਚ ਆਉਣਾ ਮੈਂ, ਹਾਂ, ਕਿਉਂਕਿ ਮੈਂ ਜਿਵੇਂ ਕਿਹਾ ਹੈਗਾ ਕਿ ਆਪਾਂ ਛਿੜੀਏ ਤਾਰਾਂ ਉਹਨਾਂ ਨੂੰ ਜਿਹੜੀਆਂ ਤਾਰਾਂ ਤੁਹਾਡੇ ਬਚਪਨ ਨਾਲ ਜੁੜੀਆਂ ਨੇ ਜੀ। ਪਿੰਡ ਜੱਸੀ ਦਾ ਡਾਲੀਆ ਮਿਰਜ਼ਾਨਪੁਰ ਜੀ, ਡਾਲੀਆ ਮਿਰਜ਼ਾਨਪੁਰ ਦੀਆਂ ਗਲੀਆਂ ਦੀ ਬਚਪਨ ਦੀ ਇੱਕ ਯਾਦ ਜਿਹੜੀ ਅਜੇ ਵੀ ਯਾਦ ਆ, ਜਿਹੜੀ ਪਹਿਲਾਂ ਜਦੋਂ ਐਂ ਲੱਗਿਆ ਕਿ ਮੈਂ ਯਾਰ ਜੱਸੀ ਹਾਂ, ਮੈਂ ਗਲੀਆਂ 'ਚ ਫਿਰਦਾਂਗਾ। ਕੀ ਨਾਂ ਹੁੰਦਾ ਸੀ ਪਿੰਡ ਦਾ? ਡਾਲੀਆ ਮਿਰਜ਼ਾਨਪੁਰ। ਤੁਹਾਡਾ ਨਾਂ ਕੀ ਹੁੰਦਾ ਸੀ? ਇੱਕ ਨਾਂ ਰੱਖਿਆ ਹੁੰਦਾ ਨਾ ਪਿੰਡ, ਜੱਸੂ। ਮੇਰਾ ਵੈਸੇ ਪਿੰਡ ਦਾ ਨਾਮ ਜੱਸੂ ਹੈ, ਜੱਸੂ। ਮਾਂ ਮੇਰੀ ਜਸਵੀਰ ਕਹਿੰਦੀ ਸੀ ਹਮੇਸ਼ਾ, ਕਾਕਾ ਕਹਿੰਦੀ ਸੀ, ਭੈਣਾਂ ਜਸਵੀਰ ਕਹਿੰਦੀਆਂ ਸੀ, ਅਜੇ ਵੀ ਮੇਰੀ ਸਿਸਟਰ ਜਿਹੜੀ ਆ ਉਹ ਜਸਵੀਰ ਹੀ ਕਹਿੰਦੀਆਂ। ਜੱਸੀ ਤਾਂ ਬਹੁਤ ਬਾਅਦ 'ਚ ਨਾਮ ਪਿਆ, ਉਹਦਾ ਵੀ ਇੱਕ ਆਪਣੀ ਇੱਕ ਜਰਨੀ ਹੈ, ਪਰ ਜੱਸੂ ਨਾਮ ਸੀਗਾ। ਮਾਂ ਮੇਰੀ ਪਹਿਲਾਂ ਤਾਂ ਇਸੇ ਗੱਲ 'ਤੇ ਬੜੀ ਸਟਰਗਲ ਕਰਦੀ ਸੀ ਵੀ ਜੱਸੂ ਕਿਉਂ ਕਹਿੰਦੇ ਹੋ, ਜਸਵੀਰ ਕਿਉਂ ਨਹੀਂ ਕਹਿੰਦੇ, ਮੇਰੇ ਪੁੱਤ ਨੂੰ ਤੁਸੀਂ ਜਸਵੀਰ ਸਿੰਘ ਕਿਹਾ ਕਰੋ, ਜਸਵੀਰ ਮੇਰੇ ਪੁੱਤ ਦਾ ਨਾਮ ਲਿਆ ਕਰੋ, ਹਰ ਮਾਂ ਪਿਓ ਨੂੰ ਲੱਗਦਾ। ਹਾਂ, ਅਤੇ ਉਹ ਵੀ ਇੱਕ ਸਟਰਗਲ ਸੀਗੀ। ਅਗਰ ਸ਼ੁਰੂਆਤ ਕਰਾਂ, ਮੈਨੂੰ ਯਾਦ ਹੈ ਸਾਡੇ ਪਿੰਡ ਦੇ ਲਾਗੋ ਇੱਕ ਛੋਟਾ ਜਿਹਾ ਸੂਆ ਲੰਘਦਾ, ਅਤੇ ਉੱਥੇ ਅਸੀਂ ਨਹਾਉਣ ਚੱਲ ਜਾਂਦੇ ਸੀ ਦੁਪਹਿਰ ਨੂੰ, ਅਤੇ ਮਾਂ ਮੇਰੀ ਧੁੱਪ 'ਚ ਨਿਕਲ ਨਹੀਂ ਦਿੰਦੀ ਸੀ, ਅਤੇ ਉਹ ਫਿਰ ਛੋਟਾ ਜਿਹਾ ਸਾਈਕਲ ਸੀਗਾ ਮੇਰੇ ਕੋਲ, ਉਹ ਲੈ ਕੇ ਚੱਲ ਜਾਂਦਾ ਸੀ ਪਿੱਛੇ ਕਿਸੇ ਨੂੰ ਬਿਠਾ, ਬਹੁਤ ਛੋਟਾ ਸਾਈਕਲ ਸੀਗਾ ਉਦੋਂ, ਮੇਰੇ ਖਿਆਲ ਮੈਂ 8-9 ਸਾਲ ਦਾ ਹੀ ਸੀਗਾ, ਪਾਪਾ ਜੀ ਨੇ ਲਿਆ ਕੇ ਦਿੱਤਾ ਸੀ ਉਹ ਛੋਟਾ ਸਾਈਕਲ, ਲਾਲ ਰੰਗ ਦਾ ਸਾਈਕਲ ਹੁੰਦਾ ਸੀ, ਉਹਨੂੰ ਕਈ ਵਾਰੀ ਖੋਲ੍ਹ ਵੀ ਲੈਂਦਾ ਸੀ, ਉਹਦੇ ਕੁੱਤੇ ਫੇਲ ਹੋ ਜਾਂਦੇ ਸੀ ਉਹ ਵੀ ਵਿੱਚ ਪਾ ਲੈਂਦਾ ਸੀ, ਕਦੀ ਫੇਲ ਵੀ ਕਰ ਲੈਂਦਾ ਸੀ, ਚੈਨ ਵੀ ਚੜਾ ਲੈਂਦਾ ਸੀ ਉਹਨੂੰ, ਚੈਨ ਫਸ ਜਾਂਦੀ ਸੀ ਸਾਈਕਲ, ਉਹਨੂੰ ਅਲਾਈਨਮੈਂਟ ਵੀ ਕਰ ਲੈਂਦਾ ਸੀ, ਉਹ ਸਾਰਾ ਕੁਛ ਹੀ ਕਰ ਲੈਂਦਾ ਸੀ ਮੈਂ, ਅਤੇ ਉੱਥੋਂ ਜਦੋਂ ਮਾਂ ਕੁੱਟਦਿਆਂ ਲਿਆਉਂਦੀ ਸੀ ਨਾ ਉਹ ਨਹਿਰ 'ਚ, ਕਿਉਂਕਿ ਸਾਰੀ ਦੁਪਹਿਰ ਹੀ ਨਹਿਰ 'ਚ ਕੱਢਦੇ ਸੀ, ਉੱਥੇ ਇੱਕ ਜਾਮਨ ਸੀਗਾ, ਫਿਰ ਮਾਵਾਂ ਜਿਹੜੀਆਂ ਪਿੰਡ ਦੀਆਂ ਜਿਹੜੀਆਂ ਮਾਤਾਵਾਂ ਹੁੰਦੀਆਂ ਹੈ ਨਾ, ਪਿੰਡ ਦੇ ਲੋਕ ਅੱਜ ਵੀ ਜਿਹੜੇ ਲੋਕ ਨੇ ਉਹ ਥੋੜ੍ਹੇ ਸੁਪਰਸਟੀਸ਼ੀਅਸ ਵੀ ਹੁੰਦੇ, ਵੀ ਉਹ ਕਹਿੰਦੇ ਵੀ ਜਾਮਨ ਦੇ ਉੱਪਰ ਸਲੇਡਾ ਰਹਿੰਦਾ, ਉਹਨੇ ਇਹਨੂੰ ਚੁੱਕ ਲੈਣਾ, ਉਹਨੇ ਇਹਨੂੰ ਮਾਰ ਦੇਣਾ, ਉਹਨੇ ਇਹਨੂੰ ਡੋਬ ਦੇਣਾ, ਜਾਂ ਇੱਦਾਂ ਦੀਆਂ ਚੀਜ਼ਾਂ, ਅਤੇ ਮੇਰੀ ਮਾਂ ਜਿਹੜੀ ਆ ਉਹ ਫਿਰ ਮੈਨੂੰ ਕੁੱਟਦਿਆਂ ਪਿੰਡ ਲੈ ਕੇ ਆਉਂਦੀ ਸੀ, ਜੂੜਾ ਫੜ ਕੇ ਫਿਰ ਪਿਆਰ ਵੀ ਕਰਨਾ, ਫਿਰ ਆ ਕੇ ਖਾਣਾ, ਪਹਿਲਾਂ ਤਾਂ ਉਹ ਨਹਿਰ ਦੇ ਪਾਣੀ ਤੋਂ ਬਾਹਰ ਕੱਢਣਾ, ਅਤੇ ਫਿਰ ਘਰ ਲਿਆ ਕੇ ਨਵਾਲਣਾ ਪੂਰੀ ਤਰ੍ਹਾਂ, ਨਵਾ ਕੇ ਅਤੇ ਫਿਰ ਖਾਣਾ ਪਿਲਾਉਣਾ, ਅਤੇ ਪਿਆਰ ਵੀ ਬਹੁਤ ਕਰਨਾ। ਮਾਂ ਮੇਰੀ ਥੋੜ੍ਹੀ ਅਲੱਗ ਤਰ੍ਹਾਂ ਦੀ ਮਾਤਾ ਸੀਗੀ, ਉਹ ਥੋੜ੍ਹੀ ਇੰਟਲੈਕਟ ਲੈਵਲ ਸੀਗਾ ਉਹਦੇ 'ਚ। ਮੈਂ ਹੁਣ ਕਈ ਵਾਰੀ ਜਦੋਂ ਇੱਥੇ ਆਇਆ ਅਲੀਟ ਕਲਾਸ ਨੂੰ ਮਿਲਣ ਲੱਗਿਆ ਨਾ, ਫਿਰ ਮੈਨੂੰ ਲੱਗਿਆ ਯਾਰ ਉਹ ਬਹੁਤ ਇੰਟਰਨੈਸ਼ਨਲ ਸੋਚਦੀ ਸੀ,
ਉਹ ਉਸ ਟਾਈਮ 'ਤੇ ਜਿਹੜਾ ਸੋਚ ਰਹੀ ਸੀ ਨਾ ਉਹ ਅਲੱਗ ਤਰ੍ਹਾਂ ਦਾ ਸੋਚ ਰਹੀ। ਇਹ ਤਾਂ ਚਲੋ ਇੱਕ ਹਰ ਮਾਂ ਆਪਣੇ ਬੱਚੇ ਨੂੰ ਸੇਵ ਕਰਦੀ ਹੈ, ਪਰ ਜਦੋਂ ਕਬੱਡੀ ਖੇਡਣ ਲੱਗੇ ਫਿਰ ਥੋੜ੍ਹੇ ਟਾਈਮ ਦੇ ਬਾਅਦ, ਅਤੇ ਉਹ ਕਹਿੰਦੀ ਸੀ ਵੀ ਅੱਖਾਂ ਤੋਂ ਅੰਨਾ ਹੋ ਜਾ ਅਤੇ ਕੰਨਾਂ ਤੋਂ ਬੋਲਾ ਹੋ ਜਾ। ਇਹੀ ਗੱਲ ਉਹਨੇ ਮੇਰੇ ਗੁਰਮੇਜ਼, ਮੇਰਾ ਕਜ਼ਨ ਹੈਗਾ, ਉਹਨੂੰ ਕਹਿਣੀ, ਗੁਰਮੇਜ਼ ਨੂੰ ਕਹਿਣੀ, ਅਤੇ ਗੁਰਮੇਜ਼ ਨੇ ਮੈਨੂੰ ਕਹਿਣਾ ਦੇਖਿਆ ਚਾਚੀ ਜੋ ਕਹਿੰਦੀ ਹੈ ਉਹ ਸੋਚਣਾ, ਉੱਦਾਂ ਹੀ ਕਰਨਾ, ਉਹ ਫੋਕਸ ਉਹਦੇ ਉੱਤੇ ਆ। ਕਿਉਂ ਕਹਿਣਾ ਅੱਖਾਂ ਤੋਂ ਅੰਨਾ ਹੋ ਜਾ ਕੰਨਾਂ ਤੋਂ ਬੋਲਾ ਹੋ ਜਾ, ਕਿ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ, ਲੋਕਾਂ ਦੇ ਨਾਲ ਗੱਲਾਂ ਜ਼ਿਆਦਾ ਸੁਣੇਗਾ ਤਾਂ ਫਿਰ ਕਰੇਗਾ ਵੀ, ਦੇਖੇਗਾ ਤਾਂ ਬੁਰਾ ਵੀ ਦੇਖੇਗਾ, ਚੰਗਾ ਬੁਰਾ ਵੀ ਦੇਖੇਗਾ, ਉਹਦੇ ਜਦੋਂ ਜ਼ਿਆਦਾ ਦੇਖੇਗਾ ਫਿਰ ਉਹ ਵੀ ਜ਼ਿਆਦਾ ਮਾਇੰਡ ਦੇ ਵਿੱਚ ਹੀ ਜਾਣਗੀਆਂ, ਅਤੇ ਤੇਰੀ ਗੇਮ ਜਿਹੜੀ ਹੈ, ਤੇਰਾ ਫੋਕਸ ਜਿਹੜਾ ਉਹਦੇ ਤੋਂ ਹਟੇਗਾ। ਤਾਂ ਇਹ ਅੱਜ ਮੈਂ ਇੱਥੇ ਜਦੋਂ ਆਉਂਦਾ, ਜਦੋਂ ਅਸੀਂ ਮੈਡੀਟੇਸ਼ਨ ਦੀਆਂ ਕਲਾਸਾਂ ਲਗਾਉਂਦੇ ਹਾਂ, ਜਦੋਂ ਅਸੀਂ ਇੱਕ ਰਿਟਰੀਟ ਵਾਸਤੇ ਜਾਂਦੇ ਹਾਂ ਹਫ਼ਤਾ ਹਫ਼ਤਾ, ਅਤੇ ਉਹ ਇਹ ਸਿਖਾਉਂਦੇ ਕਿ ਫੋਕਸ ਕਰੋ ਜੀ, ਆਪਣੇ ਗਾਇਕੀ ਨੂੰ ਲੈ ਕੇ ਆਓ, ਆਪਣੇ ਗੁਰੂ ਨੂੰ ਆਪਣੇ ਅੰਦਰ ਲੈ ਕੇ ਆਓ, ਓਮ ਲਗਾਓ, ਇੱਕ ਓਂਕਾਰ ਦਾ ਜਾਪ ਕਰੋ। ਅਤੇ ਇਹ ਗੱਲਾਂ ਜਿਹੜੀਆਂ ਉਸ ਟਾਈਮ ਦੀਆਂ ਇਹ ਗੱਲਾਂ ਨੇ। ਮੇਰੀ ਮਾਂ ਨੇ ਜਿੱਦਾਂ ਸਹਿਜ ਪਾਠ ਰੱਖਿਆ ਜਦੋਂ ਮੈਂ ਸ਼ੁਰੂ ਕੀਤਾ, ਅਤੇ ਫਿਰ ਸਹਿਜ ਪਾਠ ਰੱਖਿਆ ਵੀ ਪਾਠ ਕਰਿਆ ਕਰ ਭਾਈ। ਤਰਲੋ ਅੱਜ ਵੀ ਤੁਸੀਂ ਇੰਸਟਾ ਦੀ ਅਗਰ ਮੇਰੀ ਸਟੋਰੀ ਦੇਖੋ ਤਾਂ ਮੈਂ ਰੋਜ਼ ਇੱਕ ਸਟੋਰੀ ਪਾਉਂਦਾ, ਜਿਹੜੀ ਸਵੇਰੇ ਮੈਂ ਭਾਈ ਤਰਲੋਚਨ ਸਿੰਘ ਜੀ ਉਹਨਾਂ ਦਾ ਜਪਜੀ ਸਾਹਿਬ ਲਗਾਉਂਦਾ, ਮੈਂ ਉਹੀ ਸੁਣਦਾ। ਉਹਦੇ ਨਾਲ ਮੈਂ ਨੇਚਰ ਦੀਆਂ, ਕਈ ਵਾਰੀ ਇੱਥੋਂ ਜਾਂ ਕਿਤੇ ਵੀ ਹੋਵਾਂ, ਮੈਂ ਉਸ ਨੇਚਰ ਦੀਆਂ ਇੱਕ ਦ੍ਰਿਸ਼ ਜਿਹੜਾ ਉਹ ਪਾ ਦਿੰਦਾ। ਲੋਕ ਬਹੁਤ ਪਸੰਦ ਕਰਦੇ, ਲੋਕਾਂ ਨੂੰ ਚੰਗਾ ਲੱਗਦਾ, ਔਰ ਕਮ ਸੇ ਕਮ 40-50 ਬੰਦੇ ਮੈਨੂੰ ਇਹ ਪੁੱਛਦੇ ਕਿ ਭਾਈ ਸਾਹਿਬ ਕੌਣ ਨੇ। ਹੋ ਸਕਦਾ ਹੁਣ ਤੁਹਾਡੇ TV ਰਾਹੀਂ ਉਹਨਾਂ ਨੂੰ ਮੈਸੇਜ ਆਏ ਕਿ ਭਾਈ ਤਰਲੋਚਨ ਸਿੰਘ ਨੇ, ਮੈਨੂੰ ਇਕੱਲੇ ਨੂੰ ਜਵਾਬ ਨਾ ਦੇਣਾ ਪਏ, ਪਰ ਉਹਨਾਂ ਦੀ ਸੁਰੀਲੀ ਆਵਾਜ਼ ਅਤੇ ਇੱਦਾਂ ਦੀ ਸ਼ੁਰੂਆਤ। ਬਾਪੂ ਦੇ ਨਾਲ ਜਿਵੇਂ ਬੇਬੇ ਨਾਲ ਕਿਹਾ, ਬੇਬੇ ਦੀਆਂ ਯਾਦਾਂ, ਤਾਂ ਇਹਨੇ ਕਿ ਜੂੜਾ ਫੜ ਕੇ ਕੁੱਟਦੇ ਲਿਆਉਂਦੇ ਸੀ ਨਹਿਰ ਤੋਂ ਬਾਪੂ ਨਾਲ। ਬਾਪੂ ਨਾਲ ਪਹਿਲਾਂ ਵਧੀਆ ਸੀਗਾ, ਜਦੋਂ 14-15 ਸਾਲ ਦਾ ਹੋਇਆ ਉਦੋਂ ਖੜਕ ਗਈ ਸੀ। ਉਦੋਂ ਮਤਲਬ ਮੈਂ ਸਿੱਧਾ ਸ਼ਰਿਆਮ ਹੀ ਕਹਾਂਗਾ ਬਲੰਟਲੀ, ਕਿ ਉਹ ਥੋੜ੍ਹੇ ਜਿਹੇ ਜਿੱਦਾਂ ਪਿੰਡ ਵਾਲੇ ਲੋਕ ਹੁੰਦੇ ਆ ਨਾ, ਵੀ ਮਾਵਾਂ ਨੂੰ ਹੱਥੀਂ ਪੈ ਜਾਣਾ ਜਾਂ ਇੱਦਾਂ ਕੁਛ, ਮੇਰੇ ਡੈਡੀ ਸੀਗੇ, ਆਮ ਚੱਲਦਾ ਆਪਣੇ ਵਾਲੀ ਪੀੜ੍ਹੀ 'ਚ ਤਾਂ ਬਹੁਤ ਚੱਲਦਾ। ਹਾਂ, ਅਤੇ ਜਦੋਂ ਮੈਂ 14-15 ਸਾਲ ਦਾ ਸੀਗਾ ਤਾਂ ਮੇਰੇ ਯਾਦ ਹੈ ਮੈਂ ਸੁੱਤਾ ਪਿਆ ਸੀ, ਅਤੇ ਮੈਂ ਦੇਖਿਆ ਕਿ ਮੇਰੇ ਡੈਡ, ਮੈਨੂੰ ਆਵਾਜ਼ ਜੀ ਆਈ, ਅਤੇ ਮੈਂ ਉਹ ਡੈਡੀ ਮੇਰੇ ਪਾਪਾ ਜੀ ਜਿਹੜੇ ਉਹ ਮੇਰੀ ਮਾਂ ਨੂੰ ਨਾ ਫੱਟੀਆਂ ਨਾਲ ਕੁੱਟ ਰਹੇ ਸੀ, ਅਤੇ ਮੈਂ ਅੰਦਰ ਗਿਆ ਅਤੇ ਮੈਂ ਇੱਕ ਹਾਕੀ ਸੀਗੀ, ਮੈਂ ਹਾਕੀ ਫੜ ਕੇ ਲਿਆਇਆ ਬਾਹਰ, ਮੈਂ ਮਾਰਨ ਲੱਗਿਆ ਅਤੇ ਉਹਨਾਂ ਨੇ ਖੋ ਕੇ ਮੈਨੂੰ ਕੁੱਟਿਆ। ਫਿਰ ਅਸੀਂ ਮੈਂ ਅਤੇ ਮੇਰੀ ਮਾਂ ਘਰੋਂ ਨਿਕਲ ਗਏ ਅਤੇ ਜਾ ਕੇ ਰਹੇ ਇੱਕ ਚਾਚੀ ਸਾਡੀ ਮਾਸੀ ਵੀ ਉਹਨੂੰ ਅਸੀਂ ਕਹਿੰਦੇ ਹਾਂ, ਅਤੇ ਉਹ ਮਾਸੀ ਦੇ ਘਰ ਰਹੇ 2-3 ਦਿਨ, ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਫਿਰ 2-3 ਦਿਨ ਬਾਅਦ ਜਦੋਂ ਠੰਡਾ ਮਾਹੌਲ ਹੋ ਗਿਆ ਫਿਰ ਆਏ, ਅਤੇ ਉਸ ਟਾਈਮ ਤੋਂ ਹੀ ਪਾਪਾ ਜੀ ਨਾਲ ਮੇਰੀ ਬਹੁਤ ਖੜਕਦੀ ਸੀ। ਇੱਕ ਮੇਰੀ ਪ੍ਰੋਬਲਮ ਪਾਪਾ ਜੀ ਨਾਲ ਰਹਿੰਦੀ ਸੀ ਕਿ ਉਹ ਕਿਸੇ ਦੀ ਜ਼ਮੀਨ ਹੋਣੀ, ਕਿਸੇ ਨੇ ਕਬਜ਼ਾ ਕਰਨ ਆਉਣਾ, ਉਹਨਾਂ ਨੇ ਅਗਰ ਪਿੰਡ ਤੋਂ ਕੁਰਬਾਨ ਕੱਢ ਕੇ ਐਵੇਂ ਖੜੇ ਹੋ ਜਾਣਾ ਵੀ ਨਹੀਂ ਨਹੀਂ ਤੁਸੀਂ ਕਰ ਨਹੀਂ ਸਕਦੇ, ਅਜੇ ਯਾਦਵਿੰਦਰ ਇੱਥੇ ਨਹੀਂ ਹੈਗਾ, ਤੁਸੀਂ ਉਹਨਾਂ ਚਿਰ ਨਹੀਂ ਇੱਥੇ ਆ ਸਕਦੇ। ਉਹ ਚੰਗੀ ਤਾਂ ਲੱਗਦੀ ਸੀ ਗੱਲ, ਪਰ ਮੈਨੂੰ ਉਹ ਗੱਲ ਵੀ ਫਿਰ ਮਾਂ ਦੀ ਵੀ ਯਾਦ ਆਉਂਦੀ ਸੀ ਵੀ ਕਿਸੇ ਸਾਰਿਆਂ ਦੇ ਕੰਮਾਂ 'ਚ ਸ਼ਾਮਿਲ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਅਸੀਂ ਲਾਤੜ ਆ ਰਹੇ ਹਾਂ, ਅਤੇ ਉਹ ਇੱਕ ਪ੍ਰੋਫੈਸ਼ਨਲਿਜ਼ਮ ਵੀ ਕਹਿ ਲਓ ਉਹਨੂੰ ਥੋੜ੍ਹਾ ਜਿਹਾ। ਅੱਜ ਆਪਾਂ ਸੋਚਦੇ ਹਾਂ ਜਿਵੇਂ ਕਿ ਯਾਰ ਕਿਸੇ ਦਾ ਪੰਗਾ ਹੈ ਤਾਂ ਆਪਾਂ ਕਿਉਂ ਵਿੱਚ ਉਹਦੇ ਵਿੱਚ ਜਾ ਕੇ ਫਸ ਜਾਣਾ, ਪਰ ਮੈਂ ਅਜੇ ਵੀ ਫਸ ਜਾਣਾ ਕਈਆਂ ਥਾਵਾਂ 'ਤੇ। ਮੈਨੂੰ ਲੱਗਦਾ ਹੁਣ ਜਿਉਂ ਜਿਉਂ ਮੇਰੀ ਉਮਰ ਹੋ ਰਹੀ ਹੈ ਅਤੇ ਉਹ ਪਾਪਾ ਜੀ ਵਾਲੀਆਂ ਗੱਲਾਂ ਮੇਰੇ ਵਿੱਚ ਆ ਰਹੀਆਂ, ਅਤੇ ਉਹਨਾਂ ਨਾਲ ਜ਼ਿਆਦਾ ਨਹੀਂ ਬਣੀ। ਐਂਡ ਦੇ ਉੱਤੇ ਬਿਲਕੁਲ ਜਦੋਂ ਉਹਨਾਂ ਦੀ ਡੈਥ ਤੋਂ 4-5 ਸਾਲ ਪਹਿਲੇ ਫਿਰ ਬਹੁਤ ਬਣਨੀ ਸ਼ੁਰੂ ਹੋ ਗਈ ਸੀ। ਫਿਰ ਉਹ ਫਿਰ NK ਦੀ ਗੱਲ, ਉਹ NK ਦੀਆਂ ਕੁਛ ਟ੍ਰੇਨਿੰਗਸ ਹੈਗੀਆਂ, NK ਪੰਡਿਤ ਜੀ ਆਪਣੇ ਕੀ ਕਹਿੰਦੇ ਨੇ ਉਹ ਪੰਡਿਤ ਜੀ ਕੋਲ ਟ੍ਰੇਨਿੰਗ ਕਰਨ ਗਿਆ ਨਾ ਮੈਂ, ਤਾਂ ਮੈਨੂੰ ਕਹਿੰਦੇ ਵੀ ਜੋ ਤੁਸੀਂ ਕੁਐਸਚਨ ਪੁੱਛਿਆ ਵੀ ਡੈਡੀ ਨਾਲ ਕਿੱਦਾਂ ਰਹੀ ਹੋ, ਮੈਂ ਕਿਹਾ ਜੀ ਮੇਰੀ ਕਦੀ ਬਣੀ ਨਹੀਂ। ਉਹ ਕਹਿੰਦੇ ਯਾਰ ਤੂੰ ਐਕਟਰ ਕੀ ਬਣੇਗਾ ਜੇ ਤੇਰਾ ਪਿਓ ਨਾਲ ਹੀ ਰਿਲੇਸ਼ਨਸ਼ਿਪ ਨਹੀਂ ਹੈਗੀ, ਤੈਨੂੰ ਤੇਰੇ ਅੰਦਰ ਫੀਲ ਹੀ ਨਹੀਂ ਹੈਗਾ ਉਹ। ਅਤੇ ਉਹ ਕਹਿੰਦੇ ਵੀ ਅੱਜ ਤੂੰ ਜਾਣਾ, ਅਤੇ ਮੈਂ ਕਿਹਾ ਮੇਰੇ ਡੈਡੀ ਆਏ ਹੈ, ਕਹਿੰਦੇ ਅੱਜ ਤੂੰ ਜਾਣਾ ਅਤੇ ਉਹਨਾਂ ਨੂੰ ਜੱਫੀ ਪਾਉਣੀ ਹੈ। ਉਹ ਦਿਨ ਵੀ ਬੜਾ ਕਮਾਲ ਸੀਗਾ, ਚਲੋ ਤੁਸੀਂ ਛੇੜ ਲਈ ਗੱਲ। ਉਹਨਾਂ ਨੂੰ ਇੱਥੇ ਉਹਨਾਂ ਦੇ ਟਿਊਮਰ ਹੋ ਗਿਆ ਸੀ ਲਾਸਟ ਦੇ ਉੱਤੇ, ਉਹਦੇ ਇੱਥੇ ਏਮਸ ਦੇ ਵਿੱਚ ਅਸੀਂ ਉਹਨੂੰ ਚੈੱਕ ਕਰਾ ਰਹੇ ਸੀਗੇ, ਉਹਦੇ ਟੈਸਟ ਟੁਸਟ ਹੋ ਰਹੇ ਸੀ, ਅਤੇ ਪਾਪਾ ਜੀ ਉਸ ਦਿਨ ਡਾਕਟਰ ਨੂੰ ਮਿਲ ਕੇ ਆਏ ਸੀ, ਜਿਹੜੇ ਇੱਕ ਰਣਦੀਪ ਡਾਕਟਰ ਹੈਗੇ ਆ ਗੁਲੇਰੀਆ, ਉਹਨਾਂ ਨੂੰ ਮਿਲ ਕੇ ਆਏ ਸੀਗੇ। ਅਤੇ ਜਦੋਂ ਵਾਪਸ ਆਏ ਅਤੇ ਉਹ ਅੰਗਰੇਜ਼ੀ ਦੇ ਵਿੱਚ ਦੱਸਦੇ ਸੀ, ਜਿਹੜੇ ਕੰਚਨ ਹੁਣੀ ਨਾਲ ਗਏ ਸੀਗੇ, ਅਤੇ ਉਹ ਜਦੋਂ ਅੰਗਰੇਜ਼ੀ ਦੇ ਵਿੱਚ ਦੱਸਦੇ ਸੀ, ਪਰ ਇਹ ਕੁਛ ਵਰਡ ਪਿੱਕ ਕਰ ਲੈਂਦੇ ਸੀ ਵੀ ਜਿੱਦਾਂ ਉਹ ਮਿਲਾਇਨ ਔਰ ਇੱਦਾਂ ਕੈਂਸਰ ਦੀ ਗੱਲ ਕਰਦੇ ਜਾਂ ਟਿਊਮਰ ਦੀ ਗੱਲ ਕਰਦੇ ਸੀ ਐਕਸਪਲੇਨ, ਅਤੇ ਉਹਨਾਂ ਨੂੰ ਇੱਕ ਦੋ ਗੱਲਾਂ ਜਦੋਂ ਕੈਂਸਰ ਸੁਣਦੇ ਸੀ ਤਾਂ ਉਹਨਾਂ ਦੇ ਮਨ ਦੇ ਉੱਤੇ ਬੋਝ ਪੈ ਗਿਆ ਸੀ। ਹੁਣ ਜਦੋਂ ਮੈਂ ਵਾਪਸ ਘਰ ਆਇਆ, ਜਦੋਂ ਮੈਂ ਉਹਨਾਂ ਨੂੰ ਕਮਰੇ 'ਚ ਮਿਲਣ ਗਿਆ, ਤਾਂ ਮੈਨੂੰ ਉਹਨਾਂ ਨੇ ਟਾਸਕ ਦਿੱਤਾ ਹੋਇਆ ਸੀ ਵੀ ਤੂੰ ਜਾ ਕੇ ਜੱਫੀ ਪਾਉਣੀ ਹੈ,
ਤੇ ਮੈਂ ਆਇਆ ਤੇ ਮੈਂ ਪਹਿਲਾਂ ਮੈਂ ਸੋਚਿਆ ਵੀ ਯਾਰ ਇਹ ਤੇ ਬੜਾ ਪੰਗਾ ਹੈ ਹਨਾ, ਮੈਨੂੰ ਪਤਾ ਲੱਗ ਚੁੱਕਿਆ ਸੀ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਹੈ। ਤੇ ਮੈਂ ਆਉਂਦੇ ਆ ਕੇ ਉਹਨਾਂ ਨੂੰ ਬਹੁਤ ਘੁੱਟ ਕੇ ਜੱਫੀ ਪਾਈ, ਪਾਪਾ ਜੀ ਕਿੱਦਾਂ, ਠੀਕ ਹੋ, ਕੀ ਹਾਲ ਹੈ, ਜੇ ਵੋ, ਕੀ ਕਹਿੰਦਾ ਡਾਕਟਰ, ਯੇ ਹਨਾ। ਤੇ ਉਹਨਾਂ ਦੇ ਅੰਦਰ ਇਹ ਗੱਲ ਚੱਲਣੀ ਸ਼ੁਰੂ ਹੋ ਗਈ। ਮੈਂ ਆਪਣੇ ਨਾਲ ਬਹੁਤ ਸੰਘਰਸ਼ ਕਰ ਰਿਹਾ ਸੀਗਾ ਇਸ ਗੱਲ ਦੇ ਉੱਤੇ ਕਿ ਯਾਰ ਮੈਂ ਕਰਾਂ ਕਿ ਨਹੀਂ ਕਰਾਂ ਅੱਜ, ਜਾਂ ਮੈਂ ਕੱਲ੍ਹ ਕਰਾਂ। ਉੱਧਰ ਮੇਰਾ ਟਾਸਕ ਹੈ, ਉੱਧਰ ਮੇਰਾ ਪਿਓ ਦੇ ਮਾਇੰਡ ਦੀ ਇੱਕ ਸਥਿਤੀ ਵੀ ਹੈ ਜਿਹੜੀ ਹੋਰ ਖਰਾਬ ਹੋ ਸਕਦੀ ਹੈ ਇਸ ਗੱਲ ਨਾਲ, ਵੀ ਉਹਨਾਂ ਨੂੰ ਲੱਗੇਗਾ ਵੀ ਮੇਰੀ ਪ੍ਰੋਬਲਮ ਜ਼ਿਆਦਾ ਹੈ ਜਿਹੜੀ ਇਹ ਮੈਨੂੰ ਜੱਫੀਆਂ ਪਾ ਰਹੇ, ਸਾਰੀ ਉਮਰ ਦੇ ਜੱਫੀ ਪਾਈ ਨਹੀਂ। ਅਤੇ ਜਦੋਂ ਮੈਂ ਉਹਨਾਂ ਨੂੰ ਕੀਤਾ ਤਾਂ ਫਿਰ ਮੈਂ ਬਾਅਦ 'ਚ ਉਹਨਾਂ ਨੂੰ ਦੱਸਿਆ ਵੀ, ਐਨਕੇ ਨੇ ਕਿਹਾ ਸੀ ਦੱਸਣਾ ਵੀ ਨਹੀਂ ਹੈ, ਇਹ ਬਾਅਦ 'ਚ ਡਿਸਕਲੋਜ਼ ਵੀ ਨਹੀਂ ਕਰਨਾ। ਫਿਰ ਮੈਂ ਬਾਅਦ ਦੇ ਵਿੱਚ ਥੋੜ੍ਹੇ ਦਿਨਾਂ ਬਾਅਦ ਦੱਸਿਆ ਉਹਨਾਂ ਨੂੰ, ਪਰ ਮੈਂ ਬਹੁਤ ਹੌਸਲੇ ਨਾਲ ਔਰ ਬੜੇ ਅੱਛੇ ਸਾਡੇ ਰਿਲੇਸ਼ਨ ਹੋ ਗਏ। ਫਿਰ ਮੈਂ ਉਹਨਾਂ ਨੂੰ ਕਦੀ ਕਦੀ ਘੁੱਟ ਵੀ ਲੈਂਦਾ ਸੀ, ਉਹ ਕਦੀ ਘਟਾਉਂਦੇ ਨਹੀਂ ਸੀ ਕਿਸੇ ਤੋਂ, ਬੜੇ ਐਕਟਿਵ ਸੀ, ਐਂਡ ਤੱਕ ਬਹੁਤ ਐਕਟਿਵ ਸੀਗੇ। ਉਹਨਾਂ ਦੀਆਂ ਵੀ ਕੁਝ ਖਾਸੀਅਤ ਸੀਗੀਆਂ, ਕੁਝ ਗੱਲਾਂ ਬਹੁਤ ਖਾਸ ਸੀਗੀਆਂ, ਐਕਟਿਵ ਬਹੁਤ ਸੀ, ਪੋਜ਼ਿਟਿਵ ਬਹੁਤ ਸੀਗੇ, ਔਰ ਹਮੇਸ਼ਾ ਮਤਲਬ ਇੱਕਦਮ ਚੁਸਤੀ ਫੁਰਤੀ ਦੇ ਵਿੱਚ ਰਹਿੰਦੇ ਸੀ। ਇਹ ਟੁੱਟਣ ਦਾ ਅਸਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੰਦਾ ਆਪਦੇ ਆਪ 'ਤੇ ਟੁੱਟ ਜਾਂਦਾ ਜਦੋਂ ਆਪਦੇ ਉਸ ਪੂਰੇ ਕਲੈਨ ਤੋਂ ਟੁੱਟਦਾ ਜਾਂ ਆਪਦੀਆਂ ਜੜ੍ਹਾਂ ਤੋਂ ਟੁੱਟਦਾ, ਬੇਸਿਕਲੀ ਤੁਹਾਡੀ ਜੜ੍ਹ ਤੁਹਾਡੇ ਪਿਤਾ ਜੀ ਨੇ ਜਾਂ ਸਾਡੀ ਜੜ੍ਹ, ਸਾਡੀ ਕੁਦਰਤ ਆ ਜਾਂ ਸਾਰਾ ਕੁਛ ਆਪਾਂ ਹੋਲਿਸਟਿਕਲੀ ਦੇਖੀਏ, ਇਹਦਾ ਅਸਰ ਰਿਹਾ ਬਹੁਤ? ਤੁਸੀਂ ਗੈਪ ਦੇਖੇ ਜ਼ਿੰਦਗੀ 'ਚ ਕਿ ਆਹ ਗੈਪ ਸੀ ਇਸ ਕਰਕੇ ਸੀ? ਨਹੀਂ, ਉਹ 3-4 ਸਾਲ ਅਹਿਸਾਸ ਹੋਇਆ ਇਹਨਾਂ ਗੱਲਾਂ ਦਾ? ਹਾਂ, ਬਹੁਤ ਜ਼ਿਆਦਾ ਅਹਿਸਾਸ ਹੋਇਆ। ਮੇਰੇ ਖਿਆਲ 'ਚ ਬੌਂਡਿੰਗ ਤਾਂ ਹੋਣੀ ਚਾਹੀਦੀ ਹੈ। ਹੁਣ ਮੇਰੇ ਵੀ ਬੱਚੇ ਆ ਅਤੇ ਮੈਂ ਉਹਨਾਂ ਨਾਲ ਜਦੋਂ ਬੌਂਡ ਕਰਦਾ ਹਾਂ ਅਤੇ ਮੈਂ ਹਰ ਤਰੀਕੇ ਨਾਲ ਬੌਂਡ ਕਰਦਾ ਹਾਂ। ਮੇਰੇ ਇੱਕ ਹੋਰ ਵੀ ਗੱਲ ਯਾਦ ਹੈ, ਜਦੋਂ ਮੇਰਾ ਬੇਟੇ ਦਾ ਜਨਮ ਹੋਇਆ ਪਿੰਡ ਦੇ ਵਿੱਚ ਸੀਗੇ ਅਸੀਂ, ਅਤੇ ਉਹ ਪਾਪਾ ਜੀ ਉਹਨੂੰ ਆਉਣ ਨਹੀਂ ਦਿੰਦੇ ਸੀ ਜਲੰਧਰ। ਮੈਂ ਵਾਰ ਵਾਰ ਕਹਿੰਦਾ ਸੀ ਵੀ ਮੈਂ ਇਹਨੂੰ ਲੈ ਕੇ ਜਾਣਾ ਸਾਕਾਰ ਨੂੰ, ਅਤੇ ਉਹ ਕਹਿੰਦੇ ਸੀ ਵੀ ਨਹੀਂ ਨਹੀਂ। ਮੈਂ ਕਿਹਾ ਮੇਰਾ ਦਿਲ ਨਹੀਂ ਲੱਗਦਾ, ਅਤੇ ਉਹ ਕਹਿੰਦੇ ਫਿਰ ਸਾਡਾ ਵੀ ਦਿਲ ਨਹੀਂ ਤੇਰੇ ਬਿਨਾਂ ਲੱਗਦਾ। ਉਹ ਕਈ ਬੰਦੇ ਜਿਹੜੇ ਆ ਉਹ ਚਾਹੇ ਐਕਸਪ੍ਰੈਸ ਨਹੀਂ ਕਰਦੇ ਆਪਣੇ ਜਜ਼ਬਾਤਾਂ ਨੂੰ, ਪਰ ਉਹਨਾਂ ਦੇ ਅੰਦਰ ਤਾਂ ਚੀਜ਼ਾਂ ਚੱਲਦੀਆਂ ਹੀ ਹੁੰਦੀਆਂ ਨਾ, ਅੰਦਰ ਜਿਹੜੀਆਂ ਚੀਜ਼ਾਂ ਉਹ ਫੀਲ ਕਰਦੇ ਆ। ਜਦੋਂ ਮੇਰੇ ਯਾਦ ਆ ਮੈਂ ਪਹਿਲਾ ਪਲਾਟ ਲਿਆ ਸੀਗਾ ਅਤੇ 125,000 ਰੁਪਈਏ ਦਾ ਆਲਮੋਸਟ ਪਲਾਟ ਸੀਗਾ, ਅਤੇ ਉਹ ਮੈਂ ਜੋ 125,000 ਰੁਪਈਆ ਇਕੱਠਾ ਕੀਤਾ। ਕਿਹੜੇ ਸਨ 'ਚ? ਇਹ 97 ਦੀ ਗੱਲ ਹੋਣੀ ਹੈ, 2000 5,000 4,000 ਇਕੱਠੇ ਕਰਕੇ ਉਦੋਂ ਇੱਦਾਂ ਪ੍ਰੋਗਰਾਮ ਕਰਦੇ ਹੁੰਦੇ ਸੀ ਜੋ ਵੀ ਬਚਦਾ ਸੀ। ਅਤੇ ਮੈਂ ਆਇਆ ਅਤੇ ਮੈਂ ਉਹ ਬੈੱਡ ਦੇ ਉੱਤੇ ਉਹ ਪੈਸੇ ਵਿਛਾਏ, ਮੈਂ ਵੀ ਪਹਿਲੀ ਵਾਰੀ ਦੇਖੇ ਸੀ ਇੰਨੇ ਪੈਸੇ ਇਕੱਠੇ। ਅਤੇ ਮੈਂ ਪਾਪਾ ਜੀ ਨੂੰ ਬੁਲਾਇਆ, ਪਾਪਾ ਜੀ, ਕਹਿੰਦੇ ਹਾਂ। ਮੈਂ ਕਿਹਾ ਇੰਨੇ ਪੈਸੇ ਇਕੱਠੇ ਦੇਖੇ ਕਦੀ? ਕਹਿੰਦੇ ਨਾ ਯਾਰ, ਇਹ ਤਾਂ ਇਹ ਕਿੰਨਾ ਪੈਸਾ? ਕਰੋੜ ਹੈ। ਮੈਂ ਕਿਹਾ ਨਹੀਂ, ਕਰੋੜ ਨਹੀਂ ਹੈ, ਅਤੇ 1,25,00,000 ਰੁਪਈਏ ਹੈ। ਕਹਿੰਦੇ ਬੜੇ ਲੱਗ ਰਹੇ। ਉਹ ਤਾਂ ਛੋਟੇ ਨੋਟ ਹੁੰਦੇ ਸੀ, ਉਹ ਬਹੁਤ ਖਿਲਰੇ ਹੋਏ ਸੀ, ਔਰ ਖਾਸ ਕਰਕੇ ਸਾਨੂੰ ਇਨਾਮ ਵੀ ਮਿਲਦੇ ਸੀ ਨਾ, ਲੋਕ ਸੁੱਟਦੇ ਸੀ ਉੱਪਰ, ਉਹ 10-10 ਦੇ ਨੋਟ ਵੀ ਹੁੰਦੇ ਸੀ, 50-50 ਦੇ ਨੋਟ ਵੀ ਹੁੰਦੇ ਸੀ। ਅਤੇ ਮੇਰੇ ਯਾਦ ਆ ਉਹ ਫਿਰ ਉਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਹਮੇਸ਼ਾ। ਫਿਰ ਜਦੋਂ ਪਾਪੂਲੈਰਿਟੀ ਹੋਈ ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ, ਅਤੇ ਉਹ ਫਿਰ ਆਕੜ 'ਚ ਆ ਗਏ ਥੋੜ੍ਹੇ ਜਿਹੇ। 98 'ਚ? 98 ਦਸੰਬਰ 'ਚ ਮੇਰਾ ਗਾਣਾ ਆਇਆ ਦਿਲ ਲੈ ਗਈ। ਹਾਂ, ਫਿਰ ਉਹ ਪੈਪਸੀ ਵਰਲਡ ਕੱਪ ਕੌਂਸਰਟ ਹੋ ਰਿਹਾ ਸੀ ਜਲੰਧਰ, ਵੰਡਰਲੈਂਡ ਦੇ 'ਚ ਪ੍ਰੋਗਰਾਮ ਸੀਗਾ। ਉਹਨੂੰ ਅੰਦਰ ਨਾ ਲੰਘਣ ਦੇਣ, ਪਹਿਲਾਂ ਉਹਨਾਂ ਨੇ ਕਿਹਾ ਨਹੀਂ ਵੀ ਮੈਂ ਜਾਣਾ ਹੈ, ਪਾਸ ਚਾਹੀਦੇ ਆ। ਉਹ ਅੰਦਰ ਨਾ ਲੰਘਣ ਦੇਣ, ਮੈਨੂੰ ਬਾਹਰੋਂ ਮੈਂ ਸਟੇਜ 'ਤੇ ਸੀਗਾ ਅਤੇ ਮੈਨੂੰ ਬਾਹਰੋਂ ਆਵਾਜ਼ ਪਤਾ ਚੱਲੇ ਕਿ ਯਾਰ ਪਾਪਾ ਜੀ ਕਹਿ ਰਹੇ ਵੀ ਮੈਂ ਉਹਦਾ ਪਿਓ ਹਾਂ। ਹੋਏ ਮੈਂ ਪਿਓ ਹਾਂ, ਜਦੋਂ ਥੋੜ੍ਹੀ ਜਿਹੀ ਸਾਊਂਡ ਬੰਦ ਹੋਏ ਅਤੇ ਮੈਨੂੰ ਲੱਗਿਆ, ਮੈਂ ਫਿਰ ਉਹ ਬੰਦੇ ਨੂੰ ਇਸ਼ਾਰਾ ਕੀਤਾ ਵੀ ਜਾ ਮੇਰੇ ਡੈਡ ਹੈ ਬਾਹਰ, ਉਹਨੂੰ ਲੈ ਕੇ ਆ। ਅਤੇ ਉਹ ਬਹੁਤ ਰਸ਼ ਸੀਗਾ ਉਹਦੇ ਵਿੱਚੋਂ, ਫਿਰ ਉਹ ਪਾਪਾ ਜੀ ਨੂੰ ਅੰਦਰ ਲੈ ਕੇ ਆਏ, ਪਰ ਉਹ ਰੌਲੇ ਪਾਉਂਦੇ ਰਹੇ। ਕਹਿੰਦੇ ਇਹ ਕੀ ਗੱਲ ਹੋਈ ਵੀ ਤੂੰ ਮੈਨੂੰ ਅੰਦਰ ਨਹੀਂ ਲੰਘਣ ਦੇ ਰਿਹਾ, ਤੂੰ ਐਡਾ ਕਿੱਡਾ, ਤੂੰ SSP ਲੱਗ ਗਿਆ ਤੂੰ ਤੂੰ ਹੈਨਾ। ਇਸ ਗੱਲ ਤੋਂ ਵੀ ਬੜੇ ਦੁਖੀ ਰਹੇ ਵੀ ਮੈਂ ਜਦੋਂ ਪੁਲਿਸ ਵਿੱਚ ਸੀਗਾ ਵੀ ਪੁਲਿਸ ਦੀ ਨੌਕਰੀ ਛੱਡਦੀ। ਉਹ ਕਹਿੰਦੇ ਸੀ ਵੀ ਨੌਕਰੀ ਕਰ, ਉਹ ਮੈਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸੀਗੇ। ਅਤੇ ਪਰ ਮੇਰੀ ਮਾਂ ਜਿਹੜੀ ਸੀ ਉਹ ਅਲੱਗ ਤਰ੍ਹਾਂ ਦੀ ਸੀ, ਉਹ ਕਦੀ ਨਹੀਂ ਚਾਹੁੰਦੀ ਸੀ ਵੀ ਇਹਨੂੰ ਕੁਛ ਕਿਹਾ ਜਾਏ ਵੀ ਤੂੰ ਇਹ ਬਣ। ਸ਼ਿਵ ਦੀ ਉਹ ਜਿਹੜੀ ਇੱਕ ਇੰਟਰਵਿਊ ਹੈ ਨਾ ਜਿਹ 'ਚ ਉਹ ਕਹਿੰਦਾ ਕਿ ਹਰ ਮਿਡਲ ਕਲਾਸ ਜਿਹੜਾ ਆਪਣੇ ਬੱਚੇ ਨੂੰ ਜਾਂ ਇਹ ਬਣਾਉਣਾ ਚਾਹੁੰਦਾ ਜਾਂ ਇਹ ਬਣਾਉਣਾ ਚਾਹੁੰਦਾ, ਉਹਨੂੰ ਲੱਗਦਾ ਵੀ ਨੌਕਰੀ ਮਿਲ ਜਾਏ ਇਹਨੂੰ, ਸਿਕਿਓਰ ਹੋ ਜਾਏ। ਉਹ ਹਰ ਮਾਂ ਬਾਪ ਦਾ ਹੁੰਦਾ, ਅੱਜ ਮੇਰੇ ਵੀ ਉਹ ਆਉਂਦੀ ਹੈ ਮਾਇੰਡ ਦੇ ਵਿੱਚ ਵੀ ਕਿਸੇ ਵੀ ਤਰੀਕੇ ਨਾਲ, ਮੈਂ ਕਦੀ ਰੋਕਦਾ ਨਹੀਂ ਉਹਨਾਂ ਨੂੰ, ਬਟ ਮੈਂ ਸੋਚਦਾ ਹਾਂ ਕਿ ਕੁਛ ਨਾ ਕੁਛ ਕਰ। ਉਹਨਾਂ ਨੂੰ ਲੱਗਦਾ ਹੁੰਦਾ ਕਿ ਪ੍ਰੋਸੈਸ ਇਹਨਾਂ ਦਾ ਗਲਤ ਹੈ, ਪਰ ਉਹ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਕਿ ਮੇਰੇ ਮੰਮੀ ਜਿਹੜੇ ਸੀਗੇ ਉਹ ਕਿੱਦਾਂ ਸਟਰਗਲ, ਜਿਹੜੀ ਤੁਸੀਂ ਕਹਿੰਦੇ ਹੋ, ਮੈਂ ਬਹੁਤ ਸਟਰਗਲ ਨਹੀਂ ਕੀਤੀ, ਮੈਂ ਬਹੁਤ ਸੰਘਰਸ਼ ਨਹੀਂ ਕੀਤਾ। ਮਤਲਬ ਇੱਦਾਂ ਨਹੀਂ ਹੈ ਕਿ ਮੈਂ ਚੰਗੇ ਠੀਕ ਪਰਿਵਾਰ 'ਚੋਂ ਸੀਗਾ, ਚੰਗਾ ਖਾਣਾ ਖਾਂਦੇ ਸੀ, ਚੰਗਾ ਬੈਠਦੇ ਉੱਠਦੇ ਸੀ, ਮੈਨਰਸ ਸੀਗੇ, ਸਾਰਾ ਕੁਛ ਵਧੀਆ ਸਫਿਸਟੀਕੇਟਡ ਸੀ। ਡੈਡੀ ਮੇਰੇ
ਨੌਕਰੀ ਵਧੀਆ ਕਰਦੇ ਸੀ, ਪਹਿਲਾਂ ਫੌਜ ਸੀਗੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਨੌਕਰੀ ਕਰਦੇ ਸੀ ਡਰਾਈਵਰ ਦੀ, ਅਤੇ ਵਧੀਆ ਥੋੜ੍ਹੀ ਜਿਹੀ ਮੈਨੂੰ ਲੱਗਦਾ ਤੇਲ ਤੂਲ ਵੀ ਵੇਚ ਲੈਂਦੇ ਸੀ ਰਿਸ਼ਵਤ, ਉਹ ਵੀ ਹਾਂ ਉਹਦਾ ਵੀ ਫਰੂਟ ਫਰਾਟ ਲੈ ਆਉਂਦੇ ਸੀਗੇ ਅਤੇ ਚੰਗਾ ਫਰੂਟ ਇਨਬਿਲਟ ਆ ਨਾ, ਹਾਂ ਕਰਪਸ਼ਨ ਇਨਬਿਲਟ ਆ ਸਿਸਟਮ, ਆਹ ਥੋੜ੍ਹਾ ਜਿਹਾ ਮੈਂ ਦੇਖਿਆ ਡੀਜ਼ਲ ਵੇਚ ਲੈਂਦੇ ਸੀਗੇ ਫਿਰ ਉਹ ਕੈਨ ਦੇ ਨਾਲ ਜਾਂ ਆਪਣੇ ਆਪਣੇ ਟਿਊਬਵੈਲ ਦੇ ਵਿੱਚ ਆ ਕੇ ਪਾ ਲੈਂਦੇ ਸੀਗੇ ਨਾ, ਥੋੜ੍ਹੀ ਜਿਹੀ ਕਰਦੇ ਸੀ, ਕਹਿੰਦੇ ਵੀ ਇਹ ਵੈਸੇ ਹੀ ਵੇਸਟ ਹੈ ਕੱਲ੍ਹ ਨੂੰ ਫਿਰ ਮਿਲਣਾ ਹੈ ਅਤੇ ਇਹਦੀ ਕਿਹੜੀ ਗੱਲ ਹੈ। ਤਾਂ ਠੀਕ ਹੈ ਉਹਦੀ ਮੈਂ ਮਤਲਬ ਮੈਂ ਚੰਗਾ ਨਹੀਂ ਮੰਨਦਾ ਸੀ ਉਸ ਗੱਲ ਨੂੰ, ਬਟ ਫਿਰ ਵੀ ਉਹਨਾਂ ਦਾ ਆਪਣਾ ਇੱਕ ਸੁਭਾਅ ਸੀ, ਉਹਨਾਂ ਨੂੰ ਰੋਕ ਨਹੀਂ ਸਕਦੇ ਸੀ। ਪਰ ਜਿਹੜੀ ਮੈਂ ਗੱਲ ਦੱਸਣ ਲੱਗਾ ਕਿ ਮੇਰੀ ਜਿਹੜੀ ਸਟਰਗਲ ਰਹੀ ਉਹ 'ਤੇ ਆਪਾਂ ਗੱਲ ਕਰ ਰਹੇ, ਮੇਰੀ ਮਾਂ ਨੇ ਕਰਨਾ, ਮੈਂ ਪਹਿਲੀ ਜਦੋਂ ਤੁੰਬੀ ਲੈ ਕੇ ਆਇਆ ਅਤੇ ਹੱਕ ਇੰਸ ਪ੍ਰੈਸ਼ਰ ਕੁੱਕਰ ਨਹੀਂ ਆਉਂਦਾ ਸੀ ਇੱਕ, ਉਹਦਾ ਡੱਬਾ ਆਉਂਦਾ ਸੀ ਇੰਨਾ ਵੱਡਾ, ਉਹਦੇ ਵਿੱਚ ਛੁਪਾ ਕੇ ਰੱਖਦੇ ਸੀ ਇੱਦਾਂ ਟੇਢੀ ਕਰਕੇ, ਉਹਨੂੰ ਰੱਖ ਦੇਣਾ ਵੀ ਪਾਪਾ ਜੀ ਨੂੰ ਪਤਾ ਨਾ ਲੱਗੇ, ਜਦੋਂ ਉਹਨਾਂ ਨੇ ਚੱਲ ਜਾਣਾ ਫਿਰ ਉਹ ਤੁੰਬੀ ਵਜਾਉਣੀ। ਫਿਰ ਜਦੋਂ ਵਾਜਾ ਆਇਆ ਹਾਰਮੋਨੀਅਮ ਆਇਆ ਤਾਂ ਮੇਰੇ ਸਿਸਟਰ ਮੇਰੇ ਜਿਹੜੇ ਵੱਡੇ ਸਿਸਟਰ ਆ, ਕਿਹੜੀ ਕਲਾਸ ਤੁੰਬੀ ਕਦੋਂ ਲੈ ਕੇ ਆਏ? ਮੇਰੇ ਖਿਆਲ ਨੌਵੀਂ ਕਲਾਸ ਦੇ ਵਿੱਚ, ਅੱਠਵੀਂ ਨੌਵੀਂ ਕਲਾਸ ਦੇ ਵਿੱਚ ਤੁੰਬੀ ਦਾ, ਅਤੇ ਸਾਡੇ ਪਿੰਡ ਦਾ ਇੱਕ ਰਾਜ ਮੁੰਡਾ ਹੈ ਉਹ ਬੜੀ ਸੋਹਣੀ ਤੁੰਬੀ ਵਜਾਉਂਦਾ ਸੀਗਾ, ਅਤੇ ਉਹਦੇ ਵੱਲ ਦੇਖ ਕੇ ਅਸੀਂ ਵੀ ਤੁੰਬੀ ਲੈ ਕੇ ਆਏ, ਉਹ ਬਹੁਤ ਅਜੇ ਵੀ ਤੁੰਬੀ ਬਹੁਤ ਅੱਛੀ ਵਜਾਉਂਦਾ ਰਾਜ, ਹੈ ਨਾ, ਉਹਦੇ ਨਾਲ ਬੈਠਦੇ ਉੱਠਦੇ ਸੀਗੇ। ਅਤੇ ਜਦੋਂ ਵਾਜਾ ਲੈ ਕੇ ਆਏ ਮੇਰੇ ਸਿਸਟਰ ਨੂੰ, ਮੈਂ ਕਿਹਾ ਵੀ ਮੈਨੂੰ 200 ਰੁਪਇਆ ਚਾਹੀਦਾ, ਉਹਨਾਂ ਦੀ ਕੋਈ ਸਥਿਤੀ ਜ਼ਿਆਦਾ ਵਧੀਆ ਨਹੀਂ ਸੀ, ਇਕਨੋਮੀਕਲ ਬਹੁਤ ਵਧੀਆ ਨਹੀਂ ਸੀ, ਪਰ ਉਹਨਾਂ ਨੇ ਫਿਰ ਵੀ ਇੱਧਰ ਉੱਧਰੋਂ ਕਰ ਕੁਰ ਕੇ ਮੈਨੂੰ 200 ਰੁਪਇਆ ਦਿੱਤਾ, ਉਹਦੇ ਵਿੱਚ 40 ਰੁਪਏ ਫਿਰ ਥੋੜਦੇ ਸੀ ਸਾਡੇ ਮਾਸਟਰ, ਕਹਿੰਦੇ ਵੀ ਜਿਹੜੇ ਪ੍ਰੋਫੈਸਰ ਸਾਹਿਬ ਜੌਲੀ ਸਾਹਿਬ, ਵੀ 240 ਦਾ ਦੇਣਾ, ਉਹ 40 ਰੁਪਏ ਫਿਰ ਇੱਕ ਮੇਰੀ ਦੋਸਤ ਹੁੰਦੀ ਸੀ ਕੁੜੀ, ਉਹਨੇ ਆਪਣੇ ਟੋਪਸ ਜਿਹੜੇ ਵੇਚ ਕੇ ਅਤੇ ਫਿਰ ਉਹ 40 ਰੁਪਏ ਪਾਏ, ਦੈਨ ਫਿਰ ਅਸੀਂ ਉਹ ਹਾਰਮੋਨੀਅਮ ਲੈ ਕੇ ਆਏ। ਫਿਰ ਜਦੋਂ ਹਾਰਮੋਨੀਅਮ ਵੀ ਰਿਹਾ ਅਤੇ ਮੇਰੀ ਮਾਂ ਠੰਡਾਂ ਦੇ ਵਿੱਚ ਇੱਕ ਰਜਾਈ ਇੱਧਰੋਂ ਦੇ ਦਿੰਦੀ, ਇੱਕ ਉੱਪਰੋਂ ਰਜਾਈ ਦੇ ਦਿੰਦੀ ਅਤੇ ਵਿੱਚ ਹਾਰਮੋਨੀਅਮ ਰੱਖ ਕੇ, ਅਤੇ ਇੱਧਰੋਂ ਥੋੜ੍ਹਾ ਜਿਹਾ ਰੱਖਦੀ ਵੀ ਇਹਨੂੰ ਸਾਹ ਆਉਂਦਾ ਰਹੇ, ਅਤੇ ਮੈਂ ਸਾਹ ਦਾ ਰਿਆਜ਼ ਕਰਦਾ, ਸਾਹ ਓਮ, ਇਹਦਾ ਰਿਆਜ਼ ਕਰਦਾ, ਲੰਬੇ ਲੰਬੇ ਸਾਹ ਲੈਂਦਾ, ਕਿਉਂਕਿ ਜੌਲੀ ਸਰ ਨੇ ਮੈਨੂੰ ਇਹ ਵਾਲਾ ਜਿਹੜਾ ਰਿਆਜ਼ ਹੈ ਇੱਥੇ। ਕਦੋਂ ਪਤਾ ਲੱਗਿਆ ਪਾਪਾ ਜੀ ਹੋਰਾਂ ਨੂੰ, ਕਦੋਂ ਪਤਾ ਲੱਗਿਆ ਕਿ ਬਾਜਾ ਫੜਿਆ ਗਿਆ ਜਾਂ ਤੁੰਬੀ ਫੜੀ ਗਈ ਪਹਿਲੀ ਵਾਰ? ਉਹਨਾਂ ਨੂੰ ਪਤਾ ਹੁੰਦਾ, ਐਕਚੁਲੀ ਮਾਂ ਬਾਪ ਨੂੰ ਪਤਾ ਹੁੰਦਾ, ਪਰ ਉਹ ਫਿਰ ਵੀ ਥੋੜ੍ਹਾ ਜਿਹਾ ਇਗਨੋਰ ਕਰਦੇ ਰਹਿੰਦੇ ਆ। ਫਿਰ ਉਹ ਮੈਂ ਤਾਂ ਅੱਜ ਸੋਚਦਾ ਨਾ, ਮੈਂ ਉਹ ਸੇਮ ਸਿਚੁਏਸ਼ਨ ਦੇਖਦਾ ਕਿ ਬੱਚਿਆਂ ਦਾ ਮੈਨੂੰ ਪਤਾ ਹੁੰਦਾ ਵੀ ਇਹ ਕੀ ਕਰ ਰਹੇ ਆ, ਗਲਤ ਕਿਉਂ, ਕਿਹੜੀਆਂ ਚੀਜ਼ਾਂ ਨਹੀਂ ਕਰ ਰਹੇ, ਕਿੰਨੇ ਵਜੇ ਨਹੀਂ ਉੱਠ ਰਹੇ, ਇਹਨਾਂ ਨੂੰ ਉੱਠਣਾ ਚਾਹੀਦਾ ਸਵੇਰੇ। ਬਟ ਪਾਪਾ ਜੀ ਫਿਰ ਕੀ ਕਰਨ ਲੱਗ ਗਏ, ਉਹ ਕਹਿੰਦੇ ਵੀ ਤੂੰ ਪੜ੍ਹ ਲੈ। ਫਿਰ ਇਹ 86-87 ਦੀ ਗੱਲ ਹੋਣੀ, ਜਦੋਂ ਮੈਂ ਵੀਰਾ ਭਾਅ ਜੀ ਹੁਣਾਂ ਨੂੰ ਮਿਲਿਆ, ਵੀਰਾ ਭਾਅ ਜੀ ਉੱਥੇ ਸੀਗੇ, ਮਿਲਾਇਆ ਮੈਨੂੰ ਰਣਜੀਤ ਬਾਵੇ ਦੇ ਮਾਮੇ ਨੇ, ਅਸੀਂ ਸਾਈਕਲ 'ਤੇ ਜਾਂਦੇ ਸੀਗੇ, ਮੈਂ ਅੱਗੇ ਬੈਠਾ ਹੋਇਆ ਸੀ, ਉਹ ਚਲਾ ਰਿਹਾ ਸੀ, ਅਤੇ ਮੈਂ ਦੇਖਿਆ ਵੀਰਾ ਵੀ ਅੱਗੋਂ ਆ ਰਿਹਾ, ਤਾਂ ਉਹਨੇ ਕਿਹਾ ਉਹ ਵੀਰਾ ਆ ਰਿਹਾ, ਅਤੇ ਸਿੰਗਲ ਰੋਡ ਸੀਗਾ, ਮਤਲਬ ਹੈ ਜੀ ਟੀ ਰੋਡ ਸੀ ਪਰ ਉਹ ਸਿੰਗਲ ਰੋਡ ਉਦੋਂ ਹੁੰਦਾ ਸੀਗਾ ਦੀਨਾਨਗਰ ਦੇ। ਫਿਰ ਉਹਨੇ ਕਿਹਾ ਉਹ ਵੀਰੇ ਗੱਲ ਸੁਣ, ਇੱਧਰ ਤੈਨੂੰ ਇੱਕ ਤੇਰਾ ਸ਼ਾਗਿਰਦ ਮਿਲਾਉਣਾ, ਅਤੇ ਉਹਦਾ ਸਟਾਈਲ ਇੱਦਾਂ ਦਾ, ਅਤੇ ਮੈਨੂੰ ਕਿਹਾ ਵੀ ਤੈਨੂੰ ਉਸਤਾਦ ਬੁਲਾਉਣਾ, ਅਤੇ ਵੀਰੇ ਨੂੰ ਪਹਿਲੀ ਵਾਰ ਮਿਲਾਇਆ। ਫਿਰ ਅਸੀਂ ਜਦੋਂ ਪਠਾਨਕੋਟ ਗਏ ਤਾਂ ਮੈਨੂੰ ਓਮੇ ਨੇ ਕਿਹਾ ਵੀ ਯਾਰ ਉੱਥੇ ਇੱਕ ਵੀਰਾ ਹੈ ਮੁੰਡਾ, ਉਹ ਸਾਰਾ ਦੇਖ ਰਿਹਾ, ਨੱਟਸ਼ਾਲਾ ਦਾ ਇੱਕ ਪ੍ਰੋਗਰਾਮ ਸੀਗਾ, ਉੱਥੇ ਕੰਪੀਟੀਸ਼ਨ ਲੜਨ ਗਏ ਸੀ ਅਸੀਂ। ਫਿਰ ਉੱਥੇ ਗਏ ਵੀਰੇ ਨੇ, ਉੱਥੇ ਜਿਹੜਾ ਇੱਕ ਢਾਬਾ ਸੀ ਘੁਮਿਆਰਾਂ ਦਾ ਢਾਬਾ, ਬਹੁਤ ਫੇਮਸ ਢਾਬਾ ਸੀਗਾ, ਕਾਲੀ ਮਾਤਾ ਮੰਦਿਰ ਦੇ ਨੇੜੇ ਸੀਗਾ। ਉੱਥੇ ਵੀਰੇ ਨੇ ਮੈਨੂੰ ਦੱਸਿਆ ਕਿ ਗੀਤ ਕਿਹੜੇ ਹੁੰਦੇ ਆ, ਲੋਕ ਗੀਤ ਕੀ ਹੁੰਦੇ ਆ, ਅਤੇ ਗਜ਼ਲ ਕੀ ਹੁੰਦੀ ਹੈ, ਭਜਨ ਕੀ ਹੁੰਦੇ, ਸ਼ਬਦ ਕੀ ਹੁੰਦੇ ਆ, ਕਲਾਸੀਕਲ ਮਿਊਜ਼ਿਕ ਕੀ ਹੁੰਦਾ, ਕਿਉਂਕਿ ਉਹਦੇ ਕੰਪੀਟੀਸ਼ਨ ਅਲੱਗ ਅਲੱਗ ਕੈਟਾਗਰੀਜ਼ ਸੀਗੀਆਂ, ਉਹਦੀਆਂ ਟੀਮ ਬਣਦੀ ਸੀ। ਫਿਰ ਉੱਥੋਂ ਸ਼ੁਰੂਆਤ ਹੋਈ, ਉੱਥੇ ਮੈਨੂੰ ਜਸਵੰਤ ਭਵਰਾ ਸਾਹਿਬ ਜੱਜ ਸੀਗੇ, ਹੰਸ ਭਾਅ ਜੀ ਜੱਜ ਸੀਗੇ, ਦੇਸ ਰਾਜ ਇੱਕ ਬਹੁਤ ਵੱਡੇ ਹੁਣ ਦੁਨੀਆ 'ਚ ਨਹੀਂ ਰਹੇ ਉਹ, ਅਤੇ ਉਹ ਜੱਜ ਸੀ। ਉਹਦੀ ਕੰਪੇਅਰਿੰਗ ਜਿਹੜੀ ਬਲਜੀਤ ਭਾਅ ਜੀ ਕਰਦੇ ਸੀ ਆਪਣੇ ਬਠਿੰਡੇ ਵਾਲੇ ਜਿਹੜੇ ਭੋਲਾ ਜਿਹਨਾਂ ਨੂੰ ਕਹਿੰਦੇ ਹੈ ਨਾ, ਉਹ ਉਸ ਟਾਈਮ 'ਤੇ ਦੇਸ਼ ਪੰਜਾਬ ਪ੍ਰੋਗਰਾਮ ਕਰਦੇ ਸੀਗੇ ਰੇਡੀਓ ਦੇ ਉੱਤੇ, ਜੇ ਤੁਹਾਨੂੰ ਯਾਦ ਹੋਵੇ ਤਾਂ ਉਹ ਬਹੁਤ। ਮੈਂ ਤਾਂ ਤੁਹਾਡੇ ਤੋਂ ਛੋਟਾ ਬਹੁਤ ਹਾਂ। ਹਾਂ ਬਟ ਉਹ ਤੁਸੀਂ ਪੰਜਾਬ ਨੂੰ ਢੁੱਕਣ ਵਾਲੇ ਹੋ ਜਾਂ ਢੁੱਕੇ? ਨਹੀਂ ਮੈਂ ਤਾਂ ਹੁਣ 60 ਨੂੰ ਢੁੱਕਣ ਵਾਲਾ ਜਿਸ ਹਿਸਾਬ ਨਾਲ ਚੱਲ ਰਿਹਾ ਕੰਮ, ਅਤੇ ਪਰ ਉਹ ਬਲਜੀਤ ਭਾਅ ਜੀ ਬਹੁਤ ਇੰਟਲੈਕਚੁਅਲ ਬਹੁਤ ਜੀਨੀਅਸ ਬੰਦੇ ਆ, ਉਹਨਾਂ ਨਾਲ ਮੇਲ ਹੋਈ। ਫਿਰ ਉਹ ਮੈਨੂੰ ਆਪਣਾ ਨੰਬਰ ਦੇ ਕੇ ਆਏ, ਦੈਨ ਫਿਰ ਜਲੰਧਰ ਆਏ ਉਹਨਾਂ ਨੇ, ਮੈਂ ਉਹਨਾਂ ਨੂੰ ਮਿਲਿਆ ਉੱਥੇ। ਉਸ ਟਾਈਮ 'ਤੇ ਮਾਹੌਲ ਬਹੁਤ ਖਰਾਬ ਸੀਗਾ, ਬਹੁਤ ਜ਼ਿਆਦਾ ਸ਼ਾਮ ਨੂੰ 5 ਵਜੇ ਹੀ ਮਤਲਬ ਸਮਝ ਲਓ ਰਾਤ ਹੋ ਜਾਂਦੀ ਸੀ ਉਹ ਬੱਸਾਂ। ਇਹ ਇੰਨਾ ਵੱਡਾ ਤਿਆਗ ਕਿ ਤੁੰਬੀ ਲਈ ਟੋਪਸ, ਸੋਰੀ ਆਪਣੇ ਤੁਹਾਡੇ ਹਾਰਮੋਨੀਅਮ ਦੇ ਲਈ, ਇਹ ਕਹਾਣੀ ਇਹ ਕਿੱਸਾ ਕੀ ਹੈ? ਉਹ ਕੌਣ ਕੁੜੀ ਸੀ, ਉਹ ਇਸ਼ਕ ਸੀ ਕਿਸੇ ਨਾਲ? ਹਾਂ ਇਸ਼ਕ ਦੀ ਸ਼ੁਰੂਆਤ ਸੀਗੀ ਉਸ ਟਾਈਮ 'ਤੇ, ਬਹੁਤ ਸਾਰੇ ਕ੍ਰਸ਼, ਇੱਕ ਤਾਂ ਕ੍ਰਸ਼
ਤੇ ਇਸ਼ਕ ਵਿੱਚ ਬੜਾ ਫਰਕ ਹੁੰਦਾ, ਕ੍ਰਸ਼ ਬਹੁਤ ਹੁੰਦੇ ਆ ਇਸ਼ਕ ਸਸ, ਹਾਂ ਹਾਂ, ਤੇ ਪਰ ਇਸ਼ਕ ਵੀ ਜਿਹੜਾ ਇਸ਼ਕ ਬੜੀ ਖੂਬਸੂਰਤ ਚੀਜ਼ ਹੈ, ਲੋਕ ਇਹਨੂੰ ਬੜਾ ਅਲੱਗ ਤਰੀਕੇ ਨਾਲ ਸੋਚਦੇ ਆ, ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਸਿਰਫ ਜਿਹੜਾ ਫਿਜ਼ੀਕਲ ਇਨਵੋਲਵਮੈਂਟ ਹੀ ਜਿਹੜੀ ਆ ਉਹ ਉਹਨੂੰ ਲੈਂਦੇ ਆ, ਬਟ ਇਹ ਤੁਹਾਡੀਆਂ ਤਾਰਾਂ ਵੀ ਜੁੜੀਆਂ ਹੁੰਦੀਆਂ ਲੋਕਾਂ ਦੇ ਨਾਲ, ਤੁਹਾਡੀ ਤਾਰ ਮਤਲਬ ਕਿਸੇ ਨਾਲ ਵੀ ਜੁੜ ਸਕਦੀ ਹੈ ਅਤੇ ਤੁਹਾਨੂੰ ਉਹਦੇ ਨਾਲ ਅੱਛਾ ਲੱਗ ਸਕਦਾ ਅਤੇ ਤੁਹਾਨੂੰ ਉਹ ਤੋਂ ਗਾਈਡੈਂਸ ਵੀ ਮਿਲ ਸਕਦੀ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਜਿੰਨੀਆਂ ਵੀ ਕੁੜੀਆਂ ਮੇਰੀ ਲਾਈਫ 'ਚ ਆਈਆਂ, ਮੈਂ ਆਲਮੋਸਟ ਸਾਰਿਆਂ ਤੋਂ ਇੰਸਪੀਰੇਸ਼ਨ ਲਈ। ਇਹਦੇ ਵਿੱਚ ਇਹ ਵੀ ਤੁਸੀਂ ਕਹਿ ਸਕਦੇ ਹੋ, ਮੈਂ ਆਪਣੇ ਕੰਮ ਨੂੰ ਮੇਨ ਰੱਖਿਆ ਅਤੇ ਇਹਦੇ ਵਿੱਚ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਹੋ ਸਕਦਾ 30% 20% ਚੀਟ ਵੀ ਕੀਤਾ ਹੋਏ ਕਿਸੇ ਨੂੰ, ਆਪਣੇ ਕੰਮ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਏ ਅਤੇ ਉਹ ਉਸ ਕੁੜੀ ਨੂੰ ਨਾ ਜ਼ਿਆਦਾ ਤਰਜੀਹ ਦਿੱਤੀ ਹੋਏ, ਉਹਨੂੰ ਲੱਗਦਾ ਹੋਏ ਮੈਨੂੰ ਟਾਈਮ ਨਹੀਂ ਜ਼ਿਆਦਾ ਦੇ ਰਿਹਾ, ਪਰ ਮੇਰਾ ਫੋਕਸ ਜਿਹੜਾ ਉਹ ਰਿਹਾ ਗਾਉਣ 'ਤੇ, ਚੰਗੇ ਲੋਕਾਂ ਨਾਲ ਬੈਠਣ ਉੱਠਣ 'ਤੇ ਰਿਹਾ। ਅਤੇ ਪਰ ਇਸ਼ਕ ਹੋਏ ਬਹੁਤ, ਕਾਫੀ ਸਾਰੇ ਇਸ਼ਕ ਹੋਏ ਜ਼ਿੰਦਗੀ। ਕਿੰਨੇ ਇਸ਼ਕ ਹੋਏ? ਕਿੰਨੇ ਤਾਂ ਗਿਣਤੀ ਨਹੀਂ ਕਰ ਸਕਦੇ ਆਪਾਂ, ਬਟ ਇੰਨੇ ਜ਼ਿਆਦਾ ਹੋਏ ਨਹੀਂ, ਜ਼ਿਆਦਾ ਨਹੀਂ ਹੋਏ, ਮਤਲਬ ਉਨੇ ਜ਼ਿਆਦਾ ਵੀ ਨਹੀਂ ਹੋਏ, ਗਿਣਤੀ ਬਹੁਤ ਜ਼ਿਆਦਾ ਨਹੀਂ ਹੈ, ਬਟ ਬੜੀ ਇੰਟੈਂਸਿਟੀ ਬਹੁਤ ਜ਼ਿਆਦਾ ਰਹੀ, ਬਹੁਤ ਕਮਾਲ ਦੀ ਇੰਟੈਂਸਿਟੀ ਰਹੀ, ਬਹੁਤ ਕਮਾਲ ਦੀ ਬੌਂਡਿੰਗ ਰਹੀ, ਕਮਾਲ ਦੀਆਂ ਗੱਲਾਂ ਹੋਈਆਂ ਉਹਦੇ 'ਚੋਂ। ਗੁਜਰਾਤ ਵਾਲੀ ਇੱਕ ਨਾਲ ਇੱਕ ਜ਼ੀਰੋ ਲਾਈਏ ਜਾਂ ਦੋ ਲਈਏ? ਨਹੀਂ ਨਹੀਂ, ਇੱਕ ਹੀ ਲਾਓ, ਇੱਕ ਹੀ ਲਾਓ ਅਤੇ ਅੱਗੇ ਚਾਹੇ ਇੱਕ ਦੀ ਥਾਂ 'ਤੇ ਦੋ ਲਾ ਲਓ, ਅਤੇ ਇੰਨੇ ਕੀ ਹੋਏ, ਇੱਥੋਂ ਥੱਲੇ ਥੱਲੇ ਰਹੇ, ਬਟ ਅੱਛੇ ਅੱਛੇ ਲੋਕਾਂ ਨਾਲ ਬਹੁਤ ਬੌਂਡਿੰਗ ਬਹੁਤ ਅੱਛੀ ਰਹੀ ਉਹਦਾ, ਉਹ ਬਹੁਤ ਖੂਬਸੂਰਤੀ ਉੱਥੇ। ਕਦੀ ਕਰਿਓ ਹਾਂ ਗੱਲ, ਕਦੀ ਅਗਰ ਤੁਸੀਂ ਸੋਚਦੇ ਹੋ ਕਿ ਉਹਦੇ 'ਤੇ ਗੱਲ ਕੀਤੀ ਜਾ ਸਕਦੀ ਹੈ ਬਹੁਤ ਖੁੱਲ੍ਹ ਕੇ, ਪੰਜਾਬ ਸਮਝੇਗਾ ਉੱਤੇ ਅਗਰ ਗੱਲ ਕਰੀਏ ਤਾਂ। ਇਹ ਕਰੋ ਤੁਸੀਂ, ਕਰਨੀ ਕਦੋਂ ਆਗੇ, ਅੱਜ ਹੀ ਕਰਦੇ ਹਾਂ? ਨਹੀਂ ਮਤਲਬ ਅੱਜ ਸਟਰਗਲ ਦੀ ਗੱਲ ਕਰ ਰਹੇ ਹਾਂ। ਕੀ ਮੀਨਿੰਗ ਆ ਕੋਈ ਨਾ, ਸਟਰਗਲ ਦੀ ਗੱਲ ਕੀ, ਇਹ ਵੀ ਸੰਘਰਸ਼ ਦਾ ਹਿੱਸਾ ਹੁੰਦਾ, ਕੋਈ ਤਾਰਾਂ ਕਿਤੋਂ ਟੁੱਟੀਆਂ ਹੋਈਆਂ ਕਿਤੇ ਜੁੜਦੀਆਂ ਨੇ, ਕਿਤੋਂ ਜੁੜੀਆਂ ਹੋਈਆਂ ਕਿਤੇ ਟੁੱਟਦੀਆਂ ਨੇ। ਹਾਂ ਹਾਂ, ਕਈ 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 ਗੱਲਾਂ ਆਈਆਂ ਮੈਨੂੰ ਯਾਦ ਹੈ ਕਿ ਮੈਂ ਜਦੋਂ ਪਹਿਲਾਂ ਇੱਕ ਕੰਪੀਟੀਸ਼ਨ ਲੜਨ ਗਿਆ ਗੁਰੂ ਨਾਨਕ ਕਾਲਜ ਗੁਰਦਾਸਪੁਰ, ਅਤੇ ਉਹ ਕੁੜੀਆਂ ਨੇ ਮੈਨੂੰ ਮਿਲਣਾ ਆਉਣਾ ਸੀਗਾ, ਉਹਦੇ 'ਚੋਂ ਇੱਕ ਕੁੜੀ ਸੀ ਜਿਹਦੇ ਨਾਲ ਮੈਂ ਮੇਰਾ ਚੱਲ ਰਿਹਾ ਸੀਗਾ, ਅਤੇ ਮੈਨੂੰ ਕਿਸੇ ਨੇ ਦੱਸਿਆ ਵੀ ਯਾਰ ਉੱਥੇ ਕੰਪੀਟੀਸ਼ਨ ਹੈ, ਮੈਂ ਕਿਹਾ ਯਾਰ ਕੰਪੀਟੀਸ਼ਨ ਚੱਲਦੇ ਹਾਂ, ਉਹ ਕੁੜੀਆਂ ਨੇ ਵੀ ਉੱਥੇ ਉਸ ਟਾਈਮ 'ਤੇ ਆਉਣਾ ਸੀਗਾ, ਮੈਂ ਉਹ ਕੰਪੀਟੀਸ਼ਨ ਲੜਨ ਗਿਆ, ਅਤੇ ਬਾਅਦ ਵਿੱਚ ਮੈਂ ਉਹਦੇ ਨਾਲ ਝੂਠ ਬੋਲਿਆ ਕਿ ਮੈਂ ਉੱਥੇ ਸੀਗਾ 15-20 ਮਿੰਟ, ਤੂੰ ਆਈ ਨਹੀਂ, ਫਿਰ ਮੈਂ ਉੱਥੇ ਕੰਪੀਟੀਸ਼ਨ 'ਤੇ ਚੱਲ ਗਿਆ, ਪਰ ਮੈਂ ਸੋਚਦਾ ਰਿਹਾ ਬਾਅਦ 'ਚ ਕਿ ਮੈਂ ਇਹਦੇ ਨਾਲ ਚੀਟ ਕੀਤਾ ਥੋੜ੍ਹਾ, ਪਰ ਹੁਣ ਮੈਂ ਸੋਚਦਾ ਕਿ ਉਹ ਮੈਂ ਮੇਰਾ ਕੰਮ ਦਾ ਫੋਕਸ ਸੀਗਾ। ਜਦੋਂ ਮੇਰਾ ਗੁਜਰਾਤਨ ਜਿਹੜੀ ਕੁੜੀ ਮੇਰੀ ਦੋਸਤ ਸੀਗੀ ਜਿਹਦੇ ਕਰਕੇ ਮੈਂ ਦਿਲ ਲੈ ਗਈ ਕੁੜੀ ਗੁਜਰਾਤ ਦੀ ਗਾਇਆ, ਜਦੋਂ ਉਹਦੇ ਨਾਲ ਮੇਰਾ ਚੱਲਿਆ ਬਹੁਤ ਖੂਬਸੂਰਤੀ ਦੀਆਂ। ਸ਼ੁਰੂ ਕਿਵੇਂ ਹੋਇਆ? ਉਹ ਸ਼ੁਰੂਆਤ ਹੋਈ ਇੱਥੇ ਇੱਕ ਰਿਪਬਲਿਕ ਡੇ ਕੈਂਪ ਸੀਗਾ ਦਿੱਲੀ ਦੇ ਵਿੱਚ, ਰਿਪਬਲਿਕ ਡੇ ਕੈਂਪ ਦੇ ਵਿੱਚ ਸ਼ੁਰੂਆਤ ਹੋਈ। ਮੈਂ ਉਹਨੂੰ ਥੋੜ੍ਹਾ ਜਿਹਾ ਛੇੜ ਰਿਹਾ ਸੀਗਾ, ਕੁਛ ਸ਼ਰਾਰਤਾਂ ਕਰ ਰਿਹਾ ਸੀਗਾ ਕਿਸੇ 'ਤੇ, ਕੁਛ ਛੋਟੀਆਂ ਮੋਟੀਆਂ ਜਿੱਦਾਂ ਆਪਾਂ ਜਵਾਨੀ 'ਚ ਕਰਦੇ ਹੀ ਹਾਂ ਉਸ ਟਾਈਮ 'ਤੇ, ਬੜੀਆਂ ਡੀਸੈਂਟ, ਪਰ ਕੇਮਛੋ ਕਹਿ ਕੇ ਕੇਮਛੋ ਮਜ਼ਾ ਮੱਛੋ ਟਾਈਪ, ਹੈ ਨਾ। ਅਤੇ ਉਹਨੇ ਮੇਰੇ ਨਾ ਆਲਮੋਸਟ ਥੱਪੜ ਹੀ ਮਾਰਤਾ ਕਿ ਤੂੰ ਬੜਾ ਸ਼ਰਾਰਤੀ ਹੈ, ਤੂੰ ਬੇਵਕੂਫ ਬਦਤਮੀਜ਼ੀ ਕਰ ਰਿਹਾ, ਹੈ ਨਾ। ਤਾਂ ਮੈਂ ਚੁੱਪ ਹੋ ਗਿਆ, ਮੈਨੂੰ ਲੱਗਿਆ ਯਾਰ ਇਹਦਾ ਅਧਿਕਾਰ ਹੈ, ਕਿਉਂਕਿ ਮੈਂ ਉਹਦੇ ਨਾਲ ਸ਼ਰਾਰਤ ਕਰ ਰਿਹਾ ਸੀ, ਉਹਨੇ ਜੇ ਮੇਰੇ ਮਾਰਿਆ ਥੱਪੜ ਤਾਂ ਕੋਈ ਗੱਲ ਨਹੀਂ। ਪਰ ਮੈਂ 3-4 ਦਿਨ ਵੀਰੇ ਭਾਅ ਜੀ ਨਾਲ ਸੀਗੇ ਅਤੇ ਮੈਂ ਇੰਨੀ ਮਿਹਨਤ ਕੀਤੀ, ਹਿੰਦੀ ਦੇ ਕੁਛ ਗਾਣੇ, ਹਿੰਦੀ ਦੀਆਂ ਕੁਛ ਗਜ਼ਲਾਂ ਤਿਆਰ ਕੀਤੀਆਂ ਕਿ ਯਾਰ ਮੈਂ ਇਸ ਪੂਰੇ ਸ਼ੋਅ ਦੇ ਵਿੱਚ ਮੇਨ ਬੰਦਾ ਮੈਂ ਬਣਨਾ। ਅਤੇ ਅਲਟੀਮੇਟਲੀ ਉਹ 4-5 ਦਿਨਾਂ ਦੇ ਵਿੱਚ ਉਹ ਇੰਪ੍ਰੈਸ ਹੋ ਗਈ ਮੇਰੇ ਤੋਂ ਇਸ ਗੱਲ ਤੋਂ, ਉਦੋਂ ਮੈਂ ਹੋਠੋਂ ਸੇ ਛੂ ਲੋ ਤੁਮ ਜਾਂ ਜਗਜੀਤ ਭਾਅ ਜੀ ਦੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਗਜ਼ਲਾਂ ਸੀਗੀਆਂ ਜਾਂ ਇੱਦਾਂ ਦੇ ਕੁਛ ਗਾਣੇ ਸੀਗੇ ਜਿਹੜੇ ਗਾਏ ਜਾ ਸਕਦੇ ਸੀ, ਰਫੀ ਸਾਹਿਬ ਵਰਗੇ ਲੋਕਾਂ ਦੇ, ਲਤਾ ਜੀ ਵਰਗਿਆਂ ਦੇ ਗਾਣੇ, ਅਤੇ ਉਹ ਉਹਦੇ ਨਾਲ ਮੇਰੀ ਉਹਦੇ ਨਾਲ ਸ਼ੁਰੂਆਤ ਹੋਈ। ਮੈਂ ਉਹਦੇ ਪਿੰਡ ਵੀ ਗਿਆ, ਨਿੰਮਾ ਇੱਕ ਮੇਰਾ ਦੋਸਤ ਹੈ ਨਿਰਮਲਜੀਤ ਨਿੰਮਾ, ਉਹ ਮੇਰੇ ਨਾਲ ਗਿਆ, ਨਿਰਮਲਜੀਤ ਨਿੰਮਾ, ਬੜੀ ਕਮਾਲ ਦੀ। ਹਾਂ ਹਾਂ, ਉਹ ਮੇਰੇ ਨਾਲ ਗਿਆ, 5-6 ਦਿਨ 7 ਦਿਨ ਅਸੀਂ ਉੱਥੇ ਰਹੇ ਉਹਦੇ ਪਿੰਡ, ਜਾ ਕੇ ਐਨ ਅੱਛੀ ਤਰ੍ਹਾਂ ਰਹੇ ਵਧੀਆ। ਫਿਰ ਕੱਛ ਪੁੱਜ ਵੀ ਆਏ, ਫਿਲਮਾਂ ਵੀ ਦੇਖੀਆਂ, ਫਿਰ ਅਸੀਂ ਸੋਚਿਆ ਸੀ ਹੁਣ ਵਿਆਹ ਕਰਾਵਾਂਗੇ। ਪਾਪਾ ਜੀ ਨਹੀਂ ਮੰਨਦੇ ਸੀ, ਇਹ ਵੀ ਇੱਕ ਸਟਰਗਲ ਸੀਗੀ, ਉਹ ਕਹਿੰਦੇ ਸੀ ਵੀ ਨਹੀਂ ਮੈਂ ਹਿੰਦੂ ਕੁੜੀ ਦੇ ਨਾਲ ਵਿਆਹ ਨਹੀਂ ਹੋਣ ਦੇਣਾ, ਅਸੀਂ ਸਿੱਖ ਹਾਂ। ਮੈਂ ਕਹਿੰਦਾ ਸੀ ਵੀ ਨਹੀਂ ਨਹੀਂ ਇਹ ਜਾਤ ਪਾਤ ਕੁਛ ਹੈ ਹੀ ਨਹੀਂ, ਮੈਂ ਮੰਨਦਾ ਹੀ ਨਹੀਂ ਸੀ, ਮੈਂ ਇੱਕ ਇਨਸਾਨੀਅਤ ਦੀ ਜਾਤ ਨੂੰ ਮੰਨਦਾ, ਮੈਂ ਹਿੰਦੂ ਸਿੱਖ ਮੁਸਲਮਾਨ ਮੈਂ ਮੰਨਦਾ ਹੀ ਨਹੀਂ। ਐਕਚੁਲੀ ਮੈਨੂੰ ਜਿਹੜਾ ਚੰਗਾ ਇਨਸਾਨ ਲੱਗਦਾ ਮੈਂ ਉਸ ਹਿਸਾਬ ਨਾਲ, ਮੇਰਾ ਆਪਣਾ ਇੱਕ ਮੰਨਣਾ ਹੈ, ਮੈਨੂੰ ਮੇਰੇ ਉਹ ਪੁਰਜਾ ਹੀ ਨਹੀਂ ਹੈ ਹਿੰਦੂ ਸਿੱਖ ਵਾਲਾ, ਮੇਰਾ ਆਈਡੀਓਲੋਜੀ ਵਾਲਾ ਪੁਰਜਾ ਹੈਗਾ, ਉੱਥੇ ਵੀ ਆਪਾਂ ਗੱਲ ਕਰਾਂਗੇ, ਪਰ ਮੇਰਾ ਉਹ ਜਾਤ ਪਾਤ ਵਾਲਾ ਜਿਹੜਾ ਪੁਰਜਾ ਉਹ ਮੇਰਾ ਨਿਕਲਿਆ ਹੋਇਆ, ਜਾਤਾਂ ਪਾਤਾਂ ਧਰਮਾਂ ਵਾਲਾ, ਧਰਮਾਂ ਵਾਲਾ, ਧਰਮਾਂ 'ਚ ਵੀ ਮੈਂ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ। ਸੂਫੀਆਂ ਦੀ ਤੁਸੀਂ
ਮਤਲਬ ਚਰਨਾਂ 'ਚ ਰਹਿੰਦੇ ਹੋ, ਤੁਹਾਡਾ ਕਿੰਨਾ ਪੂਰਨ ਚੰਦ ਵਡਾਲੀ ਜੀ, ਪੂਰਨ ਸ਼ਾਹ ਕੋਟੀ, ਸੂਫੀਆਂ ਕੋਲ ਜੋ ਤੁਸੀਂ ਰਹਿੰਦੇ ਹੋ, ਮੈਨੂੰ ਲੱਗਦਾ ਇਹ ਗੱਲਾਂ ਫਿਰ ਜੀ ਮਾਈਨਰ ਹੋ ਜਾਂਦੀਆਂ ਉਹਦੀ। ਹਾਂ, ਪੂਰਨ ਸ਼ਾਹ ਕੋਟੀ ਜੀ ਅਨਹੱਦ ਬੰਦੇ ਨੇ। ਹਾਂਜੀ ਹਾਂਜੀ, ਉਹ ਮੇਰੇ ਗੁਰੂ ਜੀ ਨੇ, ਫਿਰ ਮੈਂ ਵੀਰਾ, ਮੇਰੇ ਸਿਸਟਰ ਛੋਟੇ, ਅਤੇ ਪਹਿਲਾਂ ਹੰਸ ਭਾਜੀ ਕੋਲ ਗਾਇਆ ਮੈਂ, ਪਹਿਲਾਂ ਮੈਂ ਕਿਹਾ ਮੈਨੂੰ ਸ਼ਗਿਰਦ ਪਾਓ। ਨਹੀਂ ਨਹੀਂ, ਪਹਿਲਾਂ ਇਹਦੇ 'ਤੇ ਆਈ ਆਪਾਂ, ਫਿਰ ਉਹ ਗਾਣਾ ਕਦੋਂ ਹੋਂਦ 'ਚ ਕਿਵੇਂ ਆਉਂਦਾ ਗਾ? ਅੱਛਾ, ਉਹ ਦਿਲ ਲੈ ਗਈ ਕੁੜੀ ਗੁਜਰਾਤ, ਵਿਆਹ ਨਹੀਂ ਹੁੰਦਾ, ਵਿਆਹ ਦੀ ਕੋਸ਼ਿਸ਼, ਵਿਆਹ ਨਹੀਂ ਹੁੰਦਾ। ਫਿਰ ਇਹ ਗੱਲ ਹੈਗੀ ਆ 89 ਦੀ, ਫਿਰ ਮੈਂ BA ਕਰਦਾ, ਫਿਰ ਉਹਦੇ ਪਿੰਡ ਜਾਂਦਾ, ਫਿਰ ਮੈਂ ਵਾਪਸ ਆਉਂਦਾ, ਫਿਰ ਚਿੱਠੀਆਂ ਪੱਤਰ, ਫਿਰ ਮੈਂ ਆਪਣੇ ਪਿੰਡੋਂ ਇੱਕ A1 ਸਾਈਕਲ ਮੇਰੇ ਕੋਲ ਹੁੰਦਾ ਸੀਗਾ, ਉਹ ਸਾਈਕਲ ਮੈਂ ਲਿਆ, ਬੱਸ 'ਤੇ ਚੜਾਇਆ ਅਤੇ ਸਿੱਧਾ ਪਟਿਆਲੇ ਆਇਆ। ਸਟਰਗਲ ਕਰਨੀ ਸ਼ੁਰੂ ਕੀਤੀ ਕਿਉਂਕਿ ਉਹਨੇ ਕਿਹਾ, ਉਹ ਨੌਕਰੀ ਕਰਦੀ ਸੀ ਉਸ ਟਾਈਮ 'ਤੇ, ਉਹਨੇ ਕਿਹਾ ਵੀ ਤੂੰ ਮਤਲਬ ਨੌਕਰੀ ਲੈ ਜਾਂ ਤੂੰ ਆਪਣੇ ਪੈਰਾਂ 'ਤੇ ਖੜਾ ਹੋ, ਜੇ ਤੂੰ ਪੈਰਾਂ 'ਤੇ ਖੜਾ ਹੋਏਗਾ ਤਾਂ ਸਾਡੇ ਘਰ ਦੇ ਜਿਹੜੇ ਉਹ ਵਿਆਹ ਕਰਨਗੇ। ਅਤੇ ਮੈਂ ਉਹ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਉਸ ਟਾਈਮ 'ਤੇ। ਜਦੋਂ ਮੈਂ ਪਟਿਆਲੇ ਗਿਆ, ਪਟਿਆਲੇ ਬਹੁਤ ਸਟਰਗਲ ਕੀਤੀ, ਪਟਿਆਲੇ ਮਤਲਬ ਤੁਸੀਂ ਦੇਖੋ, ਮੈਂ 400 ਰੁਪਏ ਦੇ ਵਿੱਚ ਚਿੱਠੀਆਂ ਵੀ ਵੰਡਣ ਜਾਂਦਾ ਸੀ, ਉਹ ਜਿਹੜੀਆਂ ਯੂਥ ਸਰਵਿਸਿਸ ਪੰਜਾਬ ਹੁੰਦੇ ਸੀ ਨਾ, ਉਹਦੇ ਵਿੱਚ 4 ਮਹੀਨੇ ਮੈਂ ਚਿੱਠੀਆਂ ਵੀ ਵੰਡੀਆਂ, ਜਿਹੜੀਆਂ ਇਸ ਆਫਿਸ ਤੋਂ ਲੈ ਕੇ ਦੂਸਰੇ ਆਫਿਸ ਜਾਣੇ, ਦੂਸਰੇ ਆਫਿਸ ਤੋਂ ਇੱਧਰ, ਉਹ ਤੋਂ ਮਤਲਬ ਥੋੜ੍ਹਾ ਜਿਹਾ, ਫਿਰ 5-10-15 ਰੁਪਈਏ TA ਟਾਈਪ ਜਿਹਾ ਵੀ ਮਿਲਦਾ ਸੀਗਾ ਰੋਟੀ ਖਾਣ ਨੂੰ। ਕਿਹੜਾ ਸਨ ਇਹ? 89 ਲਾਸਟ। ਫਿਰ ਮੈਂ ਆ ਗਿਆ ਸੀਗਾ APJ ਕਾਲਜ ਜਲੰਧਰ ਦੇ ਵਿੱਚ, ਫਿਰ ਮੈਂ ਟਵਾਣਾ ਸਾਹਿਬ ਕੋਲ ਆ ਗਿਆ ਉਸ ਤੋਂ ਬਾਅਦ। ਦੈਨ ਮਤਲਬ ਮੈਂ ਹੁਣ ਦਿਲ ਲੈ ਕੇ ਤੱਕ ਆਊਂਗਾ ਪੂਰਾ ਦਾ ਕਹਾਣੀ ਉਹ ਸੁਣਾਓ। ਹਾਂ ਪੂਰੀ। ਫਿਰ ਇੱਕ ਸਾਡੇ ਜਲੰਧਰ ਨਰਿੰਦਰ ਭਾਜੀ ਸੀਗੇ, ਉਹਨਾਂ ਦੇ ਉੱਥੇ ਬੈਠਦੇ ਹੁੰਦੇ ਸੀ, ਮਸਤੀ ਨੇ ਮੈਨੂੰ ਮਿਲਾਇਆ ਸੀ ਉਹਨਾਂ ਦੇ ਨਾਲ, ਅਸ਼ੋਕ ਮਸਤੀ, ਹਾਂਜੀ ਉਹਨੇ ਮਿਲਾਇਆ ਸੀਗਾ ਉਹਨਾਂ ਕੋਲ, ਬੈਠਦੇ ਸੀ ਉਹਨਾਂ ਦੀ ਵਰਕਸ਼ਾਪ ਸੀ ਉੱਥੇ। ਧੰਮੀ ਆਉਂਦਾ ਸੀਗਾ, ਧੰਮੀ ਮਨਿੰਦਰ ਗਿੱਲ ਹੁਣਾਂ ਨਾਲ ਕੰਮ ਕਰ ਰਹੇ ਸੀਗੇ, ਧੰਮੀ ਭਾਜੀ ਹੈ ਨਾ, ਮਨਿੰਦਰ ਭਾਜੀ ਜਿਹੜੇ ਬਾਹਰ ਹੈਗੇ, ਬਹੁਤ ਵੱਡੇ ਪ੍ਰਮੋਟਰ, ਉਹਨਾਂ ਨੇ ਚਰਨਜੀਤ ਹੁਜਾ ਨਾਈਟ ਔਰ ਇਹ ਬਹੁਤ ਸਾਰੀਆਂ ਨਾਈਟ ਕੈਨੇਡਾ 'ਚ ਨੇ, ਜਿਹੜੇ ਕੈਨੇਡਾ ਵਿੱਚ ਹੈਗੇ। ਹਾਂਜੀ, ਵੈਨਕੂਵਰ ਹੈ ਉਹ। ਅਤੇ ਉਹਨਾਂ ਦੇ ਉਸ ਟਾਈਮ 'ਤੇ ਰੇਡੀਓ ਵੀ ਚਲਾਉਂਦੇ ਆ। ਹਾਂਜੀ ਹਾਂ, ਰੇਡੀਓ ਵੀ ਚਲਾਉਂਦੇ ਆ, ਔਰ ਉਸ ਟਾਈਮ 'ਤੇ ਹਰਭਜਨ ਮਾਨ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ, ਹਰਭਜਨ ਭਾਜੀ ਕਰ ਰਹੇ ਸੀ, ਹਰਭਜਨ ਭਾਜੀ ਦਾ ਚਿੱਠੀ ਨੇ ਚਿੱਠੀ ਉਹਨਾਂ ਨੇ ਕਰਨਾ ਸੀ, ਮਕਬੂਲ ਆਪਣਾ ਮਾਂ ਦੀ ਲਾਡੋ ਨੀ ਟਾਹਲੀ ਵਾਲੇ ਖੇਤ ਨਾ ਜਾਵੀਂ, ਉਹਦੇ ਗਾਣੇ ਹੋ ਰਹੇ ਸੀ ਉਸ ਟਾਈਮ 'ਤੇ, ਗਾਣਾ ਕੀਤਾ ਸੀ ਉਹ, ਤੂੰ ਕਦੀ ਪੰਜਾਬ ਬਣ ਜੇ ਤੈਨੂੰ ਨੱਚਣਾ ਨੇ, ਉਹ ਮਕਬੂਲ ਦਾ ਗਾਣਾ ਸੀ, ਮਕਬੂਲ ਮੈਂ ਯਾਰ ਸੀਗੇ। ਹੁਣ ਆਪਾਂ ਗੱਲ 'ਤੇ ਆਈਏ। ਅਤੇ ਉਹ ਕਰਦੇ ਅਹੁਜਾ ਸਾਹਿਬ ਕੋਲ ਪਹੁੰਚੇ, ਅਹੁਜਾ ਸਾਹਿਬ ਕੋਲ ਮੇਰਾ ਚੰਨਾ ਵੀ ਤੇਰੀ ਚੜ੍ਹਨੀ ਆਇਆ, ਚੰਨਾ ਵੀ ਤੇਰੀ ਚੜ੍ਹਨੀ ਤੋਂ ਬਾਅਦ ਅਸੀਂ ਸੋਚ ਰਹੇ ਸੀ ਵੀ ਕਿੱਦਾਂ ਹੋਏ। ਅਹੁਜਾ ਸਾਹਿਬ ਮੈਨੂੰ ਇੱਕ ਦਿਨ ਕਹਿੰਦੇ, ਯਾਰ ਮੈਂ ਸੋਚ ਰਿਹਾ ਕਿ ਤੂੰ, ਤੇਰੀ ਗਾਇਕੀ ਸ਼ਹਿਰੀ ਹੈ ਥੋੜ੍ਹੀ, ਅਤੇ ਤੂੰ ਕਿੱਦਾਂ ਤੇਰੀ, ਮੈਂ ਤਾਂ ਬਹੁਤ ਅਲੱਗ ਤਰ੍ਹਾਂ ਦੀ ਰਿਕਾਰਡਿੰਗ ਕਰਦਾ ਹਾਂ, ਹੈ ਨਾ, ਮੈਨੂੰ ਲੱਗ ਰਿਹਾ ਸੀ ਵੀ ਉਹਨਾਂ ਨੂੰ ਮੈਂ ਗਾਇਕ ਵੀ ਬਹੁਤ ਅੱਛਾ ਨਹੀਂ ਲੱਗ ਰਿਹਾ ਸੀ, ਇਹ ਵੀ ਹੋ ਸਕਦਾ, ਕਿਉਂਕਿ ਉਹ ਬਹੁਤ ਮਿਆਰ ਵਾਲੇ ਬੰਦਿਆਂ ਨੂੰ ਕਰ ਰਹੇ ਸੀ, ਸਰਦੂਲ ਭਾਜੀ ਨੂੰ, ਹੰਸਰਾਜ ਜੀ ਨੂੰ, ਇਹੋ ਜਿਹੇ ਬੰਦਿਆਂ ਨੂੰ ਕਰ ਰਹੇ ਸੀਗੇ, ਮੰਗਲ ਸਿੰਘ ਵਰਗੇ ਲੋਕਾਂ ਨੂੰ ਕਰ ਰਹੇ ਸੀ। ਅਤੇ ਉਹ ਮੈਂ ਫਿਰ ਉੱਥੋਂ ਉਸ ਕੈਂਪ 'ਚੋਂ ਨਿਕਲਦੇ ਮੇਰੀ ਇੱਕ ਟਿਫਸ ਨੇ ਕੈਸੇਟ ਕੀਤੀ, ਦੈਨ ਟਾਈਮਸ ਮਿਊਜ਼ਿਕ ਨੇ ਨੂੰ ਮੈਨੂੰ ਮਿਲਾਇਆ, ਪੰਮੀ ਬਾਈ ਨੇ, ਕਹਿੰਦੇ ਯਾਰ ਉਦੋਂ ਤੱਕ ਮੇਰਾ ਥੋੜ੍ਹਾ ਜਿਹਾ ਕੰਮ ਚੱਲ ਪਿਆ ਸੀ, ਕਿਉਂਕਿ ਮਲਕੀਤ ਭਾਜੀ ਦੇ ਨਾਲ ਵੀ ਇੱਕ ਬੋਲੀਆਂ ਆ ਗਈਆਂ ਸੀ ਮੇਰੀਆਂ ਨਿਊ ਈਅਰ 'ਤੇ, ਚੰਨਾ ਵੀ ਤੇਰੀ ਚਾਨੀ 'ਤੇ 93 'ਚ ਆਇਆ ਸੀ, ਅਤੇ ਉਹ ਕਹਿੰਦੇ ਯਾਰ ਤੂੰ ਐਡੀਸ਼ਨ ਦੇ ਦੇ। ਮੈਂ ਕਿਹਾ ਯਾਰ ਮੇਰਾ ਠੀਕ ਆ ਹੁਣ ਭਾਜੀ, ਠੀਕ ਚੱਲ ਰਿਹਾ, 10-15,000-12,000 ਰੁਪਈਆ ਆਪਾਂ ਲਈ ਜਾਂਦੇ ਹਾਂ, ਅਤੇ ਵਧੀਆ ਹੁਣ ਸਿਸਟਮ ਵਧੀਆ, ਰੋਜ਼ ਆਪਾਂ ਘਰ ਵੀ ਆ ਜਾਈਦਾ, ਜਲੰਧਰ ਰਹਿੰਦੇ ਸੀ ਉਹ। ਕਹਿੰਦੇ ਨਹੀਂ ਯਾਰ ਤੂੰ ਕਰ ਲੈ ਇੱਕ ਵਾਰੀ, ਮੇਰੀ ਆਵਾਜ਼ ਇੱਕ ਖਾੜੇ ਦਾ ਹੁੰਦਾ ਸੀ ਉਦੋਂ। ਹਾਂ, ਇੰਨੇ ਕੁ ਪੈਸੇ ਹੁੰਦੇ ਸੀ, 5,000 ਵੀ ਮਿਲਦਾ ਸੀ, 10,000 ਵੀ ਕਿਤੋਂ, 13,000 ਵੀ ਮਿਲ ਜਾਣਾ, ਅਤੇ ਗੱਡੀ ਦੇ ਅਲੱਗ ਮਿਲ ਜਾਣੇ, ਇੱਦਾਂ ਦਾ ਇੱਕ ਸਿਸਟਮ, ਇੱਕ ਸਟਰਗਲ ਸੀਗੀ। ਉਦੋਂ 15,000 ਹੀ ਲੱਖਾਂ ਵਰਗਾ ਹੁੰਦਾ, ਬਹੁਤ ਲੱਖਾਂ ਵਰਗਾ ਹੁੰਦਾ ਸੀਗਾ, ਅਤੇ ਵਧੀਆ ਮੈਂ ਰਹਿ ਰਿਹਾ ਸੀ। ਅਤੇ ਭਾਅ ਜੀ ਕਹਿੰਦੇ ਤੂੰ ਕਰ ਲੈ ਯਾਰ, ਫਿਰ ਮੈਂ ਇੱਕ ਦੋ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ, ਮੈਂ ਕਿਹਾ ਤੁਸੀਂ ਵੀ ਐਡੀਸ਼ਨ ਕਰ ਲਓ, ਪਰ ਉਹਨੇ ਮੈਨੂੰ ਸਿਲੈਕਟ ਕੀਤਾ। ਦੈਨ ਫਿਰ ਪੰਮੀ ਬਾਈ ਦੇ ਪਿੰਡ, ਉਹਨਾਂ ਦੇ ਡੈਡੀ ਦੀ ਬਰਸੀ ਸੀ, ਮੈਂ ਐਗਰੀਮੈਂਟ ਨਹੀਂ ਕਰ ਰਿਹਾ ਸੀਗਾ, ਅਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਉੱਥੋਂ ਟਾਈਮਸ ਆਫ ਇੰਡੀਆ ਦੇ ਅਰੁਣ ਅਰੋੜਾ ਜੀ, ਉਹ ਅਤੇ ਰਵੀ ਅਤੇ ਪ੍ਰਮੋਦ ਸ਼ੰਕਰ, ਇਹ ਤਿੰਨੋਂ ਲੋਕ ਆਏ ਹੋਏ ਸੀ। ਉਹਨਾਂ ਨੇ ਕਿਹਾ ਵੀ ਯਾਰ ਇੱਕ ਐਗਰੀਮੈਂਟ ਨਹੀਂ ਕਰਦਾ। ਪੰਮੀ ਬਾਈ ਨੇ ਗਾਲਾਂ ਗੁਲਾਂ ਕੱਢ ਕੇ ਮੇਰੇ ਨਾਲ ਮੇਰੇ ਕੋਲ ਐਗਰੀਮੈਂਟ ਕਰਵਾਇਆ, ਅਤੇ ਫਿਰ ਉੱਥੇ ਗਏ। ਦੈਨ ਦਿਲ ਲੈ ਗਈ, ਸਾਡੀ ਲੜਾਈ ਹੋ ਗਈ ਜਦੋਂ ਮੈਂ ਪਟਿਆਲੇ ਸੀਗਾ, ਤੇ ਮੈਂ ਆਪਣੀ ਸਟਰਗਲ, ਫਿਰ ਉਸ ਟਾਈਮ ਤੇ ਤੁਸੀਂ ਇਰੀਟੇਟ ਵੀ ਹੁੰਦੇ ਥੋੜੇ ਜਿਹੇ, ਤੁਹਾਨੂੰ ਛੋਟੀ ਛੋਟੀ ਗੱਲ ਚੁਭਦੀ ਵੀ ਹੈ, ਤੁਹਾਨੂੰ ਲੱਗਦਾ ਵੀ ਯਾਰ ਮੈਨੂੰ ਕਿਉਂ ਸਮਝਾਇਆ ਜਾ ਰਿਹਾ, ਮੈਂ ਤੇ ਆਪਣੇ ਪਾਸ ਤੇ ਚੱਲ ਰਿਹਾ, ਤੇ ਉਹ ਮੇਰੀ ਉਹਦੇ ਨਾਲ ਟੁੱਟ ਚੁੱਕੀ ਸੀ ਆਲਮੋਸਟ 89 ਤੋਂ ਬਾਅਦ।
97-98 की मैं गल करदा ते दिल लैगी असी होंद विच लाए हुए सी क्योंकि असी एक प्रोग्राम करन जा रहे सी 96 विच ग्वालियर ट्रेन च ते मैं शाम भाजी शाम बटेजा जी जिन्हां ने लिखिया सी मैं शाम भाजी नूं कहा यार भाजी कि तुसीं ਇਹ ਦੇਖੋ ਗੁਜਰਾਤੀ ਇੱਕ ਕੰਪਾਰਟਮੈਂਟ ਦੇ ਵਿੱਚ ਗੁਜਰਾਤੀ ਬੈਠੇ ਹੋਏ ਸੀ ਮੈਂ ਕਿਹਾ ਯਾਰ ਇਹ ਦੇਖ ਕਿੰਨੇ ਚੰਗੇ ਲੱਗਦੇ ਆ ਇਹਨਾਂ ਦੇ ਕਲਰਫੁੱਲ ਜੀਵਨ ਕਿੰਨਾ ਅੱਛਾ ਸ਼ਾਂਤ ਕਿੰਨੇ ਆ ਅਸੀਂ ਦੇਖੋ ਪੰਜਾਬੀ ਬੰਦੇ ਮੈਂ ਕਿਹਾ ਕਿੰਨਾ ਢੋਲ ਵਜਾ ਰਹੇ ਹਾਂ ਚੁੱਪ ਚਾਪ ਆਪਣੀ ਰੋਟੀ ਖਾਂਦੇ ਆ ਸਾਨੂੰ ਮਾੜਾ ਜਿਹਾ ਪੁੱਛ ਲੈਂਦੇ ਆ ਜਾਂ ਜੇ ਵੋ ਨਾ ਇੱਦਾਂ ਦੀਆਂ ਕੁਛ ਗੱਲਾਂ ਚੱਲ ਰਹੀਆਂ ਸੀ ਮੈਨੂੰ ਗੁਜਰਾਤੀਆਂ ਨਾਲ ਲਗਾਵ ਸੀਗਾ ਇਸ ਗੱਲ ਦਾ ਤਾਂ ਭਾਅ ਜੀ ਕਹਿੰਦੇ ਗਾਣਾ ਲਿਖਦੇ ਆ ਮੈਂ ਕਿਹਾ ਲਿਖੋ ਮੈਂ ਕਿਹਾ ਯਾਰ ਗੁਰਦਾਸ ਭਾਅ ਜੀ ਦਾ ਇੱਕ ਗਾਣਾ ਆ ਦਿਲ ਲੈ ਗਈ ਹੋਏ ਦਿਲ ਲੈ ਗਈ ਅਤੇ ਮੈਂ ਕਿਹਾ ਗੁਰਦਾਸ ਭਾਅ ਜੀ ਦੇ ਗਾਣੇ ਜਿਹੜੇ ਉਹ ਨੈਸ਼ਨਲ 'ਤੇ ਜ਼ਿਆਦਾ ਚੱਲਦੇ ਆ ਜਿਵੇਂ ਦਿਲ ਦਾ ਮਾਮਲਾ ਹੈ ਜਾਂ ਸਾਰਾ ਸਮਝ ਆਉਂਦਾ ਸੀ ਹਿੰਦੀਆਂ ਨੂੰ ਵੀ ਪੰਜਾਬੀਆਂ ਨੂੰ ਅਤੇ ਇਹ ਦਿਲ ਲੈ ਗਈ ਉਹ ਦਿਲ ਲੈ ਗਈ ਇਹ ਗਾਣਾ ਹੈ ਤਾਂ ਭਾਅ ਜੀ ਕਹਿੰਦੇ ਕਿ ਇੱਕ ਮੁੰਡਾ ਪੰਜਾਬੀ ਜਿਹਦੇ ਨੈਣ ਸ਼ਰਾਬੀ ਉਹਨੂੰ ਲਵ ਯੂ ਆਖਦੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਮੈਂ ਕਿਹਾ ਇੱਕ ਕੁੜੀ ਗੁਜਰਾਤ ਦੀ ਲਗਾ ਦਿਉ ਅਤੇ ਇੱਥੋਂ ਇਹ ਗਾਣਾ ਹੋਣ 'ਚ ਆਇਆ ਗਵਾਲੀਅਰ ਜਾਂਦੇ ਆ ਵਿਸਾਖੀ ਦੇ ਪ੍ਰੋਗਰਾਮ ਨਾਲ ਕੌਣ ਸੀ ਭਾਅ ਜੀ ਤੁਸੀਂ ਦੱਸਿਆ ਸ਼ਾਮ ਬਟੇਜਾ ਜਿਨ੍ਹਾਂ ਨੇ ਲਿਖਿਆ ਅਤੇ ਕੰਪੋਜ਼ ਵੀ ਉਹਨਾਂ ਦਾ ਕੀਤਾ ਹੋਇਆ ਸੀ ਫਿਰ ਜਦੋਂ ਅਸੀਂ ਵਾਪਸ ਆ ਗਏ ਫਿਰ ਮੇਰੀ ਡਾਇਰੀ 'ਤੇ ਲਿਖਿਆ ਹੋਇਆ ਸੀ ਅਸੀਂ ਗਾਣੇ ਗੁਣੇ ਕਰ ਲਏ ਸਾਰੇ ਅਤੇ ਅਰੋੜਾ ਸਾਹਿਬ ਦੇ ਬੇਟੇ ਦੀ ਸ਼ਾਦੀ 'ਤੇ ਅਸੀਂ ਪਹਿਲੀ ਵਾਰੀ ਗਏ ਸੀ ਉਦੋਂ ਦਿਲ ਹੈਗੀ ਅਤੇ ਹੋਂਦ 'ਚ ਹੀ ਨਹੀਂ ਸੀ ਅਸੀਂ ਵੀ ਹੋਂਦ 'ਚ ਨਹੀਂ ਸੀ ਕਿਸੇ 'ਚ ਅਸੀਂ 8 ਗਾਣੇ ਕਰ ਲਏ ਸੀ ਬਟ ਉਹਨਾਂ ਦੇ ਬੇਟੇ ਦੀ ਸ਼ਾਦੀ 'ਤੇ ਅਸੀਂ ਗਾਇਆ ਸੀ ਜਿੱਥੇ ਬਹੁਤ ਸਾਰੇ ਸਟਾਰ ਅਸੀਂ ਦੇਖੇ ਸੀ ਪਹਿਲੀ ਵਾਰੀ ਮੈਂ ਬੀਰਾ ਪੱਪੂ ਪਾਲਾ ਇੱਦਾਂ ਸਾਰੇ 3-4 ਬੰਦੇ ਰੋੜਾ ਕਿਹੜੇ ਰੋੜਾ ਅਰੁਣ ਅਰੋੜਾ CEO ਪ੍ਰੈਜ਼ੀਡੈਂਟ ਹੁੰਦੇ ਸੀ ਉਹ ਟਾਈਮਸ ਆਫ ਇੰਡੀਆ ਦੇ ਉਸ ਟਾਈਮ 'ਤੇ ਹੈ ਨਾ ਹੁਣ ਰਿਟਾਇਰ ਹੋ ਗਏ ਅਤੇ ਉਹਨਾਂ ਦੇ ਬੇਟੇ ਦੀ ਸ਼ਾਦੀ 'ਤੇ ਅਸੀਂ ਦੇਖਿਆ ਅਮਿਤਾਭ ਜੀ ਵੀ ਖੜ੍ਹੇ ਆ ਜੈਕੀ ਸ਼ਰਾਫ ਖੜ੍ਹੇ ਆ ਅਨਿਲ ਕਪੂਰ ਪਹਿਲੀ ਵਾਰੀ ਦੇਖੇ ਸੀ ਅਸੀਂ ਏਆਰ ਰਹਿਮਾਨ ਉਦੋਂ ਠੀਕ ਠਾਕ ਸੀਗੇ ਉੱਤਮ ਸਿੰਘ ਬਹੁਤ ਵੱਡੇ ਬੰਬੇ ਇੱਕ ਕਲੱਬ ਦੇ ਵਿੱਚ ਅਤੇ ਉੱਥੇ ਰਮਜੂ ਬਾਈ ਮੇਰੇ ਨਾਲ ਢੋਲ 'ਤੇ ਬੈਠੇ ਅਤੇ ਅਸੀਂ ਉਹ ਗਾਣੇ ਗਾ ਰਹੇ ਹਾਂ ਮਾਈਨਸ ਵਨ ਕਹਿੰਦੇ ਜਦੋਂ ਅਸੀਂ ਸਾਰਾ ਮਿਊਜ਼ਿਕ ਹੁੰਦਾ ਬਟ ਆਵਾਜ਼ ਮਾਈਨਸ ਹੁੰਦੀ ਹੈ ਅਤੇ ਉਹ ਗਾ ਰਹੇ ਸੀਗੇ ਅਤੇ ਇੱਕ ਬੰਦਾ ਆਇਆ ਰਵੀ ਭਟਨਾਗਰੋ ਮੈਨੂੰ ਕਹਿੰਦਾ ਕਿ ਯਾਰ ਉਹ ਕੁੜੀ ਗੁਜਰਾਤ ਦੀ ਤੇਰਾ ਗਾਣਾ ਹੈ ਨਾ ਉਹ ਗਾ ਦੇ ਉਹ ਮਿਊਜ਼ਿਕ ਚੱਲੇ ਡਣ 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 ਅਤੇ ਲੋਕ ਥੋੜ੍ਹੇ ਝੂਮ ਰਹੇ ਸੀ ਇੱਦਾਂ ਵੀ ਪੰਜਾਬੀ ਮਿਊਜ਼ਿਕ ਚੱਲ ਰਿਹਾ ਕੋਈ ਬਹੁਤ ਐਡਾ ਜ਼ਿਆਦਾ ਵੀ ਨਹੀਂ ਸੀ ਪਰ ਅੱਛਾ ਲੱਗ ਰਿਹਾ ਸੀ ਅਤੇ ਉਹ ਕਹਿੰਦਾ ਵੀ ਗਾ ਦੇ ਮੈਂ ਉਹਦੇ ਨਾਲ ਬਹਿਸ ਕਰ ਰਿਹਾ ਸੀ ਵੀ ਨਹੀਂ ਇਹ ਹੋਰ ਮਿਊਜ਼ਿਕ ਚੱਲ ਰਿਹਾ ਮੈਂ ਨਹੀਂ ਗਾਉਣਾ ਇਹ ਟਰੈਕ ਕੋਈ ਹੋਰ ਹੈ ਅਤੇ ਉਹ ਮੈਨੂੰ ਨਾ ਇੱਕ ਮਤਲਬ ਇੱਕ ਐਕਸਪ੍ਰੈਸ਼ਨ ਇੰਨਾ ਗੰਦਾ ਦੇ ਕੇ ਗਿਆ ਰਵੀ ਕਹਿੰਦਾ ਯਾਰ ਇੱਦਾਂ ਮਤਲਬ ਗਾਲ ਵਰਗਾ ਇੱਕ ਐਕਸਪ੍ਰੈਸ਼ਨ ਸੀਗਾ ਉਹ ਮੈਨੂੰ ਨਾ ਦਿਮਾਗ 'ਚ ਆਇਆ ਅਤੇ ਮੈਂ ਉਹ ਦਿਲ ਲੈ ਕੇ ਗਾ ਦਿੱਤਾ ਉਹ ਉਹਨਾਂ ਨੇ 4 ਮਹੀਨੇ ਬਾਅਦ ਉਹ ਗਾਣਾ ਜਿਹੜਾ ਸੁਣਿਆ ਵੀਡੀਓ ਦੇ ਵਿੱਚੋਂ ਫਿਰ ਉਹਨਾਂ ਨੇ ਕਿਹਾ ਕਿ ਇਹ ਗਾਣਾ ਦੁਬਾਰਾ ਰਿਕਾਰਡ ਕਰੋ ਇਹ ਗਾਣਾ ਫਿਰ ਅਸੀਂ ਰਿਕਾਰਡ ਕੀਤਾ ਪਰ ਦੇਖੋ ਕਿੱਥੋਂ ਦੀ ਜਰਨੀ 10 ਸਾਲ ਬਾਅਦ ਕਿੱਥੇ ਉਹ ਕੁੜੀ ਦੇ ਨਾਲ ਬਾਅਦ ਦੇ ਵਿੱਚ ਅਸੀਂ ਮੈਂ ਇੱਕ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਗੱਲ ਨਾ ਕੀਤੀ ਮੇਰੇ ਨਾਲ ਉਹ ਤੋਂ ਲਿਖਿਆ ਸੀ ਉਹ ਤੋਂ ਇਹਦੀ ਉਪਜ ਹੋਈ ਸੀ ਬਟ ਆਈ ਥਿੰਕ ਡੈਸਟਨੀ ਹੁੰਦੀ ਹੈ ਇਹ ਸਾਰੀ ਡੈਸਟਨੀ ਜਿਹੜੀ ਹੈ ਤੁਹਾਨੂੰ ਕਿਸੇ ਪਾਸੇ ਲੈ ਕੇ ਜਾਂਦੀ ਇਹਨੂੰ ਮੈਂ ਮੰਨਦਾ ਉਹ ਕੁੜੀ ਨੂੰ ਪਤਾ ਲੱਗਿਆ ਕਿ ਗਾਣਾ ਉਹਦੇ ਲਈ ਲਿਖਿਆ ਤੁਸੀਂ ਜਾਂ ਉਹ ਇਸ ਗਾਣੇ 'ਚ ਹੈਗੀ 24 ਸਾਲ ਬਾਅਦ ਮੈਂ ਮਿਲ ਕੇ ਆਇਆ ਉਹਨੂੰ 24 ਸਾਲ ਬਾਅਦ ਗਾਣੇ ਤੋਂ 24 ਸਾਲ ਬਾਅਦ ਹਾਂਜੀ ਮਤਲਬ ਉਹ ਨਹੀਂ ਉਹਦੇ ਮਿਲਣ ਤੋਂ ਬਾਅਦ ਮੈਂ 4-5 ਸਾਲ ਪਹਿਲੇ ਹੀ ਉਹਨੂੰ ਮੈਂ ਮਿਲਣ ਗਿਆ 89 ਤੋਂ ਬਾਅਦ ਫਿਰ ਮੈਂ ਉੱਥੇ ਸ਼ੋਅ ਕਰਨ ਗਿਆ ਸੀ ਅਤੇ ਇਹ ਗੱਲ ਮੈਂ ਮਤਲਬ ਦੱਸੀ ਹੈ ਬਟ ਮੈਂ ਬਹੁਤ ਖੁੱਲ੍ਹ ਕੇ ਨਹੀਂ ਕਦੀ ਦੱਸੀ ਅਤੇ ਮੈਂ ਅਤੇ ਬੀਰਾ ਸੀ ਫਿਰ ਉਹਦੇ ਪਿੰਡ ਗਏ ਅਤੇ ਮੈਂ ਸੋਚਿਆ ਮੇਰੇ ਕੋਲ ਕੈਮਰਾ ਸੀਗਾ ਮੈਂ ਕਿਹਾ ਯਾਰ ਉਹਦੀਆਂ ਫੋਟੋਆਂ ਖਿੱਚ ਲਾਂਗੇ ਆਪਾਂ ਅਤੇ ਦੇਖ ਕੇ ਆਉਂਦੇ ਹਾਂ ਉਹਨੂੰ ਜੇ ਉਹ ਸਾਨੂੰ ਦਿਮਾਗ 'ਚ ਨਹੀਂ ਸੀ ਵੀ ਉੱਥੇ ਨਹੀਂ ਹੈ ਉਹ ਪਰ ਐਨੀਵੇਜ਼ ਅਸੀਂ ਕੋਸ਼ਿਸ਼ ਕਰਕੇ ਉਹਨੂੰ ਮਿਲੇ ਫਿਰ ਉਹਨੂੰ ਮੈਂ ਦੱਸਿਆ ਵੀ ਤੂੰ ਕਦੀ ਤੈਨੂੰ ਪਤਾ ਵੀ ਮੈਂ ਬਹੁਤ ਵੱਡਾ ਸਿੰਗਰ ਬਣ ਗਿਆ ਉਹ ਕਹਿੰਦੀ ਨਹੀਂ ਮੈਂ ਕਹਿੰਦੀ ਗਾਣੇ ਹੀ ਨਹੀਂ ਸੁਣੇ ਉਸ ਤੋਂ ਬਾਅਦ ਉਹ ਇੱਕ ਧਾਰਮਿਕ ਸੰਸਥਾ ਦੇ ਨਾਲ ਰਿਲੇਟਡ ਹੈਗੀ ਆ ਅਤੇ ਉਹਨੂੰ ਸਾਰਾ ਉਹਦੀ ਸਰਪ੍ਰਸਤੀ ਉਹ ਕਰ ਰਹੀ ਹੈ ਦੈਨ ਫਿਰ ਬਸ ਉਹ ਇੱਕ ਮਾਹੌਲ ਜਿਹਾ ਹੋ ਗਿਆ ਵੀਰੇ ਭਾਅ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਵਿਆਹ ਕਰਾਇਆ ਤੇਰੇ ਬੱਚੇ ਕਿੱਦਾਂ ਹੋ ਕਹਿੰਦੀ ਬੱਚੇ ਕਹਾਂ ਸੇ ਆਏਗੇ ਵੀ ਸ਼ਾਦੀ ਨਹੀਂ ਕੀ ਮੈਨੇ ਸ਼ਾਦੀ ਕੀ ਨਹੀਂ ਹਾਂ ਤਾਂ ਫਿਰ ਥੋੜ੍ਹਾ ਮਾਹੌਲ ਗਮਗੀਨ ਹੋਇਆ ਪਰ ਅੱਛਾ ਲੱਗਿਆ ਮਿਲ ਕੇ ਵਧੀਆ ਲੱਗਿਆ ਅਤੇ ਪੁੱਛਿਆ ਵਿਆਹ ਕਿਉਂ ਨਹੀਂ ਕਰਾਇਆ ਮੈਂ ਬਹੁਤ ਪਰਸਨਲ ਜਾਣਦਾ ਨਹੀਂ ਮਤਲਬ ਕੋਈ ਪਰ ਅੱਛੀ ਦੋਸਤੀ ਮੇਰੀ ਹੁਣ ਉਹਦੇ ਨਾਲ ਦੋਸਤੀ ਹੈ ਵਧੀਆ ਮੈਂ ਉਹਨੂੰ ਮਿਲਦਾ ਹਾਂ ਅਤੇ ਉਹਦੇ ਨਾਲ ਗੱਲਬਾਤ ਮੇਰੀ ਹੁੰਦੀ ਰਹਿੰਦੀ ਹੈ ਮੈਨੂੰ ਲੱਗਦਾ ਕਿ ਯਾਰ ਇਹ ਮੇਰੀ ਲਾਈਫ 'ਚ ਨਾ ਆਉਂਦੀ ਤਾਂ ਹੋ ਸਕਦਾ ਦਿਲ ਹੈਗੀ ਕੁੜੀ ਗੁਜਰਾਤ ਦੀ ਨਾ ਆਉਂਦੀ ਹੁਣ ਵੀ ਤੁਸੀਂ ਦੇਖੋ ਮੈਂ ਦੁਬਾਰਾ ਗਾਣਾ ਜਿਹੜਾ ਮੇਰਾ ਕੱਲ੍ਹ ਦਾ ਆਇਆ ਉਹ ਲੋਕ ਪਸੰਦ ਕਰ ਰਹੇ ਆ ਸ਼ਾਇਦ ਗੁਜਰਾਤ ਉਹਦੇ 'ਚ ਵੀ ਮੈਂ ਗੁਜਰਾਤ ਪਾਇਆ ਅਤੇ ਮੇ ਬੀ ਕਈ ਵਾਰੀ ਆਈ ਥਿੰਕ ਇਹ ਡੈਸਟਨੀ ਹੁੰਦੀ ਹੈ ਇਹਨੂੰ ਮੈਂ ਮੰਨਦਾ ਮੈਂ ਇਹਨੂੰ ਰੱਬ ਨਾਲ ਜੋੜ ਕੇ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਪਰ ਮੈਨੂੰ ਲੱਗਦਾ ਇੱਕ ਸਟਾਰਸ ਜਿਹੜੇ ਆ ਨਾ ਤੁਹਾਡੇ ਕੰਮ ਕਰਦੇ ਤੁਹਾਡੀਆਂ ਵਾਈਬਸ ਜਿਹੜੀਆਂ ਉਹ ਕੁਦਰਤ ਦੇ ਨਾਲ ਜਾਂ ਉਸ ਬ੍ਰਹਿਮੰਡ ਦੇ ਨਾਲ ਜਾਂ ਇਸ ਪੂਰੇ ਗਲੋਬ ਦੇ ਨਾਲ
ਜਦੋਂ ਮੈਚ ਕਰਦੀਆਂ ਨਾ ਤੇ ਕੁਛ ਨਾ ਕੁਛ ਨਵੀਆਂ ਚੀਜ਼ਾਂ ਹੁੰਦੀਆਂ, ਐਨਰਜੀਜ਼ ਦੀਆਂ ਮੈਚਸ ਹੁੰਦੀਆਂ। ਜੱਸੀ ਨਾਸਤਿਕ ਹੈ? ਨਾਸਤਿਕ ਤੇ ਨਹੀਂ ਆ, ਵਿਚਾਰਧਾਰਕ ਆ, ਉਦਾਂ ਦਾ ਆਸਤਿਕ ਵੀ ਆ, ਬਟ ਆਸਤਿਕ ਵੀ ਥੋੜਾ ਜਿਹਾ ਲੌਜੀਕਲ ਆ, ਮਤਲਬ ਐਵੇਂ ਨਹੀਂ, ਮੈਂ ਅੰਧ ਵਿਸ਼ਵਾਸੀ 'ਚ ਬਲੀਵ ਨਹੀਂ ਕਰਦਾ। ਤੁਸੀਂ ਉਹ ਮੇਰੀ ਇੱਕ ਕਾਫੀ ਮਸ਼ਹੂਰ ਹੋਏਗੀ ਜਿਹੜੀ ਮੈਂ ਇੱਕ ਵਾਰੀ ਕਬਰਾਂ ਦੇ ਉੱਤੇ ਬੋਲ ਦਿੱਤੀ ਸੀ, ਲੋਕਾਂ ਨੇ ਬਹੁਤ, ਹਾਂ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਉਹਦੇ ਵਾਸਤੇ। ਅਤੇ ਮੈਂ ਨਹੀਂ ਗਾਉਂਦਾ ਉੱਥੇ ਕਬਰਾਂ 'ਤੇ, ਮੈਨੂੰ ਨਹੀਂ ਡਰ ਲੱਗਦਾ ਕਬਰਾਂ ਤੋਂ, ਮੈਨੂੰ ਉਹ ਬਾਬਿਆਂ ਤੋਂ ਨਹੀਂ ਡਰ ਲੱਗਦਾ ਜਿਹੜੇ ਅੱਜ ਵੀ ਬਾਬੇ ਬਣ ਰਹੇ ਆ, ਅਜੇ ਕਿ ਮੈਂ ਨੁਕਸਾਨ ਕਰ ਰਿਹਾ ਆਪਣੇ ਪੈਸਿਆਂ ਦਾ, ਕਿਉਂਕਿ ਬਹੁਤ ਸਾਰੇ ਬਾਬੇ ਜਿਨ੍ਹਾਂ ਕੋਲ ਬਹੁਤ ਪੈਸੇ ਆ, ਜਿਹੜੇ ਮੇਲੇ ਕਰਾਉਂਦੇ ਆ, ਜਿਹੜੇ 12-12, 15-15 ਲੱਖ ਰੁਪਈਆ ਦੇ ਕੇ ਆਰਟਿਸਟਾਂ ਨੂੰ ਬੁਲਾਉਣਾ ਚਾਹੁੰਦੇ ਆ, ਅਤੇ ਉਹ ਵੀ ਇੱਥੇ ਦੀ ਗੱਲ ਆ, ਜਦੋਂ ਉਹ ਵਾਲੀ ਮੈਂ ਕਲਿੱਪ ਬਣਾਈ ਸੀ, ਉਹ ਵੀ ਉਹਦੀ ਉਪਜ ਸੀਗੀ ਕਿ ਮੈਨੂੰ ਬੰਦਾ ਇੱਕ ਬਹੁਤ ਤੰਗ ਕਰ ਰਿਹਾ ਸੀ ਵੀ ਇਸ ਥਾਂ 'ਤੇ ਗਾਓ ਜੀ, ਇਸ ਇੱਕ ਕਬਰ ਦੇ ਉੱਤੇ ਗਾਓ, ਕਹਿੰਦਾ ਵੀ ਤੁਹਾਨੂੰ ਆਸ਼ੀਰਵਾਦ ਮਿਲੇਗਾ। ਮੈਂ ਕਿਹਾ ਯਾਰ ਆਸ਼ੀਰਵਾਦ ਮੈਨੂੰ ਤਾਂ ਗੁਰਬਾਣੀ ਦਾ ਆਸ਼ੀਰਵਾਦ ਹੈ, ਗੁਰਬਾਣੀ ਤੋਂ ਵੱਡਾ ਆਸ਼ੀਰਵਾਦ ਮੈਨੂੰ ਕੀ ਮਿਲ ਜਾਏਗਾ? ਉਹ ਕਹਿੰਦਾ ਜੀ ਨਹੀਂ, ਤੁਸੀਂ ਦੇਖਿਓ ਤੁਹਾਡਾ ਕੰਮ ਆ ਜਾਏਗਾ। ਮੈਂ ਕਿਹਾ ਮੈਂ ਕੋਈ ਕੰਮ ਨਹੀਂ ਵਧਾਉਣਾ ਬਾਈ ਮੈਨੂੰ, ਫਿਰ ਤਾਂ ਉਹ ਲੋਕ ਤੰਗ ਕਰਦੇ ਸੀ, ਤਾਂ ਮੈਂ ਉਹ ਨਵਾਂ ਫੋਨ ਆਇਆ ਸੀ ਅਤੇ ਉਹਦੇ ਵਿੱਚ ਅਸੀਂ ਇੱਕ ਕਲਿੱਪ ਬਣਾਈ ਅਤੇ ਅਸੀਂ ਅਪਲੋਡ ਕੀਤੀ ਕਿ ਲੋਕ ਨਾ ਤੰਗ। ਪੀਰਾਂ ਦੀਆਂ ਦਰਗਾਹਾਂ 'ਤੇ ਨਹੀਂ ਜਾਂਦੇ ਤੁਸੀਂ? ਮੈਂ ਨਹੀਂ ਜਾਂਦਾ, ਮੈਂ ਵਿਸ਼ਵਾਸ ਨਹੀਂ ਕਰਦਾ, ਔਰ ਮੈਨੂੰ ਲੱਗਦਾ ਬਾਕੀ ਕਲਾਕਾਰਾਂ ਨੂੰ ਵੀ ਨਹੀਂ ਜਾਣਾ ਚਾਹੀਦਾ। ਪਰ ਸੂਫੀ ਧਾਰਾ ਨੂੰ ਮੰਨਦੇ ਹੋ ਜਿਹੜੀ ਬਹੁਤ ਵੱਡੀ ਧਾਰਾ ਰਹੀ ਹੈ ਬਾਬਾ ਫਰੀਦ ਜੀ ਤੋਂ ਲੈ ਕੇ, ਕਿਉਂਕਿ ਅਸਲ 'ਚ ਤਾਂ ਸੂਫੀਆ ਦੀ ਉਹ ਟੈਂਸ਼ਨ ਨੇ ਉਹ, ਹਾਲਾਂਕਿ ਉਹ ਚਲੋ ਆਪਣੇ ਆਪਣੇ ਤਰੀਕੇ ਦਾ, ਚਲੋ ਫੇਥ ਨੇ ਲੋਕਾਂ ਦੇ, ਨਹੀਂ 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 ਉਹ ਇਹ ਕਲੇਮ ਕਰਦੇ ਨੇ, ਉਹ ਆਈਡੀਓਲੋਜੀ ਹੈ ਜਿਹੜੀ ਸੂਫੀਜ਼ਮ ਹੈ ਨਾ, ਸੂਫੀ ਮਤ ਜਿਹੜਾ, ਜੇ ਤੁਸੀਂ ਇਸਲਾਮ 'ਚ ਆਈਆਂ ਕੁਰੀਤੀਆਂ ਦੇ ਖਿਲਾਫ ਇੱਕ ਆਵਾਜ਼, ਇਨਸਾਨੀਅਤ ਵਾਸਤੇ ਵੀ ਆਵਾਜ਼ ਹੈ ਇਹ, ਤੇ ਕਈ ਤੇ ਨਸ਼ਿਆਂ ਦਾ ਉਹ ਹੈ ਅੱਡਾ ਹੈ, ਜਿਹੜੀਆਂ ਕਬਰਾਂ 'ਤੇ ਮਜ਼ਾਰਾਂ 'ਤੇ ਲੋਕ ਗਾਉਂਦੇ ਜਿਹੜੇ, ਉਹ ਤੇ ਦੇਖੋ ਅਜਮੇਰ ਸ਼ਰੀਫ ਤੁਸੀਂ ਜਾਓਗੇ ਤੁਹਾਨੂੰ ਇੱਕ ਹਿਸਟਰੀ ਮਿਲੇਗੀ, ਨਿਜ਼ਾਮੂਦੀਨ ਜਾਓਗੇ ਤੁਹਾਨੂੰ ਇੱਕ ਹਿਸਟਰੀ ਮਿਲੇਗੀ, ਤੁਹਾਨੂੰ ਇੱਕ ਆਡੀਓਲੋਜੀ ਮਿਲੇਗੀ, ਤੁਹਾਨੂੰ ਇੱਕ ਸੂਫੀ ਮਤ ਦਾ ਜਿਹੜਾ ਸਿਸਟਮ ਹੈ ਨਾ ਉਹਦਾ ਇੱਕ ਪ੍ਰੋਸੈਸ ਮਿਲੇਗਾ। ਹੁਣ ਤੁਸੀਂ ਹਰ ਥਾਂ 'ਤੇ ਅੱਜ ਕੱਲ੍ਹ ਤਾਂ ਪਿੰਡਾਂ ਦੇ ਇੱਕ ਇੱਕ ਪਿੰਡ ਦੇ ਵਿੱਚ ਪਤਾ ਨਹੀਂ 5-5 ਕਬਰਾਂ ਲੋਕਾਂ ਨੇ ਬਣਾ ਲਈਆਂ, ਜੇ ਇੱਕ ਪਾਸੇ ਯਾਦਵਿੰਦਰ ਮੇਲਾ ਕਰਾਉਂਦਾ, ਯਾਦਵਿੰਦਰ ਦੇ ਮੇਲੇ 'ਚ ਜੱਸੀ ਨੂੰ ਨਹੀਂ ਜ਼ਿਆਦਾ ਉਹ ਅਹਿਮੀਅਤ ਮਿਲੀ, ਉਹਨੇ ਇੱਕ ਹੋਰ ਬਣਾ ਲੈਣੀ, ਉਹਨੇ ਕਹਿਣਾ ਮੈਂ ਇੱਥੇ ਅਗਲੀ ਵਾਰੀ ਹਰਭਜਨ ਮਾਨ ਨੂੰ ਬੁਲਾ ਲੂੰਗਾ, ਮੈਂ ਇੱਥੇ ਚੱਕ ਕੇ ਮੈਂ ਭਗਵੰਤ ਮਾਨ ਨੂੰ ਬੁਲਾ ਲੂੰਗਾ, ਮਤਲਬ ਭਗਵੰਤ ਮਾਨ ਨੂੰ ਵੀ ਬੁਲਾਇਆ ਜਾ ਸਕਦਾ ਕਿਉਂਕਿ ਉਹ ਵੀ ਆਰਟਿਸਟ ਬੰਦਾ ਨਹੀਂ, ਉਹ ਜਾ ਕੇ ਆਏ ਨਹੀਂ, ਹੁਣ ਬਾਬਾ ਲਾਲ ਬਾਦਸ਼ਾਹ ਦੇ ਜਾ ਕੇ ਆਏ ਨਹੀਂ, ਐਜ਼ ਅ ਸੀਐਮ ਗਏ ਨਹੀਂ ਉਹ, ਉਹਨਾਂ ਦਾ ਦੇਖੋ ਸੀਐਮ ਤਾਂ ਚਲੋ ਕਿਤੇ ਵੀ, ਰਾਜਨੀਤਿਕ ਜਿਹੜਾ ਸਾਰੇ ਧਰਮਾਂ ਹੈ ਤੇ ਸਾਰੇ ਇਨਸਾਨ ਹੈ, ਪਰ ਮੈਂ ਆਈਡੀਓਲੋਜੀ ਨੂੰ ਨਹੀਂ ਮੰਨਦਾ, ਮੈਂ ਨਾ ਹੀ ਉਹਨੂੰ ਪ੍ਰੋਤਸਾਹਿਤ ਕਰਦਾ, ਮੈਂ ਕਹਿੰਦਾ ਜ਼ੋਰ ਲਾ ਕੇ ਕਿ ਲੋਕਾਂ ਨੂੰ ਨਹੀਂ ਮੰਨਣਾ ਚਾਹੀਦਾ, ਸਾਡੇ ਕੋਲ ਬਹੁਤ ਵੱਡੀ ਆਈਡੀਓਲੋਜੀ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ 'ਚ ਕੀ ਨਹੀਂ ਹੈ? ਸੂਫੀ ਮਤ ਦੱਸੋ ਨਾ, ਕਿਹੜਾ ਸੂਫੀ ਮਤ ਨਹੀਂ ਹੈ? ਬਾਬਾ ਫਰੀਦ ਲੈ ਲਓ, ਬਾਬਾ ਕਬੀਰ ਲੈ ਲਓ, ਗੁਰੂ ਨਾਨਕ ਤੋਂ ਵੱਡਾ ਸੂਫੀ ਕੌਣ ਹੋਏਗਾ ਮੈਨੂੰ ਦੱਸੋ? ਭਗਤ ਸਾਰੇ, ਬਾਬਾ ਨਾਮਦੇਵ ਜੀ ਜਾਂ ਜਿੰਨੇ ਵੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲਓ, ਪੀਪਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਕਹਿ ਰਹੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਾਂ ਉਹ ਕਿਸੇ ਸੂਫੀ ਮਤ ਤੋਂ ਛੋਟਾ ਹੈ ਨਾ, ਜਦੋਂ ਕਹਿ ਰਹੇ ਕਿ ਇੰਨੀ ਕੀ ਕਿਰਪਾ ਸੇ ਸਜੇ ਹਮ ਸਜੇ ਹੈ ਨਾ, ਤੋ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਤੋ ਇਹ ਇਹ ਸਭ ਤੋਂ ਵੱਡਾ ਸੂਫੀਜ਼ਮ ਹੈ ਜਿਹੜਾ ਇਨਸਾਨੀਅਤ ਹੈ ਨਾ ਉਹ ਉਹ ਮੇਰੇ ਇਸ 'ਤੇ ਆਪਾਂ ਇਸ 'ਤੇ ਆਉਣਾ ਇਹਦੇ 'ਤੇ ਬਾਅਦ 'ਚ ਆਉਣੇ ਹੈਗੇ ਜੀ, ਫਿਰ ਜਵਾਨੀ ਬਚਪਨ ਦੀ ਆਪਾਂ ਡਿਸਕਸ ਕੀਤਾ ਸੀਗਾ, ਇਹ ਜਿਹੜਾ ਜਵਾਨੀ 'ਚ ਤੁਹਾਨੂੰ ਆ ਕੇ ਪਹਿਲੀ ਕੁੜੀ ਮਿਲਦੀ ਜਿਹੜੀ ਟੌਪਸ ਵੇਚ ਦਿੰਦੀ ਹੈ ਤੁਹਾਡੇ ਲਈ, ਤੁਹਾਡੇ ਹਾਰਮੋਨੀਅਮ ਦੇ ਲਈ 40 ਰੁਪਏ ਦਿੰਦੀ ਹੈ ਤੁਹਾਨੂੰ ਵੇਚ ਕੇ, ਤੁਸੀਂ ਦਿਲ ਤੋੜਦੇ ਰਹੇ ਹੋ ਜਾਂ ਤੁਹਾਡਾ ਵੀ ਟੁੱਟਿਆ ਕਦੇ? ਵੈਸੇ ਸੋਚਿਆ ਜਾਏ ਤਾਂ ਮੈਂ ਦਿਲ ਤੋੜੇ ਹੀ ਆਲਮੋਸਟ, ਉਹ ਫਿਰ ਉਹੀ ਐਕਸਪੈਕਟੇਸ਼ਨਸ ਨੇ, ਉਹ ਜਿੱਦਾਂ ਅੱਜ ਵੀ ਕਈ ਵਾਰੀ ਕਈਆਂ ਲੋਕਾਂ ਦੇ ਤਲਾਕ ਹੁੰਦੇ, ਕਿਉਂ ਹੁੰਦੇ ਆ? ਸਿਰਫ ਇਸ ਕਰਕੇ ਹੁੰਦੇ ਹੋ ਕਿ ਉਹ ਕਹਿੰਦੀ ਮੈਨੂੰ ਇਹ ਜ਼ਿਆਦਾ ਟਾਈਮ ਨਹੀਂ ਦਿੰਦਾ, ਉਹ ਕਹਿੰਦਾ ਮੈਂ ਕੰਮ 'ਚ ਬਿਜ਼ੀ ਹਾਂ, ਜਾਂ ਹੋਰ ਕੋਈ ਚੀਜ਼ਾਂ ਹੋ ਸਕਦੀਆਂ, ਹੋ ਸਕਦਾ ਉਹਦੀ ਕੋਈ ਇੱਕ ਦੋਸਤ ਹੋਏ ਤਾਂ ਉਹਦੇ ਕਰਕੇ ਉਹ ਉਹਨੂੰ ਟਾਈਮ ਨਾ ਦੇ ਰਿਹਾ ਹੋਏ ਨਾ, ਹੈ ਤਾਂ ਐਕਸਪੈਕਟੇਸ਼ਨਸ ਹੈ ਨਾ, ਮੈਂ ਐਕਸਪੈਕਟੇਸ਼ਨ ਨਹੀਂ ਰੱਖਦਾ ਬਹੁਤੇ ਲੋਕਾਂ ਤੋਂ, ਪਰ ਜੇ ਓਵਰਆਲ ਸੋਚ ਕੇ ਵੇਖਿਆ ਜਾਏ ਨਾ ਤਾਂ ਮੈਂ ਆਲਮੋਸਟ ਕਾਫੀ ਲੋਕਾਂ ਦੇ ਦਿਲ ਤੋੜੇ ਆ, ਕਿਉਂਕਿ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ, ਟਾਈਮ ਜੇ ਦੇ ਸਕਿਆ ਤਾਂ ਹੋ ਸਕਦਾ ਉਹਨਾਂ ਦੀਆਂ ਹੋਰ ਐਕਸਪੈਕਟੇਸ਼ਨ ਵੱਧ ਗਈਆਂ ਹੁਣ, ਤਾਂ ਉਹ ਨਹੀਂ ਦੇ ਸਕਿਆ ਹੋਵਾਂਗਾ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ, ਪਰ ਖੂਬਸੂਰਤੀ ਵੀ ਰਹੀ ਹੈ ਮੇਰੇ ਜਿੰਨੇ ਵੀ ਇਸ਼ਕ ਹੋਏ ਆ, ਜਿੰਨੇ ਵੀ ਪਿਆਰ ਹੋਏ ਆ, ਉਹਦੀ ਬਹੁਤ ਬਹੁਤ ਕਮਾਲ ਦੀ ਖੂਬਸੂਰਤੀਆਂ ਰਹੀਆਂ ਉਹਦੀਆਂ ਆਪਣੀਆਂ, ਉਹਦੇ ਵਿੱਚੋਂ ਕਈ ਕਈ ਗੱਲਾਂ ਮੈਂ ਇੰਨੀਆਂ ਵਧੀਆ ਵਧੀਆ ਚੁੱਕ ਲੈਂਦਾ ਸੀਗਾ, ਮੇਰੇ ਇੱਕ ਗਰਲਫ੍ਰੈਂਡ ਸੀਗੀ, ਉਹ ਮੈਨੂੰ ਹਮੇਸ਼ਾ ਕਮਰਸ਼ੀਅਲ ਕੰਮ ਕਰਨ ਵਾਸਤੇ ਬੋਲਦੀ ਸੀ,
ਉਹ ਚਾਹੁੰਦੀ ਸੀ ਮੈਂ ਪੈਸਾ ਕਮਾਵਾਂ, ਉਹਦੇ ਉਹਦੀ ਇੱਛਾ ਸੀ ਮੈਂ ਪੈਸਾ ਕਮਾਵਾਂ। ਇੱਕ ਇੱਕ ਮੇਰੀ ਗਰਲਫ੍ਰੈਂਡ ਸੀਗੀ ਜਿਹੜੀ ਜਿਹੜੀ ਚਾਹੁੰਦੀ ਸੀ ਵੀ ਤੂੰ ਅੱਛੇ ਕੰਮ ਕਰ, ਅੱਛਾ ਗਾ। ਉਹ ਕਹਿੰਦੀ ਇਹ ਪੈਸੇ ਕਰਕੇ ਤੂੰ ਮਤਲਬ ਹੀਰ ਨਹੀਂ ਗਾ ਰਿਹਾ, ਮਤਲਬ ਦਿਲ ਲੈ ਕੇ ਤਾਂ ਗਾ ਰਿਹਾ, ਤੈਨੂੰ ਪੈਸਾ ਚਾਹੀਦਾ, ਪੈਸਾ ਕੀ ਚੀਜ਼ ਹੁੰਦੀ ਹੈ। ਤੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਐਕਸਪੈਕਟੇਸ਼ਨ ਆ, ਹਰ ਬੰਦੇ ਦਾ ਆਪਣਾ ਆਪਣਾ ਇੱਕ ਰਸਤਾ ਆ। ਇਹਦੇ 'ਤੇ ਆਪਾਂ ਕਰਾਂਗੇ ਗੱਲ ਕਦੀ, ਖੁੱਲ੍ਹ ਕੇ ਕਰਾਂਗੇ। ਅਤੇ ਬੜੀ ਲੰਬਾ ਸਫ਼ਰ ਹੈ, ਥੋੜ੍ਹੇ ਦਿਨ ਹੋਰ, ਅਜੇ ਮੇਰਾ ਚੱਲ ਰਿਹਾ ਕੰਮ, ਅਤੇ ਮੈਂ ਚਾਹੁੰਦਾ ਕਿ ਅਜੇ ਚੱਲਦਾ ਰਹੇ ਤੁਹਾਡਾ, ਬੜੀ ਮੁਸ਼ਕਲ ਨਾਲ ਕੰਮ ਹੀ ਨਾ ਬੰਦ ਹੋ ਜਾਵੇ। ਹਾਂ, ਬੜੀ ਉਹਦੇ 'ਤੇ ਵੀ ਆਉਣਾ ਤੁਹਾਡੀ ਦੂਜੀ ਜਰਨੀ ਕਦੋਂ ਸ਼ੁਰੂ ਹੁੰਦੀ ਹੈ? ਵੀ ਇੱਕ ਗੱਲ ਸੁਣਾਉਣਾ, ਮੇਰੀ ਗਰਲਫ੍ਰੈਂਡ ਸੀ, ਉਹ ਮੈਨੂੰ ਕਹਿੰਦੀ ਸੀ, ਉਹ ਨਾ ਪੰਜ ਜੋਤਸ਼ੀਆਂ ਨਾਲ ਗੱਲ ਕਰਦੀ ਸੀ ਰੋਜ਼। ਅੱਛਾ, ਪੰਜ ਜੋਤਸ਼ੀਆਂ ਨਾਲ ਰੋਜ਼ ਗੱਲ ਕਰਨੀ ਉਹਨੇ, ਅਤੇ ਉਹਨੇ ਕਹਿਣਾ ਵੀ ਮੈਨੂੰ ਤੂੰ ਆਪਣੀ ਵੀ ਪੱਤਰੀ ਦੇ, ਆਪਣਾ ਜਨਮ ਮਿਤੀ ਦੇ, ਟਾਈਮ ਦੇ, ਅਤੇ ਮੈਂ ਤੇਰਾ ਵੀ ਪਤਾ ਕਰਾਵਾਂਗੀ। ਤਾਂ ਬੈਠੇ ਬੈਠੇ, ਕਿਉਂਕਿ ਇਸ਼ਕ ਹੁੰਦਾ ਉਸ ਟਾਈਮ 'ਤੇ, ਮੈਂ ਦੇ ਦਿੰਦਾ ਸੀ, ਮੈਂ ਕਹਿੰਦਾ ਹਾਂ ਲੈ ਆ ਚੱਕ ਅਤੇ ਪਤਾ ਕਰ ਮੇਰਾ ਵੀ। ਅਤੇ ਉਹਨੇ ਪਤਾ ਕਰਨਾ, ਉਹਨੇ ਕਹਿਣਾ ਵੀ ਜੋਤਿਸ਼ੀ ਕਹਿੰਦੇ ਵੀ ਤੇਰਾ ਨਹੀਂ ਕੁਛ ਵੀ ਬਣਨਾ, ਇਹ 5 ਸਾਲ ਪਹਿਲਾਂ ਦੀ ਗੱਲ ਹੈ। ਅਤੇ ਮੈਂ ਉਹਨੂੰ ਕਹਿਣਾ ਯਾਰ ਤੂੰ ਗੱਲ ਸੁਣ, ਇਹ ਹੁਣ ਉਹ ਨਾਸਤਿਕ ਆਸਤਿਕ ਅਤੇ ਉਹ ਦੂਸਰੇ ਆਸਥਾ ਦੇ ਚੱਕਰ 'ਚ ਆਏ ਹੁਣ, ਅਤੇ ਮਾਇੰਡ ਅਤੇ ਰੱਬ, ਮਿਹਨਤ ਕਿਸਮਤ, ਇਹਦੇ 'ਤੇ ਗੱਲ ਕਰਨ ਲੱਗਿਆ ਹੁਣ ਮੈਂ। ਮੈਂ ਉਹਨੂੰ ਕਹਿਣਾ ਤੂੰ ਮੈਨੂੰ 3 ਮਹੀਨੇ ਦੇ ਦੇ, 3 ਮਹੀਨੇ ਮੇਰੇ ਤੋਂ ਪਿੱਛੇ ਹੋ ਜਾ, ਮੈਨੂੰ ਬੁਲਾਈ ਨਾ, ਫਿਰ ਦੇਖੀ ਵੀ ਮੈਂ ਮੇਰਾ ਕੁਛ ਬਣਦਾ ਕਿ ਨਹੀਂ। ਤੇਰੇ ਜੋਤਿਸ਼ੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਮੈਂ ਬਣ ਕੇ ਦੱਸੂੰਗਾ, ਹੈ ਨਾ। ਫਿਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਸੀ, ਉਹ ਕਹਿੰਦੇ ਸੀ ਮੈਨੂੰ ਇਸ ਜੋਤਿਸ਼ੀ ਨੇ ਵੀ, ਇਸ ਨੇ ਵੀ, ਇਸ ਨੇ। ਮੈਂ ਨਾ ਮੇਰੇ ਮਾਇੰਡ ਦੀ ਪ੍ਰੈਕਟਿਸ ਹੋਣ ਲੱਗ ਗਈ ਸੀ ਕਿ ਮੈਂ ਉਹ ਜੋਤਿਸ਼ੀਆਂ ਦੀਆਂ ਗੱਲਾਂ ਸੁਣਦਾ ਸੀ, ਮੈਂ ਦੇਖਦਾ ਸੀ ਵੀ ਉਹ ਕਿੱਦਾਂ ਕਿੱਦਾਂ ਇਹਨੂੰ ਰੀਡ ਕਰਦੇ ਆ। ਉਹ ਕਹਿੰਦੇ ਸੀ ਵੀ ਤੇਰਾ ਬਹੁਤ ਕੁਛ ਬਣ ਜਾਣਾ, ਉਸ ਕੁੜੀ ਨੂੰ ਕਹਿੰਦੇ ਸੀ। ਮੈਂ ਕਿਹਾ ਤੇਰਾ ਕੁਛ ਨਹੀਂ ਬਣਨਾ, ਤੂੰ ਜ਼ੋਰ ਲਗਾ ਲੈ। ਉਹ ਕਹਿੰਦੀ ਕਿਉਂ? ਮੈਂ ਕਿਹਾ ਯਾਰ ਤੇਰੇ ਲੱਛਣ ਹੀ ਨਹੀਂ ਲੱਭਦੇ, ਕੋਈ ਕੋਈ ਸਿਮਟਮਸ ਤਾਂ ਹੋਣ। ਤੂੰ ਐਕਟਰ ਬਣਨਾ, ਤੂੰ ਕੀ ਕਹਿੰਦੇ ਸਮਾਜਿਕ ਸੇਵਾ ਕਰਨ ਵਾਲੀ, ਸਮਾਜ ਸੇਵਾ ਕਰਨ ਵਾਲੀ ਬਣਨਾ, ਤੂੰ ਲੀਡਰ ਬਣਨਾ, ਉੱਧਰ ਨੂੰ ਤੁਰੇਂਗੀ ਤਾਂ ਹੀ ਕਰਕੇ ਤੇਰਾ ਕੰਮ ਹੋਏਗਾ ਨਾ, ਜੋਤਿਸ਼ੀ ਕੀ ਕਰ ਦੇਣਗੇ ਆ ਕੇ, ਹੈ ਨਾ। ਤੋ ਇਹ ਵੀ ਇੱਕ ਪ੍ਰੋਸੈਸ ਸੀਗਾ। ਉਹਦੇ ਨਾਲ ਮੇਰਾ ਇੱਕ ਦੋਸਤ ਸੀ, ਉਹ ਵੀ ਰਲਿਆ ਹੋਇਆ ਸੀ। ਉਹ ਕਹਿੰਦਾ ਸੀ ਵੀ ਜੱਸੀ ਦਾ ਕੁਛ ਨਹੀਂ ਬਣਨਾ। ਮੈਂ ਕਿਹਾ ਮੇਰਾ ਬਣਨਾ, ਮੈਂ ਤੈਨੂੰ ਬਣਾ ਕੇ ਦੱਸੂੰਗਾ। ਦੂਜਾ ਫੇਸ ਸ਼ੁਰੂ ਹੋਇਆ, ਦੂਸਰਾ ਹੁਣ ਫੇਸ ਜਿਹੜਾ ਸ਼ੁਰੂ ਹੋਇਆ। ਅਤੇ ਉਹਦੇ ਵਾਸਤੇ ਮਿਹਨਤ ਕੀਤੀ, ਸਨਸੈਰਿਟੀ ਲੈ ਕੇ ਆਇਆ ਉਹਦੇ ਵਾਸਤੇ। ਅਸੀਂ, ਮੈਂ, ਬੀਰਾ ਭਾਜੀ, ਅਸੀਂ ਫੋਕਸਡ ਹੋਏ, ਫੋਕਸਡ ਹੋਏ, ਬਹੁਤ ਫੋਕਸਡ ਹੋਇਆ ਭਾਜੀ, ਕਿਉਂਕਿ ਬਹੁਤ ਜ਼ੋਰ ਲੱਗ ਰਿਹਾ ਸੀ। ਉਹ ਮੇਰੇ ਯਾਦ ਹੈ ਸ਼ੁਰੂਆਤ ਹੋਈ ਆਪਣੇ, ਮੈਨੂੰ ਰਜਤ ਭਾਜੀ ਦੇ ਘਰ ਮਿਲੇ ਸਲਮਾਨ ਖਾਨ, ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਕੁਛ ਸੁਣਾਓ, ਅਤੇ ਮੈਂ ਹੀਰ ਸੁਣਾਈ ਜਿਹੜੀ ਬਹੁਤ ਪਾਪੂਲਰ ਹੋ ਗਈ, ਵਾਇਰਲ ਹੋਈ, ਬਹੁਤ ਵਾਇਰਲ ਹੋਈ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਚੰਡੀਗੜ੍ਹ ਕਿਹਾ, ਮੈਂ ਕਿਹਾ ਭਾਜੀ ਉਹ ਹੀਰ ਬਹੁਤ ਪਾਪੂਲਰ ਹੋ ਗਈ, ਆਪਕੋ ਪਤਾ ਹੈ। ਤਾਂ ਮੈਨੂੰ ਕਹਿੰਦੇ ਕਿ ਸ਼ਾਮ ਕੋ ਕਿਆ ਕਰ ਰਹੇ ਹੋ, ਮੈਂ ਕਿਹਾ ਮੈਂ ਫਰੀ ਹੂੰ। ਕਹਿੰਦੇ ਆ ਜਾਓ ਫਿਰ ਕੁਛ ਕਰੇਂਗੇ। ਸਲਮਾਨ ਖਾਨ ਚੰਡੀਗੜ੍ਹ ਸੀ? ਚੰਡੀਗੜ੍ਹ ਸੀ, ਉਹ CCL ਹੋ ਰਹੇ ਸੀ ਉਦੋਂ। ਸ਼ਾਮ ਨੂੰ ਉਹਨਾਂ ਨੇ ਲਲਿਤ ਦੇ ਵਿੱਚ, ਮੈਂ ਨੀਚੇ ਵੇਟ ਕਰ ਰਿਹਾ ਸੀ ਵੀ ਉਹ ਕਹਿੰਦੇ ਵੀ ਆਪਕੋ ਫੋਨ ਕਰੇਗਾ ਕੋਈ ਨਾ ਕੋਈ। ਮੈਨੂੰ ਫੋਨ ਆਇਆ ਸ਼ੇਰੇ ਦਾ, ਕਹਿੰਦੇ ਆ ਜਾ ਜਲਦੀ ਆ ਜਾ। ਮੈਂ ਉੱਪਰ ਗਿਆ, ਉਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀ ਉੱਥੇ, ਬਾਦਸ਼ਾਹ ਨੂੰ ਵੀ ਖੜਾ ਕੀਤਾ ਸੀ, ਦੇਸ਼ਮੁਖ ਨੂੰ ਵੀ ਕੀਤਾ ਸੀ, ਸਾਰੇ ਬੰਦੇ ਜਿਹੜੇ ਸੀ ਆਪਣੇ, ਸ਼ਾਕਿਬ ਹੈਗਾ ਮੁੰਡਾ ਹੁਮਾ ਉਹਨਾਂ ਦਾ ਬ੍ਰਦਰ, ਉਹਨੂੰ ਕੀਤਾ ਸੀਗਾ, ਉਹ ਕੁੜੀ ਰੋਟੇਲਾ ਜਿਹੜੀ ਹੈ ਉਹ ਉਰਵਸ਼ੀ ਰੋਟੇਲਾ, ਸਾਰੇ, ਬੋਬੀ ਨੂੰ ਕਿਹਾ, ਬੋਬੀ ਦਿਓਲ ਨੂੰ ਕਿ ਆਪ ਜਰਾ ਆਪਣੇ ਇੰਸਟਾ 'ਚ ਲਾਈਵ ਹੋ ਜਾਈਏ ਔਰ ਜੱਸੀ ਭਾਅ ਜੀ ਗਾਈਏ। ਇਹ ਦੇਖੋ ਇੱਕ ਪਲਾਨ ਹੈ, ਇੱਕ ਪਲੈਨਿੰਗ ਹੈ, ਇੱਥੋਂ ਸ਼ੁਰੂਆਤ ਹੋਈ। ਫਿਰ ਮੈਂ ਮੀਕਾ ਬਹੁਤ ਬੈਠਦੇ ਸੀ ਅਸੀਂ, ਮਤਲਬ ਅਸੀਂ ਯਾਰ ਤਾਂ ਹੈਗੇ ਹੀ, ਆਪਾਂ ਲੜੀਏ ਭਾਵੇਂ ਜਿੰਨਾ ਮਰਜ਼ੀ, ਪਰ ਹੈਗਾ ਹੀ ਅੰਦਰੋਂ ਸਾਡਾ ਕੋਈ ਕਨੈਕਸ਼ਨ ਤਾਂ ਹੈਗਾ ਹੀ ਹੈ ਅੰਦਰੋਂ, ਮਤਲਬ ਕਈ ਕੁਛ ਹੀ ਹੈ ਸਾਡਾ ਫਸਦਾ ਰਹਿੰਦਾ, ਬਟ ਅਸੀਂ ਦੋਸਤ ਹੈਗੇ ਹਾਂ ਕਿਸੇ ਵੀ ਤਰੀਕੇ ਨਾਲ। ਅਤੇ ਉਹ ਮੀਕਾ ਅਤੇ ਮੈਂ ਬੈਠਦੇ ਸੀ ਉੱਥੇ, ਕਪਿਲ ਆਉਂਦਾ ਸੀ, ਕਪਿਲ ਕਹਿੰਦਾ ਜਦੋਂ ਅਸੀਂ ਲੜਦੇ ਸੀ, ਉਹ ਕਹਿੰਦਾ ਭਾਅ ਜੀ ਤੁਸੀਂ ਦਰਾਣੀਆਂ ਜਠਾਣੀਆਂ ਵਾਂਗ ਲੜਦੇ ਹੋ ਯਾਰ, ਭਾਅ ਜੀ ਇਹਦਾ ਐਪੀਸੋਡ ਕਰਨਾ ਯਾਰ ਮੈਂ, ਹੈ ਨਾ। ਮੈਂ ਕਹਿੰਦਾ ਯਾਰ ਇਹ ਐਪੀਸੋਡ ਕਿੱਦਾਂ ਹੋਏਗਾ? ਚਲੋ ਜੀ ਉਹ ਕਰਦੇ 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 ਉਹ ਕਪਿਲ ਦੀ ਉੱਥੇ ਐਂਟਰੀ ਹੋਈ, ਉਹ ਮੀਕੇ ਨੇ ਹੰਸ ਭਾਅ ਜੀ ਨੂੰ ਬੁਲਾ ਲਿਆ, ਦਲੇਰ ਭਾਅ ਜੀ ਨੂੰ ਵੀ ਬੁਲਾ ਲਿਆ, ਹੈ ਨਾ। ਉਹ ਥੋੜ੍ਹੀ ਜਿਹੀ ਸ਼ਰਮ ਆਉਂਦੀ ਸੀ ਕਿਉਂਕਿ ਉਹ ਬਹੁਤ ਸੀਨੀਅਰ ਨੇ, ਨਹੀਂ ਤਾਂ ਮੈਂ ਹੋ ਸਕਦਾ, ਪਰ ਮੇ ਬੀ ਕਿ ਉਹਨਾਂ ਦੇ ਕਰਕੇ ਮੈਂ ਥੋੜ੍ਹੀ ਮਰਿਆਦਾ ਰੱਖੀ ਕਿ ਮੈਂ ਔਰ ਨੀਚੇ ਨਹੀਂ ਗਿਰਿਆ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਕਰ ਰਹੇ ਸੀਗੇ, ਹੈ ਨਾ। ਦੈਨ ਫਿਰ 3-4 ਵਾਰੀ ਉਹਦੇ ਕਪਿਲ ਦੇ ਸ਼ੋਅ 'ਚ ਜਾਏ ਆਈਫਾ, ਅਤੇ ਹੁਣ ਸਲਮਾਨ ਭਾਅ ਜੀ ਨਾਲ ਫਿਰ ਦੁਬਾਰਾ, ਹੈ ਨਾ, ਚੀਜ਼ਾਂ ਜਿਹੜੀਆਂ ਹੋਈਆਂ। ਤੋ ਆਈ ਥਿੰਕ ਤੁਸੀਂ ਮਿਹਨਤ ਕਰਦੇ ਹੋ ਨਾ ਜਦੋਂ, ਉਦੋਂ ਤੁਸੀਂ ਫਿਰ ਕਾਮਯਾਬ ਹੁੰਦੇ ਹੋ। ਇਹ ਲੋਕਾਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ। ਮੈਂ ਹੁਣ ਕਈ ਬੰਦਿਆਂ ਨੂੰ ਦੇਖਦਾ ਹਾਂ, ਉਹ ਬੋਲਦੇ ਆ ਜਦੋਂ, ਮਿਹਨਤ ਦਾ ਰਿਪਲੇਸਮੈਂਟ ਨਹੀਂ ਹੈ ਕੋਈ ਵੀ, ਮਿਹਨਤ
मेहनत नूं तुसीं रिप्लेस नहीं कर सकते, होर चीज़ां नूं किस्मत नूं हो सकदा तुसीं कर सकते हो, पर मेहनत नूं तुसीं रिप्लेस नहीं करदे। किस्मत तो आ ही जानी है, किस्मत तो उदा ही है जिदा यादविंदर कहे मैं 6 बजे आ रहा तो तू तैयार होकर रही, मैं तैयार हैगा कि नहीं हैगा ये हुण मेरे ते डिपेंड करदा। हो सकता मैं अद्धा पौना घंटा लेट करके यादविंदर नूं भी खराब करदा, तो हो सकता मैं 15-20 मिनट पहले ही तैयार तुर होकर कपड़े पा के वधिया सोहना बन के बैठा हाँ भी आ जा भी चली आप। किस्मत तो यादविंदर है, वो तो कभी भी आनी है, लेट भी आ जाए पहला आ जाए। तो तुसी रेडी किन्ने हो, तुसी बनना की है उस टाइम ते, एयर रहमान बनना है कि जां तुसी वो जिहड़ा एक कमाल खान है वह बनना है, कि तुसी इंटलैक्ट देना अपना अपने माइंड बारे अपने। बॉम्बे वाला कमाल खान है जिहड़ा, हां मैं ओदी गल पंजाब वाले नूं कह दियो, मैं कह के दिन राज होया पंजाब वाला कौन है? अच्छा वो तो कमल खान है। अच्छा हां उन्हें कमल खान कमाल भी कहंदे, कमल खान वो तो बहुत अच्छा सिंगर है। एनीवेज कोई रिग्रेट है लाइफ च? बहुत। जदों मेरी पहली बारी चढ़ाई हुई दिल लैगी तो बाद कुड़ी निशानी प्यार दी कोका, मैं बहुत लोगों ना लड़िया उस टाइम ते, और नजायज़ लड़िया। दिमाग नू चढ़ गई शोहरत ना, ऐवें ही नखरे करता सी, क्वालिटी दे नखरे करता सी, काम नहीं करता सी उस टाइम ते, मतलब जिदा टी सीरीज ना लड़ पे, NDTV मैगजीन ना लड़ पे, है ना ऐवें ही पिंड वो पेंडू जटैक जिहड़ा एक सिस्टम सी ना, वो मेरे अंदर फिट सीगा। हूँ मैं वो कढ़िया, हूँ उन्होंने मैं थोड़ा जा पिछे किया भी नहीं भाई कोई ऐसी गल नहीं, हूँ मेरा टाइम फिर दोबारा वधिया आया, मैं काम करांगा। मैंने जो कोई ऑफर दिता, पहले तो मैं ऑफर ही नहीं लैंदा सी ना, मैं पहले ही लकीर खिंच दिंदा सी भी इस बंदे नाल फोटो खिचाणी है, इहदे नहीं खिचाणी। मेरे याद है एक वारी इत्थे भंगड़ा कॉन्सर्ट होया तो 12-13 आर्टिस्ट सीगे, तो मीका कहिंदा भी जदों बाहर टाइम सारे लोग प्रेस कहिंदे कि असीं फोटो खिंचनी है, कलैरिजिस होटल की गल है, जदों बाहर आए तो मैनूं लगे यार कुछ बंदियां ना मैं फोटो नहीं खिचाणी, तो मैं क्या इस तरह करते हैं जी, ये तो बहुत वड्डी फोटो हो जाएगी, आपां ना अद्धे अद्धे कर लैंदे आ। तो मैं अपने चुन लग गया, मलकीत भाजी तुसीं आ जाओ इदा, तो मीका मैनूं पिछों कहिंदा ये काम ना करी, मैनूं भी नाल रखी, मैनूं ही पूरी तरह याद है। तो वह मीका सुनाउंदा भी ये गल कि मैं 6 बंदियां नूं अलग कर लिया, वह पहले मैं लकीर खिंचदा सी, हुण मैं वो लकीरां तो उपर उठ गया कि नहीं यार ये लकीर कुछ नहीं है, मेहनत है तुहाडी, उत्थे 10 बंदे गाणगे, तुसी अपना किदां गा के आंदे हो, तुसी अपनी प्रेजेंस जिहड़ी ओह किदां दे के आंदे हो, उह ते डिपेंड करदा है। पहलां नहीं तुसी सोच सकदे कि मैं इदां आवांगा जी, मेरी एंट्री इदां होएगी, वह मेरी आदत नहीं है। उस तरीके नाल हंबल हाँ, पर बहुत लोगों नाल लड़िया, बहुत लोगों दे काम नहीं किए। ए आर रहमान साहब दे मैनूं ऑफर आए, मैं नहीं काम किया। टी सीरीज़ दे इन्ने वड्डे वड्डे ऑफर उस टाइम ते आए, मैं नहीं काम किया। तो हुण वह उस उहदे उत्ते रिग्रैट करके उहनूं मैं अपने सुभाअ नूं ठीक किया। कोई परसनल रिग्रैक्ट भी ने, किसी नूं नाराज़ किया होवे, किसी दा दिल दुखाया होवे? परसनल मैं एक तो यारी जदों लगाना किसी नाल, जां मेरे जिहड़े दोस्त ने, मैं बीबियां दी इन्नी दी गल सला रहे हो, उहदे च कदी भी होया नहीं? बहुत ज़्यादा इहदे च बहुत ज़्यादा नहीं होया, जदों मैं असीं अलग होए हाँ बहुत बहुत चंगे नोट दे उत्ते अलग होए हाँ, एक अद्धे दे नाल शायद मैं इदा अलग होया होवगा, क्योंकि वो भी एक्सपैक्टेशन, वो एक अलग स्टोरी हैगी, मेरा एक वही मेरी गर्लफ्रेंड सी जी, मेरा एक दोस्त सीगा उन्हूं चुकदा सीगा, वकील सी उन्हूं कहिंदा सी भी ये बंदा बड़े बड़े लोगों दे नाल इहदी यारी है, इहदी अरुण जेटली नाल भी यारी है, इहदी कैप्टन नाल भी यारी है, इहदी इस बंदे नाल भी यारी है, डॉक्टर साहब नाल भी यारी है, तो तू इहदे को काम करा, लाइजनिंग करा। तो मैं पिछे हट जांदा सी, मैं कहिंदा सी नहीं, जां उह कहिंदे सी किसे दा किसी तो नजायज़ परचा कराना, मैं कहता सी मैं नहीं करा, वो कहते सी मैं उन्होंने कोई खुंदक होंगी सी तो वो अपनी खुंदक कढ़ना चाहते सी मेरे थ्रू। तो देखो ये भी एक तरह की एक्सपैक्टेशन है, पर मैं क्या मैंने ये काम नहीं करना, वो नाल थोड़ी जी मेरी एंड दे उत्ते जिहड़ी प्रॉब्लम हुई, क्योंकि उन्होंने लग रहा है भी मैं नहीं कर रहा, मैं वो बारे अच्छा नहीं सोच रहा, पर मैं लग रहा है भी मैं अच्छा सोच रहा, और दूसरे बंद मेरा अपना भी एक किरदार है ना भाजी, उन्होंने मैं नहीं छड़ सकता। तो मैं ना डील कीतियाँ अज तक, इन्निया यारियाँ रही, इन्ना सारा कुछ, मैं इन्होंने चीज़ों से पिया ही नहीं, ना मैं आज तक एक रुपया किसी की कमीशन का लिया, नहीं तो मैं लगता मैं दुनिया का सब तो अमीर बंदा हूँ अगर मैं इस काम के। सारे ने घर वाला काम से, सारे जेटली साहब ने घर वाला, देखो ये फील्ड मैं लिया वाले जो पहले बंदे हैं ना वो सीगे रजत शर्मा जी। रजत भाजी ने मेरे वास्ते एक डिनर किया जिद उस टाइम तो अरुण जेटली लॉ मिनिस्टर सके, तो मीडिया के बहुत व्डे व्डे बंदे उत्थे आए थे, कपिल देव भाजी उस टाइम तो आए थे, बहुत सारे 18 लोग सी,
ਮੁੰਜਾਲ ਸਾਹਿਬ ਸੀਗੇ, ਉਹਦੇ ਵਿੱਚ ਸੁਨੀਲ ਮਿੱਤਲ ਹੋਣੀ ਸੀਗੇ, ਇਹ ਇਸ ਤਰ੍ਹਾਂ ਦੇ ਲੋਕ। ਅਤੇ ਉਹਨਾਂ ਨੇ ਮੇਰੀ ਦੋਸਤੀ ਸ਼ੁਰੂ ਕਰਾਈ, ਫਿਰ ਸਾਰੇ ਇਸ ਫੀਲਡ ਦੇ ਵਿੱਚ ਮੈਂ ਘੁੰਮਣਾ ਫਿਰਨਾ ਅਚਾਨਕ ਤੋਂ ਹੀ ਸ਼ੁਰੂ ਹੋ ਗਿਆ ਸੀ ਨਾ ਇਕਦਮ ਹੀ। ਅਤੇ ਪਰ ਕਦੀ ਉਸ ਚੱਕਰ 'ਚ ਨਹੀਂ ਪਿਆ ਕਿ ਨਜਾਇਜ਼ ਕੰਮ ਕੀਤਾ ਜਾਏ। ਕੋਈ ਵੀ ਲੋਕ ਬਹੁਤ ਆਉਂਦੇ ਸੀ, ਅਜੇ ਵੀ ਬਹੁਤ ਲੋਕ ਆਉਂਦੇ, ਉਹਨਾਂ ਨੂੰ ਲੱਗਦਾ ਇਹ ਵੀ ਡੀਲ ਕਰਾ ਦੇਗਾ, ਚਲੋ ਜੀ ਉਹਨੂੰ ਮਿਲਦੇ ਹਾਂ ਜੀ, ਫਲਾਣੇ ਬੰਦੇ ਨੂੰ ਮਿਲਦੇ ਹਾਂ ਜੀ, ਕੁਛ ਆਪਾਂ ਬੈਠ ਹੀ ਜਾਂਦੇ ਹਾਂ, ਫੋਟੋ ਵੀ ਖਿਚਾ ਲੈਂਦੇ ਹਾਂ। ਪਰ ਮੈਂ ਇਸ ਕੰਮ 'ਚ ਕਦੀ ਨਾ ਪਿਆ ਨਾ ਮੈਂ ਪੈਣਾ। ਕੋਸ਼ਿਸ਼ ਮੇਰੀ ਮਰਦੇ ਦਮ ਤੱਕ ਇਹ ਹੋਏਗੀ ਕਿ ਮੈਂ ਉਹਦਾ ਕਮਿਸ਼ਨ ਦਾ ਇੱਕ ਰੁਪਈਆ ਵੀ ਨਾ ਕਮਾਵਾਂ। ਜਵਾਨੀ 'ਚ ਕੋਈ ਮਤਲਬ, ਕਿਉਂਕਿ ਤੁਹਾਡੀ ਬਹੁਤੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ ਉਹ ਸੈਂਟਰ ਟੂ ਲੈਫਟ ਹੁੰਦੀਆਂ ਨੇਗੀਆਂ, ਅਡਿਓਲੋਜੀ ਦੁਨੀਆ 'ਚ ਐਂ ਚੱਲਦੀਆਂ ਨੇ, ਇੱਕ ਸੈਂਟਰ ਟੂ ਰਾਈਟ, ਸੈਂਟਰ ਟੂ ਲੈਫਟ ਜਾਂ ਫੁੱਲੀ ਸੈਂਟਰਡ। ਕਿਉਂਕਿ ਉਹ ਗਾਣਾ ਆਇਆ ਸੰਤ ਰਾਮਦਾਸ ਜੀ ਦਾ, ਸਾਡੇ ਇਲਾਕੇ ਦੇ ਬਹੁਤ ਵੱਡੇ ਸ਼ਾਇਰ ਹੈ ਨਾ, ਰਾਏਸਰ ਦੇ ਨੇ ਉਹ, ਮੇਰੇ ਪਿੰਡ ਦੇ ਨੇ, ਸਾਡੇ ਇਲਾਕੇ 'ਚ ਬਹੁਤ ਹੀ ਸੈਲੀਬ੍ਰੇਟ ਸੰਤ ਰਾਮਦਾਸ ਜੀ ਦਾ ਉਹ ਗਾਣਾ, ਅਸੀਂ ਵੀ ਕਾਲਜ ਦੇ ਦਿਨਾਂ 'ਚ ਬਹੁਤ ਮਤਲਬ ਸਾਰੇ, ਜਦੋਂ ਤੁਹਾਡਾ ਗਾਣਾ ਆਇਆ ਮਤਲਬ ਬੜਾ ਹੀ ਸਭ ਨੂੰ, ਅਸੀਂ ਸਟੂਡੈਂਟ ਸੀਗੇ ਉਦੋਂ ਜੀ, ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ, ਅਤੇ ਬੜਾ ਐਂ ਹੁੰਦਾ ਸੀ ਯਾਰ ਇੱਕ ਐਡੇ ਪਾਪੂਲਰ ਗਾਇਕ ਨੇ ਜੀ, ਉਹ ਕੀ ਕਾਲਜ ਦੇ ਅੰਦਰ ਵੀ ਕਿਸੇ ਨਾਲ, ਤੁਹਾਡਾ ਕਾਲਜ ਦੇ ਦਿਨਾਂ 'ਚ ਕਿਸੇ ਯੂਨੀਅਨ ਨਾਲ, ਕਿਸੇ ਸਟੂਡੈਂਟਾਂ ਨਾਲ, ਜਾਂ ਪੀ ਐੱਸ ਯੂ ਹੁੰਦੀ ਸੀ ਜਾਂ ਕੋਈ ਹੋਰ ਕਿਸੇ ਨਾਲ ਐਂ ਵਾਹ ਵਾਸਤਾ ਸੀਗਾ, ਜਾਂ ਕਿਵੇਂ ਆਉਂਦਾ ਉਹ ਗਾਣਾ, ਕਿਵੇਂ ਆਉਂਦਾ ਗਾ? ਬਹੁਤ ਹੀ ਖੂਬਸੂਰਤ ਗੱਲ ਤੁਸੀਂ ਮੈਨੂੰ ਮੇਰੀ ਛੇੜ ਲਈ ਅੱਜ। ਦੇਖੋ ਸ਼ੁਰੂਆਤ ਹੋਈ ਜਿਹੜਾ ਰਣਜੀਤ ਬਾਵਾ ਦੇ ਮਾਮਾ ਜਿਹੜੇ ਆਪਣਾ ਪੰਮਾ, ਉਹਨੂੰ ਅਸੀਂ ਕਹਿੰਦੇ ਹਾਂ ਵੀਰਾ, ਮੈਂ ਓਮਾ ਪੰਮਾ ਪੱਪੂ ਅਸੀਂ ਸਾਰੇ ਇਕੱਠੇ, ਉਹਨੇ ਸ਼ੁਰੂਆਤ ਕਰਵਾਈ। ਉਹ ਕਾਮਰੇਡ ਬੰਦਾ ਸੀਗਾ ਉਸ ਟਾਈਮ 'ਤੇ, ਅਸੀਂ ਜਸਵੰਤ ਸਿੰਘ ਕੰਵਲ ਉਹਨਾਂ ਦਾ ਪਹਿਲਾ ਨਾਵਲ ਪੜ੍ਹਿਆ ਸੀ ਲਹੂ ਦੀ ਲੋ, ਲਹੂ ਦੀ ਲੋ ਹੈ ਨਾ, ਉਹ ਬੈਨ ਸੀਗਾ, ਬੈਨ ਸੀਗਾ, ਬੈਨ ਸੀਗਾ, ਅੰਡਰਗਰਾਊਂਡ ਹੋ ਕੇ ਵਿਕਿਆ ਸੀ ਜੀ, ਪਰ ਉਹ ਗੱਲਾਂ ਛਪਿਆ ਵੀ ਬਾਹਰੋਂ ਸੀਗਾ, ਗੱਲਾਂ ਸੱਚੀਆਂ ਸੀ। ਫਿਰ ਉਸ ਤੋਂ ਬਾਅਦ ਸ਼ੁਰੂਆਤ ਹੋਈ, ਮੈਂ ਕਾਲਜ 'ਚ ਆਇਆ, ਕਾਲਜ ਦੇ ਵਿੱਚ ਮੈਨੂੰ ਪਹਿਲੀ ਜਿਹੜੀ ਡੱਫਰੀ ਲਿਆ ਕੇ ਦਿੱਤੀ 14 ਰੁਪਏ ਦੀ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੰਡਿਆਂ ਨੇ ਲਿਆ ਕੇ ਦਿੱਤੀ, ਜਿਹਦੇ ਵਿੱਚ ਯੁਗਰਾਜ ਹੋਣੀ ਵੀ ਸੀਗੇ, ਯੁਗਰਾਜ ਤੂਫਾਨ, ਹਾਂ ਹਾਂ, ਕਿਉਂ ਨਹੀਂ ਮਿਲਦੇ ਰਹੇ ਉਹਨਾਂ ਨੂੰ? ਹਾਂਜੀ, ਕਿਉਂ ਨਹੀਂ ਮਿਲਦੇ ਸੀ, ਉਹ ਸਾਡੇ ਕਾਲਜ 'ਚ ਆਉਂਦੇ ਜਾਂਦੇ ਸੀਗੇ। ਮੇਰੇ ਕਿਹਾ ਮੈਂ ਸਾਡੇ ਕਾਲਜ 'ਚ ਪੜ੍ਹਿਆ ਵੀ ਆ, ਉਹ ਗੁਰਦਾਸਪੁਰ ਕਾਲਜ ਦੇ ਵਿੱਚ, ਰੂਬੀ ਹੁਣੀ ਮਰ ਗਏ ਮੁੰਡੇ, ਬਹੁਤ ਸਾਰੇ ਬਹੁਤ ਮੁੰਡੇ ਸੀ, ਉਹਨਾਂ ਨੇ ਮੈਨੂੰ 14 ਰੁਪਏ ਦੀ ਡੱਫਰੀ ਲਿਆ ਕੇ ਦਿੱਤੀ, ਚਮਕੀਲਾ ਮੇਰਾ ਨਾਮ ਰੱਖਿਆ ਹੋਇਆ ਸੀ ਉਹਨਾਂ ਨੇ, ਉੱਥੇ ਬੈਠ ਕੇ ਕੰਟੀਨ 'ਚ ਉਹਨਾਂ ਨੂੰ ਗਾਣੇ ਸੁਣਾਉਂਦੇ ਸੀਗੇ। ਜਦੋਂ ਅਸੀਂ ਬਾਹਰ ਜਾਂਦੇ ਸੀ ਉਦੋਂ ਮਤਲਬ ਲੈਫਟ ਵਾਲੇ ਬੰਦੇ ਵੀ ਮਿਲਦੇ ਸੀ, ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਸੀਗੀ, ਔਰ ਰੰਧਾਵੇ ਵਗੈਰਾ, ਰੰਧਾਵੇ ਹੋਣੀ, ਰਾਣੇ ਹੋਣੀ, ਗੁਰਮੀਤ ਭਾਜੀ ਹੋਣੀ, ਇਹ ਆਪਣਾ ਨਿੰਮੇ ਦੀ ਤੁਸੀਂ ਗੱਲ ਕਰਦੇ ਹੋ, ਇਹ ਸਾਰੇ ਬੰਦੇ, ਅਤੇ ਰੰਧਾਵਾ ਵੀ ਆਪਣਾ ਦੂਸਰਾ ਕਾਰੀ ਬਲਕਾਰ, ਇਹ ਸਾਰੇ ਬੰਦੇ ਸੀਗੇ। ਸਾਰੇ ਬੰਦਿਆਂ ਦੇ ਨਾਲ ਅਸੀਂ ਰਹੇ ਵੀ ਹਾਂ ਅਤੇ ਉਹਨਾਂ ਨਾਲ ਦੋਸਤੀਆਂ ਵੀ ਰਹੀਆਂ। ਕਦੀ ਵੀ ਕਿਸੇ ਬੰਦੇ ਨੇ ਇਹ ਨਹੀਂ ਗੱਲ ਕਹੀ, ਧਰਮ ਦੇ ਕੋਈ ਖਿਲਾਫ ਨਹੀਂ ਬੋਲਦਾ ਸੀ, ਮੈਂ ਤੁਹਾਨੂੰ ਸਹੀ ਦੱਸਾਂ, ਇਹ ਤਾਂ ਅੱਜ ਕੱਲ੍ਹ ਕਾਮਰੇਡਾਂ ਦੀ ਅਤੇ ਹਿੰਦੂ ਸਿੱਖਾਂ ਦੀ ਅਤੇ ਇੱਦਾਂ ਦੀ ਲੜਾਈ ਜਿਹੜੀ ਲੜ ਗਈ ਹੈ, ਇਹ ਹੈ ਨਹੀਂ ਸੀ ਪਹਿਲਾਂ, ਇਹ ਤਾਂ ਹੁਣ ਕ੍ਰੀਏਟ ਕੀਤੀਆਂ ਆਈ ਟੀ ਸੈੱਲਾਂ ਦੀਆਂ ਗੱਲਾਂ ਨੇ। ਕਾਮਰੇਡ ਜਿਹੜਾ ਉਹਦਾ ਵੀ ਤਾਂ ਇੱਕ ਧਰਮ ਹੁੰਦਾ ਨਾ, ਕਾਮਰੇਡ ਜਿਹੜਾ, ਕਾਮਰੇਡ ਤਾਂ ਆਈਡੀਓਲੋਜੀ ਦਾ ਨਾਮ ਹੈ, ਤੁਸੀਂ ਕਿਸੇ ਵੀ ਆਈਡੀਓਲੋਜੀ ਨੂੰ ਅੱਗੇ ਆ ਜਾਓ, ਬੀਜੇਪੀ 'ਚ ਕਿਹੜਾ ਬੰਦਾ ਮੇਰਾ ਦੋਸਤ ਨਹੀਂ ਮੈਨੂੰ ਦੱਸੋ, ਕਾਂਗਰਸ 'ਚ ਕਿਹੜਾ ਬੰਦਾ ਮੇਰਾ ਦੋਸਤ ਨਹੀਂ, ਕਿਹਦੇ ਘਰ ਮੈਂ ਜਾ ਕੇ ਬੈਠਦਾ ਨਹੀਂ ਹੈ, ਹੈ ਨਾ। ਜਦੋਂ ਜੇਟਲੀ ਸਾਹਿਬ ਅਤੇ ਕੈਪਟਨ ਸਾਹਿਬ ਉੱਥੇ ਲੜ ਰਹੇ ਸੀ ਅੰਮ੍ਰਿਤਸਰ, ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਸੀ ਉਹ ਮੈਨੂੰ ਸੀ, ਕਿਉਂਕਿ ਮੈਂ ਇੱਥੋਂ ਜਾਂਦਾ ਸੀ ਸਵੇਰੇ, ਪਹਿਲੇ ਰਾਜਾ ਰਣਧੀਰ ਉਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਥੇ ਛੱਡਦਾ ਸੀ ਕੋਠੀ, ਫਿਰ ਮੈਂ ਜੇਟਲੀ ਸਾਹਿਬ ਦੀ ਕੋਠੀ ਚਲ ਜਾਂਦਾ ਸੀ ਦੁਪਹਿਰ। 14-15 ਦਿਨ ਅਸੀਂ ਰੋਜ਼ ਇੱਦਾਂ ਕਰਦੇ ਰਹੇ, ਪ੍ਰੈਸ ਵਾਲਿਆਂ ਨੇ ਵੀ ਲਾਏ ਵੀ ਜੱਸੀ ਦਾ ਲੰਚ ਇੱਥੇ ਅਤੇ ਡਿਨਰ ਉੱਥੇ, ਕਿਉਂਕਿ ਜਦੋਂ ਲੈਣ ਜਾਂਦਾ ਸੀ ਰਾਜਾ ਸਾਹਿਬ ਨੂੰ ਤਾਂ ਉਦੋਂ ਕੈਪਟਨ ਸਾਹਿਬ ਜਿਹੜੇ ਸੀਗੇ ਉਹ ਬੈਠੇ ਹੁੰਦੇ ਸੀ, ਲੰਚ ਡਿਨਰ ਕਰ ਰਹੇ ਹੁੰਦੇ ਸੀ, ਉਹ ਕਹਿੰਦੇ ਆ ਜਾਓ ਬੈਠੋ ਜੀ ਬੈਠੋ ਖਾਣਾ ਖਾਓ, ਹੈ ਨਾ। ਅਤੇ ਦੋਸਤੀ ਸਾਰਿਆਂ ਨਾਲ ਰਹੀ। ਉਸ ਤੋਂ ਬਾਅਦ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਉਹ ਬਣ ਗਏ ਜੇਟਲੀ ਸਾਹਿਬ ਨਹੀਂ ਬਣੇ, ਉਹ MP ਬਣ ਗਏ, ਮੈਨੂੰ ਰਾਣੇ ਸੋਢੀ ਦਾ ਫੋਨ ਆਇਆ, ਰਾਣਾ ਕਹਿੰਦਾ ਵੀ ਕੈਪਟਨ ਸਾਹਿਬ ਮਹਾਰਾਜ ਸਾਹਿਬ ਗੱਲ ਕਰਨਾ ਚਾਹੁੰਦੇ ਹੈ ਜੇਟਲੀ ਸਾਹਿਬ ਦੇ ਨਾਲ। ਮੈਂ ਗੱਲ ਕੀਤੀ, ਮੈਂ ਕਿਹਾ ਭਾਅ ਜੀ ਉਹ ਗੱਲ ਕਰਨਾ ਚਾਹੁੰਦੇ, ਅਤੇ ਮੈਨੂੰ ਕਹਿੰਦੇ ਵੀ ਮੈਂ ਉਹਨਾਂ ਨੂੰ ਫੋਨ ਕਰਾਂ ਕਿ ਉਹ ਮੈਨੂੰ ਕਰਨਗੇ। ਇਹ ਵੱਡੇ ਬੰਦੇ, ਵੱਡੇ ਕਿਰਦਾਰਾਂ ਦੀ ਗੱਲ ਹੁੰਦੀ ਹੈ, ਵੱਡੇ ਲੀਡਰ ਜਿਹੜੇ ਹੁੰਦੇ ਆ ਇੱਦਾਂ ਦੇ ਲੋਕ ਹੁੰਦੇ ਕਿਰਦਾਰ ਦੇ। ਸੋ ਦੋਸਤੀ ਦੀ ਗੱਲ ਕੀਤੀ, ਲੈਫਟ 'ਚ ਕਿਹੜਾ ਬੰਦਾ ਨਹੀਂ ਆਪਣਾ ਮਤਲਬ ਸੀਤਾ ਰਾਮ ਤੋਂ ਪਰਟੀਕੁਲਰ ਕੁਛ ਦੱਸ ਸਕਦੇ ਹੋ? ਦੌਰ ਬਾਰੇ ਦੱਸੋ, ਚਲੋ ਇਹ ਤਾਂ ਵੱਡੀਆਂ ਵੱਡੇ ਨਾਮ, ਵੱਡਾ ਵੱਡਾ ਸਾਰਾ ਕੁਛ, ਸਾਰਾ ਲੋਕਾਂ ਨੂੰ ਪਤਾ ਤੁਹਾਡੇ ਬਾਰੇ। ਹਾਂ, ਉਹ ਦੌਰ ਦੀ ਦੱਸੋ ਨਾ, ਯਾਦ ਦਿਓ ਸਟੂਡੈਂਟਸ ਮੂਵਮੈਂਟ ਜਾਂ ਫੈਡਰੇਸ਼ਨ ਨਾਲ ਸੀ, ਚਾਹੇ ਤੁਸੀਂ ਇਹਨਾਂ ਨਾਲ ਵਾ ਸੀ ਕਾਮਰੇਡਾਂ ਨਾਲ, ਗਾਉਂਦੇ ਸੀ, ਯਾਦ ਦੱਸੋ? ਗਾਉਂਦੇ ਸੀ ਬਸ। ਅੱਛਾ, ਕੋਈ ਸਟਰਗਲ ਹੋਈ ਹੋਵੇ, ਕੋਈ ਸੰਘਰਸ਼ ਹੋਇਆ ਜਿਹਦੇ ਤੁਸੀਂ ਗਾਇਆ ਹੋਵੇ, ਚਲੋ ਵੀ ਸਟੂਡੈਂਟਾਂ ਦੇ ਹੱਕਾਂ ਲਈ ਜਾਂ ਕੋਈ? ਉਹ ਜਿੱਥੇ ਵੀ ਹੁੰਦਾ ਸੀ, ਜਿੱਥੇ ਦੇਖੋ ਲੈ ਜਾਂਦੇ, ਜਿੱਥੇ ਗੁਰਸ਼ਰਨ ਭਾਜੀ ਹੁੰਦੇ ਸੀ ਉੱਥੇ ਅਸੀਂ ਗਾਉਂਦੇ ਸੀ, ਹੈ ਨਾ। ਜਿੱਥੇ ਵੀ
कभी जे फैडरेशन सिख स्टूडेंट फैडरेशन दे किसी जाके जलसे च गा आते तो सवेरे पुलिस आ जाती है ना, जे उन्हां दे गा आते तो सवेरे उन्हां दी थोड़ी जी बहुत धमकी आ जाती भी तू उत्थे क्यों गया, इन्ना की हुंदा सी बस। पर गाँदा मैं अपने तरीके नाल सी, भगत सिंह नूं गाउणा सीगा, भगत सिंह नूं ओह वी सुणदे सी, भगत सिंह नूं ओह वी सुणदे सी। हुण इन्हां ने भगत सिंह वाला चक्कर पा लिया, पर उस टाइम थोड़ा उदों ते सारी दुनिया 84 वेले तां तुसीं देखो बराबर फैडरेशन बराबर फोटो लाउंदी रही है भगत सिंह दी। तुसीं संतां दी इक जिहड़ी स्पीच हैगी उहदे विच भगत सिंह बारे किन्ना अच्छा बोल रहे, अपने शहीदां बारे किन्ना अच्छा बोल रहे। उह ते मैं तुहानूं दस्सां आईटी सैल ने, इह ते इहनां नूं मुद्दा नहीं लभदे, हुण कई वारी ते मुद्दे उठा दिंदे आ। मेरी भी बड़ी बहस होई उहनां दे नाल, पर चलो आपां उस च कहनूं पैणा। ते बड़ी अलग तरह की एक स्ट्रगल, वो स्ट्रगल नहीं सी, वो बहुत चार्मिंग एक वे ऑफ लाइफ सीगा। ए जो इन्हां को जाते संत राम उदासी उन्होंने भी गाते सी, उत्थे भी संत राम उदासी गा लें। गाना ही मैं पूछ रहा, मतलब मगधा रही वे सूरजा, किवें मगधा रही वे सूरजा जिहड़ा एक्चुअल विच पम्मा गाना गाँदा हुंदा सी, ओ जमीना नी माए सानू ਇਹੋ ਜਿਹੇ ਪਿੰਡ ਜਿੱਥੇ ਸਦਰਾਂ 'ਤੇ ਸੰਗਲ ਰਵੇ। ਅਤੇ ਮੇਰਾ ਬੜਾ ਮਨ ਸੀ ਕਿ ਮੈਂ ਸੰਤ ਰਾਮ ਉਦਾਸੀ ਹੁਣਾਂ ਨੂੰ ਜ਼ਰੂਰ ਗਾਵਾਂ। ਅਤੇ ਜਦੋਂ ਅਸੀਂ ਇੱਕ ਗੇੜਾ ਗਿੱਧੇ ਵਿੱਚ ਹੋਰ ਕਰਨ ਲੱਗੇ, ਜੈਦੇਵ ਨੂੰ ਮੈਂ ਕਿਹਾ, ਗਾਣੇ ਇਕੱਠੇ ਕਰ ਰਹੇ ਸੀ, ਸੋ ਸਟੂਡੀਓ ਦੇ ਵਿੱਚ ਬੈਠੇ ਸੀ, ਮੈਂ ਕਿਹਾ ਜੈਦੇਵ ਯਾਰ ਇਹ ਸੰਤ ਰਾਮ ਉਦਾਸੀ ਕਰਨਾ, ਕਿਉਂਕਿ ਟੇਪ ਸੀ ਇੱਕ ਜਿਹਦੇ 'ਚ, ਟੇਪ 'ਚ ਸੀ ਨਾ ਇਹ ਗਾਣਾ, ਇਹ ਪੂਰੀ ਉਦੋਂ ਸਿੰਗਲ ਟਰੈਕ ਤਾਂ ਹੁੰਦੇ ਹੀ ਨਹੀਂ ਤੁਹਾਡੇ ਵੇਲੇ। ਇੱਕ ਗੇੜਾ ਗਿੱਧੇ ਵਿੱਚ ਹੋਰ ਤੇ ਮਗਧਾ ਰਹੀ ਵੇ ਸੂਰਜਾ, ਹਾਂ ਇਹ ਕਿਹੜੀ ਸੀਗਾ? ਇੱਕ ਗੇੜਾ ਗਿੱਧੇ ਵਿੱਚ ਹੋਰ ਸੀ, ਇੱਕ ਗੇੜਾ ਗਿੱਧੇ ਵਿੱਚ ਹੋਰ ਦੇ ਵਿੱਚ ਹੀਰ ਵੀ ਸੀ, ਨਹੀਂ ਹੀਰ ਕੋਕਾ ਦੇ ਵਿੱਚ ਸੀ। ਅਤੇ ਜਿਹੜਾ ਆਪਣਾ ਆਵੋ ਨਹੀਂ ਸਹੀ, ਉਹ ਸੰਤ ਆਪਣੇ ਸ਼ੇਖ ਕੁਮਾਰ ਬਟਾਲਵੀ, ਉਹ ਨਿਸ਼ਾਨੀ ਪਿਆਰ ਦੇ ਵਿੱਚ ਸੀ, ਉਹ 'ਚ ਵੀ ਬੜੇ ਇੰਟਲੈਕਚੁਅਲ ਕੁਛ ਗਾਣੇ ਸੀਗੇ, ਆਪਣੇ ਗੁਰਭਜਨ ਗਿੱਲ ਹੋਣੀ ਸੀਗੇ, ਫਿਰ ਬਾਬੂ ਸਿੰਘ ਮਾਨ ਸਾਹਿਬ ਸੀਗੇ ਸਾਰੇ ਬੰਦੇ। ਅਤੇ ਉੱਥੇ ਆ ਗਏ ਮਨ ਜੀ, ਮਨ ਜੀ ਨੂੰ ਅਸੀਂ ਗਾਣਾ ਸੁਣਾਉਣ ਲੱਗੇ, ਕਹਿੰਦੇ ਦੇਖੋ ਕਿੰਨਾ ਅੱਛਾ ਗਾਣਾ, ਇਕੱਲੇ ਫਲੂਟ ਨਾਲ ਅਸੀਂ ਕੁਛ ਟਰਾਈ ਕਰ ਰਹੇ ਸੀ। ਅਤੇ ਮਨ ਜੀ ਕਹਿੰਦੇ ਵੀ ਯਾਰ ਤੈਨੂੰ ਉਹ ਗਾਣਾ ਆਉਂਦਾ? ਮੈਂ ਕਿਹਾ ਕਿਹੜਾ? ਕਹਿੰਦੇ ਕਿ ਮਗਧਾ ਰਹੀ ਵੀ ਸੂਰਜਾ ਕਮੀਆਂ ਦੇ ਵੇੜੇ। ਮੈਂ ਕਿਹਾ ਮੈਂ ਥੋੜ੍ਹਾ ਜਿਹਾ ਸੁਣਿਆ ਉਹ, ਕਿਉਂਕਿ ਗਾਉਂਦੇ ਹੁੰਦੇ ਸੀ ਨਾ ਜਦੋਂ, ਉਹ ਹੋਰ ਟੋਨ 'ਚ ਗਾਉਂਦੇ ਆ, ਕਾਮਰੇਡ ਹੋਰ ਟੋਨ 'ਚ ਗਾਉਂਦੇ ਆ, ਤੁਸੀਂ ਹੋਰ ਟੋਨ 'ਚ ਗਾਇਆ। ਉਹ ਭਗਵੰਤ ਗਾਉਂਦਾ ਨਾ ਉਹਦੇ ਵਿੱਚ, ਜਿਹੜੀ ਉਹ ਵਾਲੀ ਟੋਨ ਹੈਗੀ ਤੁਹਾਡੇ ਸ਼ੋਅ 'ਚ ਵੀ ਉੱਥੇ, ਹਾਂ ਇੰਡੀਆ ਟੀਵੀ 'ਤੇ, ਇੰਡੀਆ ਟੀਵੀ ਦੇ ਪ੍ਰੋਗਰਾਮ ਦੇ ਵਿੱਚ ਵੀ। ਅਤੇ ਉਹ ਕਹਿੰਦੇ ਯਾਰ ਇਹ ਗਾ। ਮੈਂ ਫਿਰ ਉਸੇ ਹੀ ਮੂਡ ਦੇ ਵਿੱਚ ਉਹ ਜਮੀਨਾ ਨੀ ਮਾਏ ਤੂੰ ਮਗਦਾ ਨਹੀਂ ਵੇ ਸੂਰਜਾ ਕਮੀਆਂ ਦੇ ਵੇੜੇ, ਉਹ ਗਾਣਾ ਬੜਾ ਲੰਬਾ ਸੀ। ਉਹਨੂੰ ਫਿਰ ਸੋਚਿਆ ਵੀ ਯਾਰ ਕੱਟੀਏ ਕਿੱਦਾਂ, 5-5.5 ਮਿੰਟ ਦਾ ਗਾਣਾ ਉਦੋਂ ਆ ਜਾਂਦਾ ਹੁੰਦਾ ਸੀ। ਫਿਰ ਤਾਂ ਅਸੀਂ ਉਹ ਰਿਕਾਰਡ ਕੀਤਾ ਔਰ ਲੋਕਾਂ ਨੇ ਪਸੰਦ ਕੀਤਾ, ਲੋਕਾਂ ਨੇ ਇੱਕ ਤਰ੍ਹਾਂ ਦੀਆਂ ਮੇਰੀਆਂ ਜੜ੍ਹਾਂ ਲਾਈਆਂ। ਕਈਆਂ ਨੇ ਕਾਮਰੇਡ ਮੰਨਿਆ, ਕਈਆਂ ਨੇ ਕਾਮਰੇਡ ਮੰਨਿਆ ਹੀ ਨਹੀਂ, ਉਹਨਾਂ ਨੇ ਕਿਹਾ ਯਾਰ ਇਹਨੇ ਬਹੁਤ ਅੱਛਾ ਗਾਣਾ ਗਾਇਆ। ਔਰ ਤੁਹਾਨੂੰ ਇੱਕ ਹੋਰ ਖੂਬਸੂਰਤ ਗੱਲ ਦੱਸਾਂ ਕਿ ਸੰਤ ਰਾਮ ਉਦਾਸੀ ਵਰਗੇ ਬੰਦੇ, ਪਾਸ਼ ਵਰਗੇ ਬੰਦੇ ਜਿਹੜੇ ਸਾਰੀ ਉਮਰ ਸਰਮਾਏਦਾਰੀ ਦੇ ਖਿਲਾਫ਼ ਲਿਖਦੇ ਰਹੇ, ਅਸੀਂ ਵੀ ਸਰਮਾਏਦਾਰੀ ਦੇ ਖਿਲਾਫ਼ ਰਹੇ। ਸਾਨੂੰ ਵੀ ਲੱਗਿਆ ਵੀ ਯਾਰ ਸਰਮਾਏਦਾਰ ਜਿਹੜੇ ਬੰਦੇ ਇੱਦਾਂ ਹੁੰਦੇ, ਅਸੀਂ ਵੀ ਆਪਣੀ ਇੱਕ ਪਰਸੈਪਸ਼ਨ ਬਣਾ ਕੇ ਰੱਖੀ। ਕੈਪਟਨ ਸਾਹਿਬ ਦੇ ਘਰ ਜਦੋਂ ਵੀ ਮੈਂ ਉਹਨਾਂ ਦੇ ਘਰ ਗਾਇਆ ਮਹਿਲ ਦੇ ਵਿੱਚ, ਮੈਂ ਉਹਨਾਂ ਨੂੰ ਅੱਧਾ ਸੰਤ ਰਾਮ ਉਦਾਸੀ ਸੁਣਾਇਆ, ਕਿਉਂਕਿ ਮੈਨੂੰ ਮੇਰੇ ਅੰਦਰ ਇੱਕ ਕਾਮਰੇਡ ਜਾਗ ਪੈਂਦਾ ਸੀ। ਜਦੋਂ ਕਿ ਉਹ ਬਿਲਕੁਲ ਰਾਜ ਘਰਾਣਿਆਂ ਦੇ ਉਲਟ ਬੇਸਿਕਲੀ, ਬਿਲਕੁਲ ਉਲਟ ਸੀਗਾ, ਹੈ ਨਾ, ਵੀ ਸੜਕਾਂ 'ਤੇ ਰੋੜੀ ਮਹਿਲਾਂ ਦੇ ਅੰਦਰ ਕਮੀਆਂ ਨੂੰ ਲੈ ਕੇ ਗਿਆ, ਕਮੀਆਂ ਦੇ ਵੇੜੇ, ਹੈ ਨਾ, ਜਿੱਥੇ ਤੰਗ ਨਾ ਸਮਝਣ ਤੰਗਿਆਂ ਨੂੰ, ਜਾਂ ਜਿੱਥੇ ਜਿੱਥੇ ਲੋਕ ਬੜੇ ਮਜਬੂਰ ਜਿਹੇ ਦਿੱਲੀ ਦੇ ਦਿਲ ਤੋਂ ਦੂਰ ਜਿਹੇ, ਹੈ ਨਾ, ਜਿੱਥੇ ਜੰਮਦਾ ਬੰਦਾ ਸੀਰੀ ਹੈ, ਟੱਕਿਆਂ ਦੀ ਮੀਰੀ ਪੀਰੀ, ਟੱਕਿਆਂ ਦੀ ਮੀਰੀ ਪੀਰੀ ਹੈ। ਅਤੇ ਉਸ ਟਾਈਮ 'ਤੇ ਜਦੋਂ ਕੋਈ ਰੋਟੀ ਲੈ ਕੇ ਆਉਂਦਾ ਤਾਂ ਮੈਨੂੰ ਲੱਗਦਾ ਇਹ ਬੰਦਾ ਯਾਰ। ਸੋ ਇੱਦਾਂ ਦੇ ਰਿਲੇਸ਼ਨ ਰਹੇ, ਮੈਂ ਡਰਿਆ ਨਹੀਂ ਕਦੀ ਵੀ ਇਸ ਇਹਨਾਂ ਗੱਲਾਂ ਤੋਂ ਕਦੀ ਵੀ। ਉਹ ਲੋਕ ਹੁਣ ਪਰਸੈਪਸ਼ਨ ਬਣਾ ਦਿੰਦੇ ਕਿ ਲੈਫਟ ਹੀ ਹੈ ਜੀ, ਲੈਫਟ ਹੀ ਹੈ, ਲੈਫਟ ਦੀ ਕਈ ਚੀਜ਼ਾਂ ਅਡੋਪਟ ਕੀਤੀਆਂ ਹੋਣਗੀਆਂ ਲੈਫਟ ਦੀਆਂ, ਬਾਕੀ ਇਹਨਾਂ ਦੀਆਂ ਵੀ ਮੈਂ ਬਹੁਤ ਸਾਰੀਆਂ, ਕਿਉਂਕਿ ਗੁਰਬਾਣੀ ਦੀ ਗੱਲ ਨਹੀਂ ਕਰਦਾ ਮੈਂ, ਲੈਫਟੀ ਵੀ ਗੁਰਬਾਣੀ ਦੀ ਗੱਲ ਬਹੁਤ ਜ਼ਿਆਦਾ ਕਰਦੇ। ਸਭ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਗੁਰੂ ਨਾਨਕ ਦੀ ਗੱਲ ਕਰਦੇ ਹੋਣਗੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਹੋਣਗੇ, ਜਿਹੜੇ ਲੈਫਟ ਵਾਲੇ, ਜਿਨ੍ਹਾਂ ਨੂੰ ਮੈਂ ਮਿਲਿਆ, ਜਿਹੜੇ ਲੋਕ ਠੀਕ ਹੈ, ਉਹ ਰੱਬ ਨੂੰ ਅਲੱਗ ਤਰੀਕੇ ਨਾਲ ਮੰਨਦੇ ਆ, ਕਈ ਮੰਨਦੇ ਹੀ ਨਹੀਂ ਆ, ਬਹੁਤ ਸਾਰੇ ਲੋਕ ਆ ਜਿਹੜੇ ਨਹੀਂ ਮੰਨਦੇ। ਔਰ ਕਈ ਵਾਰੀ ਤਾਂ ਓਸ਼ੋ ਵੀ ਕਹਿੰਦਾ ਕਿ ਜਿਹੜੇ ਜਿੰਨੇ ਆਸਤਿਕ ਆ ਉਨੇ ਨਾਸਤਿਕ ਆ, ਜਿੰਨੇ ਨਾਸਤਿਕ ਆ ਉਨੇ ਆਸਤਿਕ ਹੈ। ਉਹ ਕਹਿੰਦਾ ਵੀ ਜ਼ਰੂਰੀ ਥੋੜ੍ਹਾ ਵੀ ਮੰਦਰ ਗੁਰਦੁਆਰੇ ਮਸਜਿਦ 'ਚ ਜਾ ਕੇ ਤੁਸੀਂ, ਹੁਣ ਮੈਂ ਇੱਕ ਪੋਸਟ ਪਾਈ ਸੀ ਥੋੜ੍ਹੇ ਦਿਨ ਪਹਿਲੇ, ਮੈਂ ਦੇਖਿਆ ਕਿ ਯਾਰ ਮਸਜਿਦਾਂ ਵੀ ਡੁੱਬ ਗਈਆਂ ਪਾਣੀ ਦੇ ਵਿੱਚ, ਅਤੇ ਮੰਦਰ ਵੀ ਡੁੱਬ ਗਏ ਯਾਰ, ਹੈ ਨਾ, ਉੱਥੇ ਲੋਕ ਜਾ ਹੀ ਨਹੀਂ ਰਹੇ ਹੁਣ, ਗੁਰਦੁਆਰੇ ਵੀ ਡੁੱਬੇ, ਗੁਰਦੁਆਰੇ ਹੀ ਜਿਹੜੇ ਮੇਰੀ, ਮੈਂ ਜਿਹੜੀ ਫੋਟੋ ਖਿੱਚੀ ਉਹ ਗੁਰਦੁਆਰਾ ਸੀ, ਸਾਹਮਣੇ ਗੁਰਦੁਆਰਾ ਸਾਹਿਬ ਸੀਗਾ, ਮੈਂ ਉਹਦੀ ਫੋਟੋ ਖਿੱਚ ਲਈ, ਮੈਂ ਉੱਧਰ ਖਿੱਚ ਹੀ ਰਿਹਾ ਸੀ, ਲੋਹੀਆਂ ਦੇ ਵੱਲ ਨੂੰ ਅਸੀਂ ਗਏ ਹੋਏ ਸੀ ਪੈਕਟ ਵੰਡਣ ਵਾਸਤੇ। ਉਹ ਮੈਨੂੰ ਮੇਰੇ ਮਨ 'ਚ ਵਿਚਾਰ ਆਇਆ ਵੀ ਯਾਰ, ਮਤਲਬ ਰੱਬ ਫਿਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ,
रब ते धर्मां दी प्रोडक्शन है ना, उहने प्रोड्यूस कीता ना, बंदे ने प्रोड्यूस कीता ना, कुदरत जिहड़ी आ उस बाबा नानक की कहिंदे आ, बाबा नानक जिहड़े जो कुछ कह रहे हैं कि बलिहारी कुदरत वस्या तेरा अंत ना जाई लख्या, है ना, जां पवन गुरु पाणी पिता माता धरत महत दिवस रात दो दाई दाया खेलै सगल जगत, इस इह फिलोसफी है पूरी। इहनूं असीं जे रब दे ना रब नूं बंदे ने बणाया, बिल्कुल बनाया, बंदे ने ही बनाया, बंदा जे तो डरदा सी उहनूं रब मनण लग गया, बंदा बंदा पानी तो डरदा सी उहने पानी नूं देवता मनना शुरू करता, उह अग तो डरदा सी उहने अग नूं हवा नूं मन वेख्या तां उहने हवा नूं मनण लग गया। फिर भी तुसीं आस्तिक हो? बिल्कुल आस्तिक हां। क्यों? नहीं मतलब कुदरत ये रब दी कोई होंद नहीं है फिर आस्तिक होंद दी, रब नूं मनना जां ना मनना इहदे च आस्तिक नास्तिक नहीं है, ये एंडलेस डिबेट है, आपां ना कि ये एंडलेस डिबेट आ करो, एक कनेक्शन है, ये एनर्जी का कनैक्शन है, एक ये जी एनर्जी है ना, आप कहने भी जो शराब नहीं पीते स्वर्गों नहीं जाएंगे, आप जो सिख हाँ है ना, जो जे हिंदू है वो कहें भी जो मीट नहीं खाते धर्म पर शरदा ना ही चलता, लॉजिक ना चलता नहीं, मैं उही कह धर्म की पहली शरत वो शरदा ना, हालांकि अध्यात्मक धार्मिक होना दो अलग अलग गल्ल ने, अध्यात्मक हो सकता हो सकता धार्मिक ना हो, बिल्कुल स्पिरिचुअलिटी है जी, मैं धार्मिक नहीं हाँ पर मैं तुम एक मैं मेरे अध्यात्मक हो, मैं अध्यात्मिक हाँ और मैं मानता कुछ चीज़ों मैं आत्म का अध्ययन, अध्यात्मक शब्द कितों बने, कोई भी कर सकता आत्म अध्ययन, एक कोई भी कर सकता। कपिल देव भाजी ने मैनु एक लंच ते बुलाया, चलो गल बॉम्बे गल सुन वाले सुना दो लोगों की, तुम देखो कि वह धार्मिक ओदा धर्म नाल संबंध नहीं है उस चीज़ का, मैनू उन्होंने बुलाया तो कपिल भाजी कहते आ जा लंच करते हैं, लंच किया, सिंधी लोग सके, सिंधी लोगों के घर मैं जो असी लंच किया, मैं क्या मेरे मन च यह रेंदे कि यार सिंधी गुरु नानक बहुत मानते, इन्होंने पूछिए भी किदा तुम की फील करते हो, तो मैं उन्होंने पूछा कि गुरु नानक को बड़ा मानते हैं सिंधी जो है, कहें हम तो मानते ही गुरु नानक को और किसी को मानते नहीं है, हमने जी हम तो गुरुद्वारा साहब जाते हैं उन्होंने अपने गुरुद्वारे नानक पंथी जड़े है ना, तो बाद मैं भाजी कहें उन्होंने कपिल भाजी ने एक किताब लिखी सी ना गुरुद्वार के उपर लिखी सी, मैंने कहें यार तू जसी मैं जाना है तो तू मेरे नाल चलिया कर यार एक शब्द गा दिया कर, मैं गा दिया करा भाजी कोई गल नहीं, तो उस टाइम तो मैं शब्द जैफ भास्कर के नाल करके लियाया, तो वह एक ओंकार जरा केसरी आया उस टाइम तो मैं रिकॉर्ड करके लिया से, वो कितने चल गए समोकिंग रूम के जाके सिगरेट पीन लगे, मैंने पता ही नहीं भी समोकिंग रूम है, शीशे लगे से पर अंदर पता नहीं लग रहा है, तो मैं एंटर कर गया पर मैं इन्ने टाइम फोन के उत्ते कढ़ लिया होया से, वो जो मैं फोन इदा करके अंदर चल गया मैं ऑन करता तो एक ओंकार सतनाम करता पुरख निरभउ निर्वैर अकाल मूर्त अजूनी साहबं गुरप्रसाद, जो वज्या तो वह सारे ने सिगरेट जी पिछे कर ली, वो कहते दोबारा बजाना, मैं उन्होंने बुझाती अपनी सिगरेट, मैं दोबारा बजाया, कहें एक बार और बजाइए, मैं एक बार और बजाया, वो कहें अपने भरा कहता कि आज के बाद यहाँ पर कोई भी बंदा सिगरेट नहीं पिएगा, इसको साफ कर दो और बाबा जी की फोटो लगा दो, यहाँ मैं दसो कोई अपना बंदा करता, असी गुरु ग्रंथ साहिब महाराज का पाठ कराने ना अपने घर च, अजय गुरु साहब जाते नहीं है तो बोतल खोल के बह जाने असी उस जगह के उत्ते है ना, सो यदा कोई संबंध नहीं है ये, कोई भी बंदा बहुत धार्मिक हो सकता है, कोई भी बंदा जरा यह भी मेरी कभी कभी ईगो अड़ जाती है क्योंकि मैं सिख आइडियोलॉजी मानता है, मैं गुरु ग्रंथ साहब की गल करता है जिन्नी क मैनू जानकारी है जा जिन्ना क मैनू अंदर इनलाइटनड हैगा मैं उन्नी मैं गल करता है, पर बहुत थावां दे उत्ते मैनू कुदरत ने ऐसी चपेड़ मारी है कि मैनू लगता कि मैं ज़्यादा कट्टड़ हाँ दूसरे बंदियां दे नालों, मैं अपने मन च लैके जाना कि यार ये आर एस एस है यार ये हिंदू संगठन है इतने आप गाण जा रहे हैं तो आप मैं अपनी गुरबाणी गाणी है भावें नहीं गाण देन फिर भी मैं गुरबाणी गाणी है, बट वो लोग जाते ही कहें इतने दिल्ली की एक गल है बड़ी खूबसूरत, मैं गया तो मैं बड़ा हंकारी सगा कि मैं रामलीला गाण जा रहा पर मैं गावगा गुरबाणी गावगा, मैं इन्नी शर्म आई जो एक बंदा मैं मिलया वो तिलक लग्या इतने तीन वाला जोड़ा हों चोला पाया हुआ उन्हें मेरे अगे हाथ जोड़ के मैं कहता जी मैं बेनती करनी पंजाबी बोल रहे थे, मैं क्या हुक्म कहता जी गुरु नानक नाल शुरू करो, मतलब मैनू जमीन मेरा दिल करता जमीन फट जाए और मैं ये गर्क हो जा कि मेरा हंकार तो ये बंदा जड़ा एक टिपिकल हिंदू लग रहा हो पर गुरु नानक नूं सुनना चाहता हूँ, मैं संकट मोचन मंदिर के जो गा के आया बनारस के उत्थे भी असी सोच के गए जी असी भी गुरबाणी तो शुरू करना, और उन्होंने दिनों तो माहौल ही बड़ा बन रहा है इतने पंजाब दे विच के जी हिंदू सिख का तो मुसलमाना का तो ये वो, मैं क्या आपां गुरबाणी तो शुरू करना, मैं जी मैं कहते क्या गाओगे, मैं जी गुरबाणी से शुरू करेंगे, कहते सर गुरु नानक से शुरू करो ना,
जितना दिल करता है उतना ही गाइए, और असी जिन्ना साडा दिल कीता गुरबाणी गाइए असी। सो कई लोग जिहड़े आ उह जिहड़ा NDTV दा प्रोग्राम सी क्लीनोथॉन, उत्थे भी यही गल हुई। मैं कहा मैं गुरु नानक गाऊंगा जी, कि इनवायरनमेंट के उपर आप काम कर रहे हो। मैनू लगता है कि दुनिया दे विच इनवायरनमेंट दा सब तो वड्डा बंदा गुरु नानक सी। असी हुण सिर्फ अज मैं गुरु नानक कहता ते कई साहब ने बहुत लिखिया, सही गल बहुत लिखिया। पहले पानी जीओ, अज पानी दी लड़ाई पंजाब दे विच, सारी दुनिया दे विच कुदरत सुनी है, कुदरत है ना, कुदरत। हाँ तुसी कोई महिमा बहुत वड्डी है, बहुत वड्डी महिमा है। बलिहारी कुदरत दे उत्ते तुसी गल कर लो, किसी चीज़ दे उत्ते गल कर लो। तो मैं मैं क्या जी, अमिताभ जी बैठे से, मैं क्या जी इनवायरमेंट के ऊपर है तो मैं एक ओंकार से शुरू करूँगा और पवन गुरु पानी पिता गाऊँगा। मैं गाया, कुछ लोग तो बाहर क्रिटिसाइज करते रहे भी इन्हें जुत्ती पाई हुई है, सिर मैं ढकया हुआ सी। चलो मैं अजकल, पहले मैं सिर भी नहीं कभी ढकता हूँ, हर प्रोग्राम ही मैं गुरबाणी तो शुरू करता सी। पर हूँ मैं कहना, चल यार सेंसिटिव होए हुए लोग इस गल तो उपर उठना चाहिए, तो आप भी क्यों कंट्रोवर्सी शुरू करनी है। अपनी तो गल इंपोर्टेंट है। जो बाद मैं अमिताभ जी और प्रणा राय खड़े होए तो मैं कहें, क्योंकि उत्थे गटकड़ी भी सके, कोई संत भी सके हरिद्वार तो आए सी, काफ़ी लोग बैठे हुए थे। मैं कहें, जस्सी वैसे एक बात सोची जाए तो आप कहते हो कि बाकी लोग बड़े कट्टर हैं, मुझे तो लगता है आप सबसे ज़्यादा कट्टर हैं। मैं क्या, क्यों? कहता आपने तो गुरु नानक गा के ही हटे आप। मैं क्या, सर गुरु नानक जो है ना वो धर्म नहीं है, गुरु नानक एक फिलोसफी का नाम है। गुरु नानक मैं क्या अगर इत्थे ना होंदे तो इंग्लैंड दे विच रहिंदे होंदे तो उत्ते जम्मे पाले होंदे तो अज शेक्सपीयर का नाम ना होंदा, अज गुरु नानक का नाम होंदा। लोगों ने जिन्हें भी नोबल पुरस्कार ने ना गुरु नानक दे ही बनते, पहले वो होर किसी के नहीं बनते। तो कोई भी लै लो, लख पताला पताल लख गासा गास उड़ कोड़ पाल वेद कहने के बाद ये लै लो, एक ओंकार की गल ही कर लो, असी कदों जाके रिप्रजेंट किया उ। एनीवेज लंबी डिबेट है, कभी करांगे इत्थे।